ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਨਾਲ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਅੰਗਰੇਜ਼ ਸਿੰਘ ਜੀ USA ਤੋਂ, ਭਾਈ ਪ੍ਰਕਾਸ਼ ਸਿੰਘ ਜੀ ਦਿੱਲੀ ਤੋਂ ਅਤੇ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਹਰਪ੍ਰੀਤ ਸਿੰਘ ਜੀ ਮੱਖੂ ਸਾਹਿਬ ਹਾਜ਼ਰ ਨੇ ਅਤੇ ਇਹਨਾਂ ਤੋਂ ਅਸੀਂ ਜਾਣਨਾ ਚਾਹੁੰਦੇ ਹਾਂ। ਮੈਂ ਬੇਨਤੀ ਕਰਦਾ ਮੱਖੂ ਸਾਹਿਬ, ਅੱਜ ਸਾਡੀ ਕੌਮ ਦੇ ਅੰਦਰ ਸਿੱਖੀ ਦਾ ਬਹੁਤ ਪ੍ਰਚਾਰ ਹੋ ਰਿਹਾ। ਆਮ ਅਮੂਮਨ ਜੋ ਦੇਖਣ ਨੂੰ ਮਿਲਦਾ ਹੈ ਕਿ ਦੀਵਾਨ ਲੱਗਦੇ ਨੇ, ਕੀਰਤਨ ਦਰਬਾਰ ਹੁੰਦੇ ਨੇ, ਸਾਡੀ ਕੌਮ ਦੇ ਮਹਾਨ ਕੀਰਤਨੀ ਆਉਂਦੇ ਨੇ, ਪ੍ਰਚਾਰਕ ਆਉਂਦੇ ਨੇ ਅਤੇ ਬਹੁਤ ਵੱਡੀ ਗਿਣਤੀ 'ਚ ਸੰਗਤਾਂ ਦਾ ਇਕੱਠ ਹੁੰਦਾ ਹੈ। ਜਿਤਨੀ ਦੇਰ ਉਹ ਦੀਵਾਨ ਚੱਲਦਾ ਹੈ, ਸਮਾਗਮ ਚੱਲਦਾ ਹੈ, ਉਨਾ ਸਮਾਂ ਤਾਂ ਸਾਡੀ ਕੌਮ ਦੇ ਜਿਹੜੇ ਨੌਜਵਾਨ ਪੀੜ੍ਹੀ ਦੇ ਵਿੱਚੋਂ ਉੱਥੇ ਨੌਜਵਾਨ ਵੀਰ ਹਾਜ਼ਰ ਹੁੰਦੇ ਆ, ਉਹ ਜੋ ਮੈਂ ਨੌਜਵਾਨ ਹੋਣ ਦੇ ਮੁਤਾਬਕ ਮੈਂ ਜੋ ਦੇਖਣ ਨੂੰ ਮਿਲਿਆ, ਮੈਂ ਉਹ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਗੱਲ, ਉਹਨਾਂ ਚਿਰ ਉਹਨਾਂ 'ਤੇ ਬਹੁਤ ਅਸਰ ਰਹਿੰਦਾ। ਪਰ ਜਦੋਂ ਉਹ ਦੀਵਾਨ ਸਮਾਪਤ ਹੁੰਦੇ ਹੈ, ਉਸ ਤੋਂ ਬਾਅਦ ਉਹ ਫਿਰ ਉਸੇ ਰੰਗ ਦੇ ਵਿੱਚ ਢਲ ਜਾਂਦੇ ਨੇ ਜੋ ਪਹਿਲਾਂ ਹੁੰਦੇ ਨੇ। ਇਹਦਾ ਕੀ ਕਾਰਨ ਹੈ ਜੀ? ਮੈਂ ਤੁਹਾਡੇ ਸਵਾਲ ਇਸ ਦਾ ਜਵਾਬ ਦੇਣਾ ਚਾਹੁੰਦਾ ਵੀ ਜਿਸ ਵੇਲੇ ਪ੍ਰਚਾਰਕ ਹੁੰਦਾ ਨਾ, ਉਸ ਸਮੇਂ ਬੱਚੇ ਇੱਕ ਪ੍ਰਭਾਵਿਤ ਹੋ ਜਾਂਦੇ ਨੇ। ਕਈ ਵਾਰੀ ਬੱਚੇ ਵੀ ਕਹਿ ਲਵੋ, ਬੀਬੀਆਂ ਵੀ ਕਹਿ ਲਵੋ, ਬਜ਼ੁਰਗ ਵੀ ਕਹਿ ਲਵੋ, ਕੋਈ ਵੀ ਕਹਿ ਲਵੋ, ਉਸ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਆਪਾਂ 3 ਜਾਂ 4 ਮਹੀਨੇ 5 ਮਹੀਨੇ 6 ਮਹੀਨੇ ਬਾਅਦ ਦੀਵਾਨ ਲੱਗਦਾ ਨਾ, ਫਿਰ ਉਹ ਲੋਕ ਉੱਥੇ ਆ ਕੇ ਖੜ ਜਾਂਦੇ ਨੇ। ਇਹ ਇੱਕ ਟੀਮ ਵਰਕ ਹੈ। ਭਾਈ ਪ੍ਰਕਾਸ਼ ਸਿੰਘ ਜੀ, ਗੱਲ ਸੁਣਨ ਵਾਲੀ ਹੈ, ਇੱਕ ਟੀਮ ਵਰਕ ਹੈ, ਪ੍ਰਚਾਰ ਇਕੱਲੇ ਬੰਦੇ ਦਾ ਕੰਮ ਨਹੀਂ ਹੈ। ਹੁਣ ਮੰਨ ਲਓ ਮੈਂ ਹਾਂ, ਮੈਂ ਕਿਸੇ ਪਿੰਡ ਦੇ ਵਿੱਚ ਇੱਕ ਦੀਵਾਨ ਲਗਾ ਕੇ ਵਾਪਸ ਆ ਗਿਆ ਵਾਂ, ਉਹਨਾਂ ਨੇ 1 ਦਿਨ ਦਾ ਦੀਵਾਨ ਰੱਖਿਆ ਜਾਂ ਉਹਨਾਂ ਨੇ ਗੁਰਮੁਖਾਂ ਨੇ 2 ਦਿਨ ਦਾ ਦੀਵਾਨ ਰੱਖਿਆ, ਹੁਣ 1 ਜਾਂ 2 ਦਿਨ ਦੇ ਦੀਵਾਨਾਂ ਵਿੱਚ ਮੇਰੇ ਕੋਲ 1 ਘੰਟਾ ਹੈ, ਉਹਦੇ ਵਿੱਚ ਮੈਂ ਸਿੱਖੀ ਸਿਧਾਂਤਾਂ ਦੀ ਗੱਲ ਕਰਾਂਗਾ, ਗੁਰਮਤ ਦੀ ਗੱਲ ਕਰਾਂਗਾ। ਉਹਦੇ ਵਿੱਚ ਕਈ ਵਾਰੀ ਬੱਚਾ ਪ੍ਰਭਾਵਿਤ ਹੋ ਗਿਆ, ਉਸ ਤੋਂ ਬਾਅਦ ਮੈਂ ਆਪਣੀ ਗੱਡੀ ਵਿੱਚ ਬੈਠਾਂਗਾ ਅਤੇ ਮੈਂ ਆਪਣੇ ਘਰ ਦੇ ਵਿੱਚ ਆ ਜਾਵਾਂਗਾ। ਉਹ ਬੱਚਾ ਤੁਰਨਾ ਚਾਹੁੰਦਾ ਆ ਪਰ ਉਹਨੂੰ ਅੱਗੋਂ ਰਾਹ ਨਹੀਂ ਦਿਸ ਰਿਹਾ। ਇੱਕ ਟੀਮ ਵਰਕ ਹੈ ਕਿ ਉਸ ਤੋਂ ਬਾਅਦ ਸਾਡਾ ਇੱਕ ਜੱਥਾ ਜਾਵੇ, ਜਿਹੜੇ ਬੱਚੇ ਤਿਆਰ ਹੋ ਚੁੱਕੇ ਨੇ ਉਹਨਾਂ ਬੱਚਿਆਂ ਨੂੰ ਸਾਂਭਿਆ ਜਾਵੇ। ਔਰ ਨੰਬਰ 2, ਜਿਹੜੀ ਤੁਸੀਂ ਪ੍ਰਚਾਰ ਦੀ ਗੱਲ ਕੀਤੀ ਵੀ ਪ੍ਰਚਾਰ ਬੜਾ ਹੋ ਰਿਹਾ, ਇਹਦਾ ਅਸਰ ਕਿਉਂ ਨਹੀਂ ਹੋ ਰਿਹਾ? ਉਹਦਾ ਕਾਰਨ ਇੱਕ ਤਾਂ ਟੀਮ ਵਰਕ ਦੀ ਘਾਟ ਹੈ, ਅਸੀਂ ਇੱਕ ਦੂਸਰੇ ਨੂੰ ਨਾਲ ਲੈ ਕੇ ਨਹੀਂ ਚੱਲਦੇ। ਸਾਨੂੰ ਇੰਝ ਲੱਗਦਾ ਵੀ ਜੇ ਦੂਸਰਾ ਉੱਥੇ ਜਾ ਕੇ ਅੰਮ੍ਰਿਤ ਛਕਾ ਕੇ ਆ ਗਿਆ ਤਾਂ ਇਹਦਾ ਸਾਰਾ ਕ੍ਰੈਡਿਟ ਉਹ ਲੈ ਜਾਏਗਾ। ਮੈਂ ਬੋਲਦਾ ਰਹਿ ਗਿਆ, ਮੈਂ ਸਮਾਗਮ ਕਰਦਾ ਰਹਿ ਗਿਆ, ਮੈਂ 2-2 ਘੰਟੇ ਲਾਏ, ਮੈਂ ਅੱਧੀ ਰਾਤ ਗਿਆ, ਇਹ ਜਾ ਕੇ ਫਿਰ ਸਾਰਾ ਦਾ ਸਾਰਾ ਸਿਰਾ ਇਹ ਲੈ ਕੇ ਆ ਜਾਏਗਾ। ਇਹਦੇ ਵਿੱਚ ਬੜੀ ਵੱਡੀ ਇੱਕ ਤਾਂ ਸਾਡੀ ਈਗੋ ਹੈ, ਜਿੰਨੀ ਦੇਰ ਤੱਕ ਸਾਡੀ ਹਉਮੈ ਨਹੀਂ ਮਰਦੀ ਉਨੀ ਦੇਰ ਤੱਕ ਅਸੀਂ ਅੱਗੇ ਨਹੀਂ ਵੱਧ ਸਕਦੇ। ਔਰ ਨੰਬਰ 2, ਜਿਹੜਾ ਪ੍ਰਚਾਰ ਹੋ ਰਿਹਾ ਨਾ ਵੀਰ ਜੀ, ਮੈਨੂੰ ਕਈ ਵਾਰੀ ਇੰਝ ਲੱਗਦਾ ਵੀ ਇਹ ਪ੍ਰਚਾਰ ਜਿਹੜਾ ਹੈ, ਗੁਰਮਤ ਪ੍ਰਚਾਰ, ਤਤ ਗੁਰਮਤ ਪ੍ਰਚਾਰ, ਇਹ ਬੜਾ ਘੱਟ ਹੋ ਰਿਹਾ। ਪ੍ਰਚਾਰ ਹੋ ਰਿਹਾ ਪਰ ਦੀਵਾਨਾਂ ਵਿੱਚ ਹੋ ਰਿਹਾ, ਪ੍ਰਚਾਰ ਹੋ ਰਿਹਾ ਗੁਰਦੁਆਰੇ ਦੀ 4 ਦੀਵਾਰੀ ਵਿੱਚ ਹੋ ਰਿਹਾ, ਗੁਰਦੁਆਰੇ ਦੀ 4 ਦੀਵਾਰੀ ਤੋਂ ਬਾਹਰ ਕਿੱਥੇ ਹੋ ਰਿਹਾ? ਗੁਰੂ ਨਾਨਕ ਨੇ ਦੁਕਾਨ 'ਤੇ ਬਹਿ ਕੇ ਵੀ ਪ੍ਰਚਾਰ ਕੀਤਾ, ਗੁਰੂ ਨਾਨਕ ਨੇ ਮੱਝਾਂ ਚਾਰਦਿਆਂ ਵੀ ਪ੍ਰਚਾਰ ਕੀਤਾ, ਗੁਰੂ ਨਾਨਕ ਨੇ ਵਪਾਰ ਕਰਦਿਆਂ ਪ੍ਰਚਾਰ ਕੀਤਾ, ਗੁਰੂ ਨਾਨਕ ਨੇ ਖੇਤੀ ਕਰਦਿਆਂ ਵੀ ਪ੍ਰਚਾਰ ਕੀਤਾ। ਅਸੀਂ ਗੁਰਦੁਆਰਿਆਂ ਵਿੱਚ ਪ੍ਰਚਾਰ ਕਰਦੇ ਹਾਂ, ਇੱਕ ਬੰਦਾ ਗੁਰਦੁਆਰੇ ਜਾ ਕੇ ਜੋੜੇ ਝਾੜ ਸਕਦਾ ਪਰ ਉਹ ਗੁਰਦੁਆਰੇ ਦੀ 4 ਦੀਵਾਰੀ ਦੇ ਵਿੱਚ ਹੀ ਉਹਦੀ ਨਿਮਰਤਾ ਹੈ, ਇਸ ਤੋਂ ਬਾਹਰ ਜਾ ਕੇ ਉਹਦੀ ਨਿਮਰਤਾ ਨਹੀਂ ਹੈ, ਫਿਰ ਤਾਂ ਉਹੀ ਜੁੱਤੇ ਚੁੱਕ ਕੇ ਲੋਕਾਂ ਦੇ ਸਿਰ ਦੇ ਵਿੱਚ ਮਾਰਦਾ। ਸਿੱਖਿਆ ਕੀ ਅਸੀਂ? ਸਾਡੀ ਜਿਹੜੀ ਇਹ ਪ੍ਰਚਾਰ ਦਾ ਢੰਗ ਹੈ ਜਾਂ ਜਿਹੜਾ ਪ੍ਰਚਾਰ ਹੈ ਨਾ, ਇਹ ਗੁਰਦੁਆਰੇ ਦੀ 4 ਦੀਵਾਰੀ ਵਿੱਚ ਹੋ ਰਿਹਾ। ਤੁਸੀਂ ਵਟਸਐਪ 'ਤੇ ਪ੍ਰਚਾਰ ਕਰੋ, ਕਿਉਂ ਨਹੀਂ ਕਰਦੇ? ਮੀਡੀਆ ਨੂੰ ਯੂਜ਼ ਕਰੋ, ਤੁਸੀਂ ਫੇਸਬੁੱਕ 'ਤੇ ਪ੍ਰਚਾਰ ਕਰੋ। ਹੁਣ ਕਈ ਸੱਜਣ ਕਹਿ ਦਿੰਦੇ ਨਾ ਨਾ ਜੀ, ਮੀਡੀਆ ਸਾਡੀ ਬਾਂਹ ਨਹੀਂ ਪੜਦਾ, ਸਾਡੇ ਪ੍ਰਚਾਰ ਕਈ ਕਹਿ ਦਿੰਦੇ ਨੇ, ਜੋ ਦਿਖਤਾ ਹੈ ਵੋ ਬਿਕਤਾ ਹੈ। ਇੱਕ ਚੀਜ਼ ਬੜੀ ਪਿਆਰੀ ਹੈ, ਜੋ ਦਿਖਤਾ ਹੈ ਵੋ ਬਿਕਤਾ ਹੈ, ਜਿਹੜੀਆਂ ਜੀ ਸਟੇਜਾਂ ਤੋਂ ਲਾਈਵ ਚੱਲਦਾ, ਸਾਨੂੰ ਟਾਈਮ ਨਹੀਂ ਦਿੱਤਾ ਜਾਂਦਾ। ਇੱਕ ਚੀਜ਼ ਮੈਨੂੰ ਦੱਸੋ ਵੀ ਜੇ ਸਟੇਜ ਤੋਂ ਟਾਈਮ ਕਿਸੇ ਤੋਂ ਨਹੀਂ ਮਿਲਿਆ, ਅਸੀਂ ਇਸ਼ੂ ਬਣਾ ਲਿਆ, ਫੇਸਬੁੱਕ ਦੇ ਉੱਪਰ ਤਾਂ ਤੁਸੀਂ ਆਪਣਾ ਕੁਝ ਸ਼ੇਅਰ ਕਰ ਸਕਦੇ ਹੋ, ਵਟਸਐਪ 'ਤੇ ਕਰ ਸਕਦੇ ਹੋ, ਕਿੰਨਾ ਤੁਹਾਡੇ ਕੋਲ ਜ਼ਰੀਆ। ਯੂਟਿਊਬ 'ਤੇ ਤੁਸੀਂ ਆਪਣਾ, ਜੇ ਤੁਹਾਡੇ ਅੰਦਰ ਕੁਝ ਪਿਆ ਹੋਇਆ ਉਹਨੂੰ ਯੂਟਿਊਬ ਦੇ ਉੱਪਰ ਸ਼ੇਅਰ ਕਰੋ, ਦੁਨੀਆ ਤੱਕ ਕੱਪੜੇ। ਜਿੰਨੀ ਦੇਰ ਤੱਕ ਵੀਰ ਜੀ ਅਸੀਂ ਇਹਨਾਂ ਚੀਜ਼ਾਂ ਨੂੰ ਯੂਜ਼ ਨਹੀਂ ਕਰਾਂਗੇ, ਅੱਜ ਦਾ ਨੌਜਵਾਨ ਮੀਡੀਆ ਨਾਲ ਜੁੜਿਆ ਜੀ, ਉਹ ਦੀਵਾਨ ਦੇ ਵਿੱਚ 1 ਘੰਟਾ ਨਹੀਂ ਆ ਸਕਦਾ ਪਰ ਰਾਤ ਦੇ 1 ਵਜੇ ਤੱਕ ਫੇਸਬੁੱਕ 'ਤੇ ਬਹਿ ਸਕਦਾ। ਇਹਦਾ ਮਤਲਬ ਇੱਧਰ ਜੁੜਿਆ, ਤੁਸੀਂ ਉਹਦੇ ਉੱਪਰ ਭੇਜੋ, ਉਹ ਕਿਸੇ ਵੇਲੇ ਰਾਤ ਬਰਾਤੇ ਗਾਹੇ ਬਗਾਹੇ ਉਸ ਚੀਜ਼ ਨੂੰ ਦੇਖੇਗਾ। ਅੱਜ ਦਾ ਬੱਚਾ ਰਾਤ 8 ਤੋਂ 9 ਮੰਨ ਲਓ ਕਥਾ ਹੁੰਦੀ ਹੈ, ਅਮੂਮਨ ਇਹੀ ਟਾਈਮ ਹੈ, 8 ਤੋਂ 9 ਜਾਂ 9 ਤੋਂ 10 ਹੋਵੇਗਾ, ਵੈਸੇ 9 ਤੋਂ 10 ਵੀ ਨਹੀਂ, 7 ਤੋਂ 8 ਜਾਂ 8 ਤੋਂ 9, 8 ਤੋਂ 9 ਕਥਕ ਹੁੰਦੀ ਹੈ। ਉਸ ਵਕਤ ਤੋਂ ਦੀਵਾਨ 'ਚ ਨਹੀਂ ਆਉਂਦਾ, ਨਹੀਂ ਆਵੇਗਾ, ਪਰ ਰਾਤ 1-1 ਵਜੇ ਤੱਕ ਉਹ ਮੀਡੀਆ 'ਤੇ ਬੈਠਾ ਰਹੇਗਾ, ਉਹਨੂੰ ਯੂਜ਼ ਕਰੇਗਾ, ਇੰਟਰਨੈਟ 'ਚ ਲਾਵੇਗਾ। ਤੁਸੀਂ ਆਪਣਾ ਪ੍ਰਚਾਰ ਦਾ ਜਿਹੜਾ ਜ਼ਰੀਆ ਨਾ, ਇਹ ਗੁਰਦੁਆਰਿਆਂ ਦੇ ਵਿੱਚੋਂ ਥੋੜ੍ਹਾ ਜਿਹਾ ਵਿਰਜੀ ਬਾਹਰ ਕੱਢੋ।
ਆਪਾਂ ਸੋਚਦੇ ਹਾਂ ਪ੍ਰਚਾਰ ਗੁਰਦੁਆਰੇ ਵਿੱਚ ਹੋ ਰਿਹਾ, ਪ੍ਰਚਾਰ ਘਰ ਘਰ ਦੇ ਵਿੱਚ ਹੋਣਾ ਚਾਹੀਦਾ, ਪ੍ਰਚਾਰ ਮੀਡੀਆ ਰਾਹੀਂ ਹੋਣਾ ਚਾਹੀਦਾ, ਪ੍ਰਚਾਰ ਵਟਸਐਪ ਰਾਹੀਂ ਹੋਣਾ ਚਾਹੀਦਾ, ਪ੍ਰਚਾਰ ਫੇਸਬੁੱਕ ਰਾਹੀਂ ਹੋਣਾ ਚਾਹੀਦਾ। ਜਿਸ ਚੀਜ਼ ਨਾਲ ਬੱਚਾ ਜੁੜਿਆ ਨਾ, ਉਹਨੂੰ ਤੁਸੀਂ ਜ਼ਰੀਆ ਬਣਾ ਲਓ, ਤੁਸੀਂ ਇਹਨਾਂ ਬੱਚਿਆਂ ਨੂੰ ਆਪਣੇ ਨਾਲ ਜੋੜ ਦੇਵੋਗੇ। ਤੁਸੀਂ ਇੱਥੇ ਇੰਟਰਨੈੱਟ ਦੀ ਗੱਲ ਕੀਤੀ ਆ, ਮੀਡੀਆ ਦੀ ਗੱਲ ਕੀਤੀ ਆ, ਇਹਦੇ ਨਾਲ ਨਾਲ ਤੁਸੀਂ ਯੂਟਿਊਬ ਦੀ ਅਤੇ ਫੇਸਬੁੱਕ ਦੀ ਗੱਲ ਕੀਤੀ ਆ। ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਇੱਥੇ ਸਾਂਝੀ ਕਰਨੀ ਚਾਹੁੰਦਾ ਕਿ ਅੱਜ ਸਾਡੀ ਕੌਮ ਦੇ ਵਿੱਚ ਮੈਂ ਦੇਖਦਾ ਬਹੁਤ ਸਾਰੇ ਇਹੋ ਜਿਹੇ ਪ੍ਰਚਾਰਕ ਨੇ ਜਿਨ੍ਹਾਂ ਦੀਆਂ ਟੇਪਾਂ ਨਹੀਂ ਮਾਰਕੀਟ ਦੇ ਵਿੱਚ ਆਈਆਂ, ਜਿਹੜੇ ਕਥਾਵਾਚਕ ਨੇ, ਔਰ ਉਹਨਾਂ ਨੂੰ ਉਹ ਸੱਚ ਬੋਲਦੇ ਆ, ਉਹ ਫੁੱਲ ਨੂੰ ਫੁੱਲ ਅਤੇ ਕੰਡੇ ਨੂੰ ਕੰਡਾ ਮੂੰਹ 'ਤੇ ਕਹਿੰਦੇ ਆ, ਅਤੇ ਇੰਟਰਨੈੱਟ ਰਾਹੀਂ ਸੰਗਤਾਂ ਦਾ ਪਿਆਰ ਉਹਨਾਂ ਨੂੰ ਇੰਨਾ ਕੁ ਮਿਲਦਾ ਵੀ ਹਜ਼ਾਰਾਂ ਸਾਡੇ ਵਰਗੇ ਸ਼ਰਧਾਲੂ, ਨੌਜਵਾਨ, ਸਿੱਖ ਵੀਰ, ਭਰਾ, ਬੱਚੇ, ਬਜ਼ੁਰਗ ਉਹਨਾਂ ਦੇ ਨਾਲ ਇੰਟਰਨੈੱਟ ਰਾਹੀਂ ਫੇਸਬੁੱਕ 'ਤੇ, ਯੂਟਿਊਬ 'ਤੇ ਉਹਨਾਂ ਦੇ ਨਾਲ ਜੁੜੇ ਹੋਏ ਆ। ਅਤੇ ਮੈਂ ਇੱਕ ਗੱਲ ਜੋ ਦੇਖਣ ਨੂੰ ਆਈ ਹੈ, ਇੰਟਰਨੈੱਟ 'ਤੇ ਅਸੀਂ ਲੋਕ ਉਹਨਾਂ ਦੇ ਨਾਲ ਜੁੜੇ ਹੋਏ, ਉਹਨਾਂ ਦਾ ਪ੍ਰਚਾਰ ਸੁਣਦੇ ਹਾਂ, ਉਹਨਾਂ ਦੀਆਂ ਕਹੀਆਂ ਹੋਈਆਂ ਗੱਲਾਂ 'ਤੇ, ਬਚਨਾਂ 'ਤੇ ਅਮਲ ਕਰਦੇ ਹਾਂ, ਔਰ ਕਈ ਵੀਰਾਂ ਦਾ ਜੀਵਨ ਵੀ ਬਦਲਿਆ ਉਹਨਾਂ ਦੀਆਂ ਗੱਲਾਂ ਸੁਣ ਕੇ। ਪਰ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਉਹ ਜਿਹੜੇ ਸਾਡੇ ਪ੍ਰਚਾਰਕ ਨੇ, ਉਹਨਾਂ ਨੂੰ ਸਾਡੀ ਕੌਮ ਦੀਆਂ ਸਰਮੌਰ ਸੰਸਥਾਵਾਂ, ਸਾਡੀਆਂ ਸੰਪਰਦਾਵਾਂ, ਸਾਡਾ ਸੰਤ ਸਮਾਜ ਜਾਂ ਹੋਰ ਸਾਡੀਆਂ ਜਿਹੜੀਆਂ ਮੁਖੀ ਜਥੇਬੰਦੀਆਂ ਨੇ ਜੋ ਪੰਜਾਬ ਦੇ ਸਿੱਖਾਂ ਦੀ ਨੁਮਾਇੰਦਗੀ ਕਰਦੀਆਂ ਨੇ, ਉਹਨਾਂ ਨੂੰ ਅਣਗੋਲਿਆਂ ਕੀਤਾ ਜਾਂਦਾ, ਪ੍ਰਚਾਰਕਾਂ ਨੂੰ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ, ਇਹਦਾ ਕੀ ਕਾਰਨ ਸਮਝਦੇ ਹੋ? ਇੱਕ ਪਾਸੇ ਤੁਸੀਂ ਇਹ ਸ਼ਬਦ ਵਰਤਿਆ ਵੀ ਫੁੱਲ ਨੂੰ ਫੁੱਲ ਕਹਿੰਦੇ ਨੇ ਅਤੇ ਕੰਡੇ ਨੂੰ ਕੰਡਾ ਕਹਿੰਦੇ ਨੇ, ਬਸ ਆਹੀ ਕਾਰਨ ਹੈ, ਆਹੀ ਕਾਰਨ ਹੈ, ਮੇਨ ਜਿਹੜਾ ਕਾਰਨ ਹੈ ਨਾ, ਉਹ ਫੁੱਲ ਨੂੰ ਫੁੱਲ ਕਹਿੰਦੇ ਨੇ, ਕੰਡੇ ਨੂੰ ਕੰਡਾ ਕਹਿੰਦੇ ਨੇ, ਇਹਦੇ ਅਰਥ ਇਹ ਨੇ ਵੀ ਸ਼ਰਾਬੀ ਨੂੰ ਸ਼ਰਾਬੀ ਕਹਿੰਦੇ ਨੇ, ਗਲਤ ਨੂੰ ਗਲਤ ਕਹਿੰਦੇ ਨੇ, ਝੂਠੇ ਨੂੰ ਝੂਠਾ ਕਹਿੰਦੇ ਨੇ, ਕਰੈਕਟਰ ਲੈਸ ਨੂੰ ਕਰੈਕਟਰ ਲੈਸ ਕਹਿੰਦੇ ਨੇ, ਫੁੱਲ ਨੂੰ ਫੁੱਲ ਅਤੇ ਕੰਡੇ ਨੂੰ ਕੰਡਾ ਕਹਿਣ ਦੇ ਅਰਥ ਇਹ ਬਣਦੇ ਨੇ ਵੀ ਹਨੇਰੇ ਨੂੰ ਹਨੇਰਾ ਕਹਿੰਦੇ ਨੇ, ਚਾਨਣ ਨੂੰ ਚਾਨਣ ਕਹਿੰਦੇ ਨੇ। ਪਰ ਜਿਹੜਾ ਅੱਜ ਦਾ ਸਾਡਾ ਸੰਤਵਾਦ ਹੈ, ਉਹ ਕਹਿੰਦੇ ਜੀ ਅਸੀਂ ਹਨੇਰੇ ਵਿੱਚ ਸਾਨੂੰ ਚਾਨਣ ਪੇਸ਼ ਕਰੋ। ਜਿਵੇਂ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਵਾਂ, ਮੇਰੇ ਵੀ ਪਹਿਲੇ 2-4 ਸਾਲ ਸਾਧਾਂ ਦੇ ਵਿੱਚ ਲੰਘੇ ਨੇ, ਇਸ ਕਰਕੇ ਮੈਨੂੰ ਇਹਨਾਂ ਦੀਆਂ ਕਮਜ਼ੋਰੀਆਂ ਦਾ ਪਤਾ ਹੈ। ਜਦੋਂ ਕੋਈ ਸ਼ਰਧਾਲੂ ਹੁੰਦਾ ਹੈ ਨਾ, ਉਸੇ ਵੇਲੇ ਉਹ ਭੱਜ ਕੇ ਮੇਰੀ ਮਾਲਾ ਫੜਾ ਮੇਰੀ ਮਾਲਾ, ਉਹ ਮੇਰੀ ਮਾਲਾ ਫੜਾ ਭੱਜ ਕੇ ਤੌਲੀਆ ਮੇਰੇ ਅੱਗੇ ਰੱਖ ਦੇ, ਬਾਬਾ ਜੀ ਕੀ ਕਹੀਏ, ਬਾਹਰ ਸੰਗਤ ਆਈ ਹੈ, ਉਹਨਾਂ ਨੂੰ ਕਹਿ ਦਿਓ ਬਾਬਾ ਜੀ ਸਿਮਰਨ ਕਰਦੇ ਨੇ, ਠੀਕ। ਇਹਦਾ ਮਤਲਬ ਜਿਹੜਾ ਉਹਦੀ ਸੈਟਿੰਗ ਇਹਨਾਂ ਨਾਲ ਆ ਸਕਦੀ ਹੈ, ਉਹਦਾ ਤਾਲਮੇਲ ਇਹਨਾਂ ਨਾਲ ਜੁੜ ਸਕਦਾ ਆ, ਜਿਹੜੇ ਹਨੇਰੇ ਨੂੰ ਚਾਨਣ ਆਖਣ, ਜਿਹੜੇ ਹਨੇਰੇ ਨੂੰ ਹਨੇਰਾ ਆਖਣ ਅਤੇ ਚਾਨਣ ਨੂੰ ਚਾਨਣ ਆਖਣ, ਉਹਨਾਂ ਨਾਲ ਕਦੀ ਨਹੀਂ ਬਣੇਗੀ। ਨੰਬਰ 2, ਸਿਰਮੌਰ ਸੰਸਥਾਵਾਂ ਦੀ ਗੱਲ ਹੈ। ਸੰਸਥਾ ਜਿੰਨਾ ਕੁ ਮੈਂ ਦੇਖਿਆ, ਕੋਈ ਵੀ ਸੰਸਥਾ ਦੁੱਧ ਧੋਤੀ ਨਹੀਂ ਹੈ, ਕੋਈ ਨਾ ਕੋਈ ਕਮਜ਼ੋਰੀਆਂ ਨੇ। ਜਦੋਂ ਪ੍ਰਚਾਰਕ ਉਸ ਕਮਜ਼ੋਰੀ ਨੂੰ ਪਕੜਦਾ ਅਤੇ ਲੋਕਾਂ ਦੇ ਸਾਹਮਣੇ ਜਗ ਜ਼ਾਹਰ ਕਰਦਾ, ਉਹਨਾਂ ਨੂੰ ਇਹ ਪ੍ਰਚਾਰਕ ਜ਼ਹਿਰ ਵਰਗਾ ਲੱਗਦਾ। ਜਿਵੇਂ ਮੈਂ ਤੁਹਾਨੂੰ ਇੱਕ ਘਟਨਾ ਸੁਣਾਉਣੀ ਚਾਹੁੰਦਾ ਵਾਂ, ਪ੍ਰਕਾਸ਼ ਸਿੰਘ ਜੀ, ਮੈਂ ਤੁਹਾਡੇ ਕੋਲ ਦਿੱਲੀ ਗਿਆ ਸਾਂ, ਅਤੇ ਉਹਨਾਂ ਦਿਨਾਂ ਦੀ ਗੱਲ ਹੈ, ਮੈਂ ਇੱਕ ਸਟੇਜ 'ਤੇ ਇੱਕ ਸਮਾਗਮ 'ਤੇ ਕਥਾ ਕੀਤੀ। ਪ੍ਰਬੰਧਕ ਮੇਰੇ ਕੋਲ ਆਇਆ ਅਤੇ ਆ ਕੇ ਕਹਿਣ ਲੱਗੇ, ਭਾਈ ਸਾਹਿਬ ਜੀ ਤੁਹਾਨੂੰ ਹੋਰ ਬੜੇ ਮੁੱਦੇ ਸਨ, ਤੁਸੀਂ ਸ਼ਰਾਬ 'ਤੇ ਨਹੀਂ ਸੀ ਬੋਲਣਾ। ਮੈਂ ਕਿਹਾ ਸ਼ਰਾਬ 'ਤੇ ਨਹੀਂ ਸੀ ਬੋਲਣਾ, ਸ਼ਰਾਬ ਹੀ ਤਾਂ ਇੱਕ ਮੁੱਦਾ ਹੈ ਨਾ, ਨਹੀਂ ਤੁਸੀਂ ਹੋਰ ਜਿਹੜੇ ਮਰਜ਼ੀ ਮੁੱਦਿਆਂ 'ਤੇ ਬੋਲੋ, ਥੋੜ੍ਹੇ ਮੁੱਦੇ ਨੇ ਗੁਰਮਤ ਵਿੱਚ, ਤੁਸੀਂ ਸ਼ਰਾਬ 'ਤੇ ਨਹੀਂ ਸੀ ਬੋਲਣਾ। ਮੈਂ ਬੜਾ ਹੈਰਾਨ ਹੋ ਗਿਆ ਵੀ ਸ਼ਰਾਬ 'ਤੇ ਨਹੀਂ ਸੀ ਬੋਲਣਾ। ਮੈਂ ਇੱਕ ਸੱਜਣ ਨੂੰ ਪੁੱਛਿਆ, ਮੈਂ ਕਿਹਾ ਵੀ ਇਹ ਕਿਉਂ ਕਹਿੰਦਾ ਵੀ ਸ਼ਰਾਬ 'ਤੇ ਨਹੀਂ ਬੋਲਣਾ? ਕਹਿੰਦੇ ਭਾਈ ਸਾਹਿਬ, ਇਹ ਆਪ ਇੱਕ ਨੰਬਰ ਦਾ ਸ਼ਰਾਬੀ ਹੈ ਜੀ, ਇਹਦੇ ਬੱਚੇ ਇੱਕ ਨੰਬਰ ਦੇ ਸ਼ਰਾਬੀ ਨੇ, ਉੱਧਰੋਂ ਗੁਰਦੁਆਰੇ ਦੇ ਉੱਪਰ ਕਬਜ਼ਾ ਵੀ ਇਸੇ ਨੇ ਕੀਤਾ ਅਤੇ ਛੱਡ ਕੇ ਰਾਜ਼ੀ ਨਹੀਂ ਹੈ, ਇਸ ਕਰਕੇ ਇਹ ਆਪਣੇ ਤਰੀਕੇ ਦਾ ਪ੍ਰਚਾਰ ਕਰਵਾਉਣਾ ਚਾਹੁੰਦਾ। ਅਤੇ ਤੁਸੀਂ ਉਸ ਪ੍ਰਚਾਰ ਨੂੰ ਨਹੀਂ ਮੰਨਦੇ, ਇਹਦੇ ਦਿੱਤੇ ਹੋਏ ਪ੍ਰਚਾਰ ਨੂੰ ਤੁਸੀਂ ਸਹਿਮਤ ਨਹੀਂ ਹੁੰਦੇ, ਤੁਸੀਂ ਫੁੱਲ ਨੂੰ ਫੁੱਲ ਕਹਿੰਦੇ ਹੋ, ਕੰਡੇ ਨੂੰ ਕੰਡਾ ਕਹਿੰਦੇ ਹੋ, ਸ਼ਰਾਬੀ ਨੂੰ ਸ਼ਰਾਬੀ ਕਹਿੰਦੇ ਹੋ, ਇਸ ਕਰਕੇ ਤੁਹਾਨੂੰ ਇਹਦਾ ਪ੍ਰਚਾਰ ਨਹੀਂ ਜਚਿਆ ਕਿਉਂਕਿ ਇਹ ਆਪ ਸ਼ਰਾਬੀ, ਇਹਦੇ ਮੁੰਡੇ ਸ਼ਰਾਬੀ ਨੇ। ਮੈਂ ਕਿਹਾ ਫਿਰ ਗੱਲ ਤਾਂ ਉਹ ਬਣ ਗਈ, ਆਪਣੇ ਇੱਕ ਪੇਂਡੂ ਅਖਾਣ ਹੁੰਦਾ ਸੀ, ਰੋਵੇ ਯਾਰਾਂ ਨੂੰ ਨਾ ਲੈ ਲੈ ਭਰਾਵਾਂ ਦੇ। ਮੈਂ ਕਿਹਾ ਗੱਲ ਤਾਂ ਫਿਰ ਉਹ ਬਣ ਗਈ ਹੈ, ਰੋਂਦਾ ਕਮਜ਼ੋਰੀਆਂ ਆਪਣੇ ਵਿੱਚ, ਗੁੱਸਾ ਸਾਡੇ 'ਤੇ ਕੱਢਿਆ ਜਾ ਰਿਹਾ। ਜਿਹੜਾ ਫੁੱਲ ਨੂੰ ਫੁੱਲ ਕਹਿੰਦਾ, ਕੰਡੇ ਨੂੰ ਕੰਡਾ ਕਹਿੰਦਾ ਨਾ, ਉਹ ਪ੍ਰਚਾਰਕ ਇਹਨਾਂ ਨੂੰ ਕਦੀ ਵੀ ਚੰਗਾ ਨਹੀਂ ਲੱਗੇਗਾ। ਮੈਂ ਇੱਥੇ ਤੁਹਾਨੂੰ ਇੱਕ ਹੋਰ ਸਵਾਲ ਕਰਨਾ ਚਾਹੁੰਦਾ, ਅੱਜ ਸਾਡੇ ਪੰਜਾਬ ਦੇ ਵਿੱਚ ਡੇਰਾਵਾਦ ਜਿਹੜਾ ਵਾ ਇੰਨਾ ਕਾਮਯਾਬ ਕਿਉਂ ਹੋ ਰਿਹਾ, ਇਹਦਾ ਕੀ ਮੁੱਖ ਕਾਰਨ ਤੁਸੀਂ ਸਮਝਦੇ ਹੋ? ਇੱਕ ਮੈਨੂੰ ਹੋਰ ਸਮਝ ਪਈ ਹੈ, ਹੋ ਸਕਦਾ ਮੇਰਾ ਨਿੱਜੀ ਵਿਚਾਰ ਹੋਵੇ, ਸਾਰਿਆਂ 'ਤੇ ਥੋਪਿਆ ਨਹੀਂ ਜਾ ਸਕਦਾ ਜੀ। ਅਸਲ ਦੇ ਵਿੱਚ ਤੁਸੀਂ ਕਦੀ ਵੀ ਦੇਖੋ, ਕਿਸੇ ਪ੍ਰਬੰਧਕ ਕਮੇਟੀ ਹੈ ਜਾਂ ਗੁਰਦੁਆਰੇ ਨੇ ਜਾਂ ਕਿਸੇ ਵੀ ਪ੍ਰਕਾਰ ਹੈ, ਉਹਦੇ ਵਿੱਚ ਜੇ 5 ਮੈਂਬਰ ਨੇ ਤਾਂ ਇਹਨਾਂ ਦੀ ਆਪਸੀ ਵਿਚਾਰਾਂ ਦਾ ਕਾਫੀ ਫਰਕ ਹੁੰਦਾ। ਇੱਕ ਨੇ ਗੱਲ ਰੱਖੀ ਹੈ ਤਾਂ ਦੂਸਰੇ ਨੇ ਉਹਦੀ ਗੱਲ ਨੂੰ ਕੱਟਣਾ, ਉਹਨੇ ਕਹਿਣਾ ਵੀ ਜੇ ਇਹਦੀ ਗੱਲ ਪੁੱਗ ਗਈ ਤਾਂ ਮੇਰੇ ਪੱਲੇ ਕੁਛ ਨਹੀਂ ਰਹਿ ਜਾਂਦਾ, ਇਹ ਈਗੋ ਬੜੀ ਵੱਡੀ ਹੈ। ਇਹਦੇ ਵਿੱਚ ਕੀ ਚੱਕਰ ਹੈ ਵੀ ਅਸੀਂ ਇੱਕ ਦੂਸਰੇ ਦੀਆਂ ਲੱਤਾਂ ਖਿੱਚਦੇ ਹਾਂ, ਅਤੇ ਡੇਰੇ ਤਾਂ ਕਾਮਯਾਬ ਨੇ ਕਿਉਂਕਿ ਇੱਕ ਬੰਦਾ ਅਤੇ ਉਹਦਾ ਹੀ ਹੁਕਮ ਚੱਲਦਾ, ਜੋ ਬਾਬੇ ਨੇ ਕਹਿ ਤਾ ਉਹ ਸਾਰਿਆਂ ਨੇ ਮੰਨਣਾ। ਸਾਡੇ ਕੀ ਹੈ ਵੀ ਇੱਕ ਨੇ ਕਹਿ ਦਿੱਤਾ ਦੂਜੇ ਨੇ ਉਹਨੂੰ ਕੱਟਣਾ, ਇੱਕ ਨੇ ਕਹਿ ਦਿੱਤਾ ਦੂਜੇ ਨੇ ਉਹਦੀਆਂ ਲੱਤਾਂ ਖਿੱਚਣੀਆਂ ਨੇ, ਇੱਕ ਮੇਨ ਬੜਾ ਵੱਡਾ ਇਹ ਕਾਰਨ ਹੈ।
ਬਾਬਾ ਜੀ ਨੇ ਜੋ ਕਹਿ ਦਿੱਤਾ ਸਾਰੀ ਸੰਗਤ ਨੇ ਉਹਨੂੰ ਮੰਨ ਲਿਆ। ਔਰ ਨੰਬਰ 2, ਹੁਣ ਇਸ ਚੀਜ਼ ਦਾ ਸਿਆਸੀ ਬੰਦਿਆਂ ਨੂੰ ਵੀ ਪਤਾ ਵੀ ਜੋ ਬਾਬਾ ਜੀ ਨੇ ਕਹਿ ਦਿੱਤਾ ਇਹਨਾਂ ਨੇ ਮੰਨ ਲੈਣਾ। ਉਹ ਕਹਿੰਦੇ ਕਿਉਂ ਨਾ ਫਿਰ ਇੱਕ ਇੱਕ ਦੇ ਘਰ ਦੇ ਵਿੱਚ ਜਾਣ ਦੇ ਨਾਲ ਸਿੱਧਾ ਬਾਬੇ ਕੋਲ ਜਾ ਵੜੋ। ਅੱਜ ਬੜੀ ਵੱਡੀ ਸਿਆਸਤ ਹੋ ਰਹੀ ਹੈ ਜੀ, ਜਿਹੜੀਆਂ ਵੱਡੀਆਂ ਵੱਡੀਆਂ ਐਂਟੀ ਸਿੱਖ ਸੰਸਥਾਵਾਂ ਨੇ ਜਿਨ੍ਹਾਂ ਦੇ ਬਾਬਤ ਆਪਾਂ ਨਾਮ ਲੈਣਾ ਵੀ ਨਹੀਂ ਚਾਹੁੰਦੇ, ਤੁਹਾਨੂੰ ਚੰਗੀ ਤਰ੍ਹਾਂ ਪਤਾ ਕਿਉਂਕਿ ਤੁਸੀਂ ਇਹਨਾਂ ਮੁੱਦਿਆਂ ਵਿੱਚ ਬੜੇ ਸਰਗਰਮ ਰਹੇ ਹੋ, ਔਰ ਤੁਹਾਨੂੰ ਚੰਗੀ ਤਰ੍ਹਾਂ ਪਤਾ ਜਿਨ੍ਹਾਂ ਸੰਸਥਾਵਾਂ ਦੇ ਅਸੀਂ ਨਾਮ ਲੈਣਾ ਵੀ ਨਹੀਂ ਚਾਹੁੰਦੇ, ਇਹ ਵੱਡੇ ਵੱਡੇ ਨੇਤਾ ਲੋਕ ਨੇ ਉਹਨਾਂ ਦੇ ਜਾ ਕੇ ਪੈਰੀ ਪੈਂਦੇ ਨੇ। ਕਿਉਂ ਪੈਂਦੇ ਨੇ? ਬੜਾ ਬੜਾ ਵੱਡਾ ਕਾਰਨ ਹੈ। ਉਹਦਾ ਕਾਰਨ ਇਹ ਹੈ, ਉਹਨਾਂ ਨੂੰ ਪਤਾ ਵੀ ਇੱਕ ਇੱਕ ਦੇ ਘਰ ਜਾਣ ਨਾਲੋਂ ਸਿੱਧਾ ਇਹਦੇ ਕੋਲ ਚਲੇ ਜਾਓ, ਕਿਉਂਕਿ ਜੋ ਇਹਨੇ ਕਹਿਤਾ ਸਾਰੀ ਸੰਗਤ ਨੇ ਉਵੇਂ ਮੰਨ ਲੈਣਾ, ਔਰ ਸਾਡੇ ਵੋਟਾਂ ਦੇ ਵਿੱਚ ਬੜਾ ਜ਼ਿਆਦਾ ਵਾਧਾ ਹੋ ਜਾਣਾ। ਅਤੇ ਆਮ ਲੋਕਾਂ ਨੂੰ ਲੱਗਦਾ ਵੀ ਇਹ ਜਿਹੜੇ ਆਏ ਨੇ ਵੱਡੇ ਵੱਡੇ ਨੇਤਾ ਲੋਕ ਆਮ ਸੰਗਤ ਨੂੰ, ਇਹ ਤਾਂ ਸਾਡੇ ਬਾਬਾ ਜੀ ਦੇ ਸ਼ਰਧਾਲੂ ਨੇ, ਇਹ ਸਾਡੇ ਬਾਬਾ ਜੀ ਦੇ ਪੈਰੀ ਪੈਂਦੇ ਨੇ। ਜਿਵੇਂ ਵੀਰ ਅੰਗਰੇਜ਼ ਸਿੰਘ ਨੇ ਦੱਸਿਆ ਵੀ ਇਹਨਾਂ ਦਾ ਤਾਲਮੇਲ ਇੰਝ ਜੁੜ ਗਿਆ, ਉਹ ਇਹਨਾਂ ਦੀ ਵੋਟ ਵਰਤਦੇ ਨੇ, ਇਹ ਉਹਨਾਂ ਦੀ ਪਾਵਰ ਵਰਤਦੇ ਨੇ। ਜਿਹੜਾ ਸੰਤ ਨੇ ਜਾਂ ਡੇਰਾਵਾਦ ਨੇ ਇਹ ਉਹਨਾਂ ਦੀ ਪਾਵਰ ਦੀ ਵਰਤੋਂ ਕਰਦੇ ਨੇ, ਅਤੇ ਉਹ ਜਿਹੜੇ ਨੇ ਉਹ ਇਹਨਾਂ ਦੀ ਵੋਟ ਬੈਂਕ ਦੀ ਵਰਤੋਂ ਕਰਦੇ ਨੇ। ਬਸ ਆਹ ਤਾਲਮੇਲ ਇਹਨਾਂ ਦਾ ਜੁੜਿਆ ਹੋਇਆ ਜਿਹਦੇ ਕਰਕੇ ਡੇਰੇ। ਮੈਂ ਤੁਹਾਡੀਆਂ ਗੱਲਾਂ ਦੇ ਨਾਲ ਸਹਿਮਤ ਵੀ ਹਾਂ, ਪਰ ਮੈਂ ਇੱਥੇ ਇੱਕ ਹੋਰ ਤੁਹਾਡੀ ਗੱਲਾਂ 'ਚੋਂ ਗੱਲ ਸਾਂਝੀ ਤੁਹਾਡੇ ਨਾਲ ਕਰਨੀ ਚਾਹੁੰਦਾ। ਭਾਈ ਹਰਪ੍ਰੀਤ ਸਿੰਘ ਜੀ ਨਾਲ ਵੀ ਇਸ ਗੱਲ ਦੀ ਸਾਂਝ ਕੀਤੀ ਆ। ਅੱਜ ਸਾਡਾ ਨੌਜਵਾਨ ਵਰਗ ਜਿਹੜਾ ਵਾ ਉਹ ਸਿੱਖੀ ਨਾਲ ਜੁੜਨਾ ਚਾਹੁੰਦਾ, ਸੱਚ ਨਾਲ, ਸਿਧਾਂਤ ਨਾਲ ਜੁੜਨਾ ਚਾਹੁੰਦਾ, ਪਰ ਸਾਨੂੰ ਰਾਹ ਨਹੀਂ ਨਜ਼ਰ ਆ ਰਿਹਾ। ਅੱਜ ਦੀ ਨੌਜਵਾਨ ਪੀੜ੍ਹੀ ਆਗੂ ਲੱਭਦੀ ਹੈ, ਸਾਨੂੰ ਆਗੂ ਨਹੀਂ ਲੱਭ ਰਿਹਾ ਕਿ ਅਸੀਂ ਕਿਹਦੇ ਨਾਲ ਜੁੜੀਏ। ਤੁਸੀਂ ਡੇਰਾਵਾਦ ਦੀ ਗੱਲ ਕੀਤੀ ਅਤੇ ਹੋਰ ਕਾਫੀ ਮੁੱਦਿਆਂ 'ਤੇ ਚਰਚਾ ਹੋਈ, ਅਤੇ ਆਪਾਂ ਗੱਲ ਕੀਤੀ ਵੀ ਹਰ MP MLA ਆਪਣੇ ਸੰਬੰਧਿਤ ਇਲਾਕੇ ਦੇ ਨਗਰ ਦੇ ਗੁਰਦੁਆਰੇ ਨਾਲ ਡੇਰੇ ਦੇ ਨਾਲ ਜੁੜਿਆ ਹੋਇਆ ਵਾ, ਅਤੇ ਇਹ ਗੱਲ ਇੰਨੀ ਕੁ ਹਾਵੀ ਹੋ ਚੁੱਕੀ ਆ ਕਿ ਸਾਡੇ ਜਿੰਨੇ ਵੀ ਸੰਤ ਸਮਾਜ ਦੇ ਆਗੂ ਨੇ, ਗੁਰਦੁਆਰੇ ਨੇ, ਪ੍ਰਬੰਧਕ ਕਮੇਟੀਆਂ ਨੇ, ਇਹਨਾਂ ਦੇ ਉੱਤੇ ਬਹੁਤ ਵੱਡਾ ਬੋਲਬਾਲਾ ਜਿਹੜਾ ਵਾ ਇਹ ਰਾਜਨੀਤੀ ਦਾ ਹੋ ਚੁੱਕਿਆ। ਅਤੇ ਸਾਡੇ ਨੌਜਵਾਨ ਜਿਹੜੇ ਨਰੋਲ ਨੇ, ਜਿਨ੍ਹਾਂ ਨੂੰ ਜਿਹੜੇ ਰਾਜਨੀਤੀ ਤੋਂ ਦੂਰ ਨੇ, ਸਿਰਫ ਧਰਮ ਦੀ ਗੱਲ ਕਰਨੀ ਚਾਹੁੰਦੇ ਆ, ਸੱਚ ਦੀ ਗੱਲ ਕਰਨੀ ਚਾਹੁੰਦੇ ਆ, ਸਿਧਾਂਤ ਦੀ ਗੱਲ ਕਰਨੀ ਚਾਹੁੰਦੇ ਆ, ਅਸੂਲ ਦੀ ਗੱਲ ਕਰਨੀ ਚਾਹੁੰਦੇ ਆ, ਅੱਜ ਜੇ ਉਹ ਨੌਜਵਾਨ ਜਾਣਾ ਚਾਹੇ ਉਹ ਕਿੱਧਰ ਜਾਵੇ, ਕਿਹਦੇ ਨਾਲ ਜੁੜੇ, ਕੀ ਕਰੇ, ਕੁਛ ਸਾਡੇ ਇਹ ਮੀਡੀਆ ਰਾਹੀਂ, ਕਿਉਂਕਿ ਆਹ ਜਿਹੜੀ ਵੀਡੀਓ ਜੋ ਅੱਜ ਚਰਚਾ ਹੋ ਰਹੀ ਹੈ ਇਹ ਲੱਖਾਂ ਨਹੀਂ, ਹਜ਼ਾਰਾਂ ਨਹੀਂ, ਇਹ ਕਰੋੜਾਂ ਨੌਜਵਾਨਾਂ ਨੇ ਸੁਣਨੀ ਆ, ਜਿਹੜੀ ਸਾਡੀ ਆਉਣ ਵਾਲੀ ਦੇਸ਼ ਦਾ, ਸਾਡੀ ਕੌਮ ਦਾ ਸਰਮਾਇਆ ਵਾ। ਤੁਹਾਡੀਆਂ ਗੱਲਾਂ ਦੇ ਨਾਲ ਉਹਨਾਂ ਦੇ ਜੀਵਨ 'ਤੇ ਅਸਰ ਪੈਣਾ ਵਾ, ਉਹਨਾਂ ਨੇ ਇਹਦੇ ਵਿੱਚੋਂ ਤੁਹਾਡੀਆਂ ਗੱਲਾਂ 'ਚੋਂ ਆਪਣੇ ਜੀਵਨ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਹੈ, ਉਹਨਾਂ ਨੂੰ ਮਾਰਗ ਦੇਖਣਾ ਵਾ ਕਿ ਸੱਚ ਕੀ ਹੈ, ਕਿੱਧਰਲੇ ਪਾਸੇ ਸਾਨੂੰ ਤੁਰਨਾ ਚਾਹੀਦਾ ਵਾ, ਸੱਚ ਦੇ ਮਗਰ ਲੱਗਣਾ ਚਾਹੀਦਾ ਜਾਂ ਝੂਠ ਦੇ ਮਗਰ ਲੱਗਣਾ ਚਾਹੀਦਾ। ਇਹਦੇ ਬਾਰੇ ਤੁਸੀਂ ਵੀਰ ਹਰਪ੍ਰੀਤ ਸਿੰਘ ਜੀ ਔਰ ਭਾਈ ਅੰਗਰੇਜ਼ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ? ਇਹਦੇ ਬਾਰੇ ਮੈਂ ਇੱਕ ਗੱਲ ਛੋਟੀ ਜਿਹੀ ਦੱਸਣੀ ਚਾਹੁੰਦਾ ਵਾਂ। ਇੱਕ ਜ਼ਰੀਆ ਕੋਈ ਨਾ ਕੋਈ ਬਣਦਾ ਆ, ਜਿਹੜਾ ਜ਼ਰੀਆ ਬਣਦਾ ਆ ਉਹ ਜ਼ਰੀਆ ਜਿਹੜਾ ਇਹਨੇ ਰੋਲ ਹੋਣਾ ਚਾਹੀਦਾ ਆ। ਜਿਵੇਂ ਵੀਰ ਜੀ ਨੇ ਦੱਸਿਆ ਕਿ ਵਿਚਕਾਰ ਜਿਹੜੇ ਬੰਦੇ ਆ ਜਾਂਦੇ ਨੇ, ਜਿਵੇਂ ਬੰਦਾ ਜੁੜਨਾ ਚਾਹੁੰਦਾ ਆ, ਉਹ ਕੋਈ ਕਿਸੇ ਸੰਸਥਾ ਦੇ ਰਾਹੀਂ ਜੁੜਿਆ, ਕੋਈ ਕਿਸੇ ਬਾਬੇ ਦੇ ਰਾਹੀਂ ਜੁੜਿਆ, ਕੋਈ ਕਿਸੇ ਪ੍ਰਚਾਰਕ ਦੇ ਰਾਹੀਂ ਜੁੜਿਆ, ਕੋਈ ਕਿਸੇ ਰਾਗੀ ਜਾਂ ਢਾਡੀ ਦੇ ਰਾਹੀਂ ਜੁੜਿਆ, ਬਿਲਕੁਲ ਵੀ ਸਿੱਧਾ ਨਹੀਂ ਜੁੜਿਆ। ਨਹੀਂ, ਇਹਦੇ ਵਿੱਚ ਕੋਈ ਐਸੀ ਗੱਲ ਨਹੀਂ। ਜੇ ਮੰਨ ਲਓ ਇੱਕ ਪ੍ਰਚਾਰਕ ਨੇ ਕੋਈ ਗੁਰੂ ਦੀ ਗੱਲ ਦੱਸੀ ਹੈ ਅਤੇ ਉਹ ਗੁਰੂ ਦੀ ਗੱਲ ਨੂੰ ਫੋਲੋ ਕਰ ਗਿਆ ਬੰਦਾ, ਉਹ ਜੁੜ ਗਿਆ, ਕੋਈ ਐਸੀ ਗੱਲ ਨਹੀਂ। ਪਰ ਇਹਦੇ ਵਿੱਚ ਕਈ ਵਾਰੀ ਵਿਚੋਲੇ ਗੁੰਮਰਾਹ ਵੀ ਕਰਦੇ ਨੇ ਜੀ। ਵਿਚੋਲੇ ਅੱਜ ਦੇ ਜਿਹੜੇ ਸਮੇਂ ਦੇ ਵਿੱਚ ਹੈ, ਵਿਚੋਲਾ ਜਿਹੜਾ ਆ ਉਹ ਗੁੰਮਰਾਹ ਬਹੁਤ ਕਰ ਰਿਹਾ, ਖਾਸ ਕਰਕੇ ਆਪਣਾ ਸਾਧ ਲਾਣਾ। ਇੱਕ ਬੱਚੇ ਦਾ ਸਵਾਲ ਹੈ, ਉਹ ਜਜ਼ਬਾਤੀ ਹੋ ਗਿਆ, ਉਹ ਸਵਾਲ ਦਾ ਜਵਾਬ ਲੈਣਾ ਚਾਹੁੰਦਾ। ਉਹਨੂੰ ਸਵਾਲ ਦਾ ਜਵਾਬ ਐਟ ਏ ਟਾਈਮ ਦੇਣ ਦੀ ਬਜਾਏ ਆਪਣੇ ਡੇਰੇ ਦਾ ਐਡਰੈਸ ਦਿੱਤਾ ਜਾਂਦਾ, ਇਹਦੀ ਕੀ ਤੁੱਕ ਬਣਦੀ ਹੈ? ਇਹਦਾ ਮਤਲਬ ਤੂੰ ਸਾਡੇ ਕੋਲ ਪੂਰਨਮਾਸ਼ੀ 'ਤੇ ਆਈ, ਤੂੰ ਸਾਡੇ ਕੋਲ ਸੰਗਰਾਂਦ 'ਤੇ ਆਈ, ਤੂੰ ਸਾਡੇ ਕੋਲ ਫਲਾਣੇ ਤਿਉਹਾਰ ਦੇ ਉੱਪਰ ਆਈ, ਤੂੰ ਬਾਬਾ ਜੀ ਦੇ ਜਨਮ ਦਿਨ ਦੇ ਉੱਪਰ ਆਈ, ਵੱਧ ਤੋਂ ਵੱਧ ਤੂੰ ਸੰਗਤ ਲੈ ਕੇ ਆਈ। ਇਹ ਆਪਣੇ ਨਾਲ ਜੋੜਨ ਦੇ ਇੱਕ ਤਰੀਕੇ ਨੇ। ਪਰ ਜਿਹੜਾ ਵੀਰ ਜੀ ਨੇ ਜਵਾਬ ਦਿੱਤਾ ਹੈ ਕਿ ਹਰ ਇੱਕ ਨੂੰ ਆਪਣੇ ਆਪ ਜੁੜਨਾ ਚਾਹੀਦਾ, ਜਿਵੇਂ ਅੱਜ ਦਾ ਇੱਕ ਬੱਚਾ, ਜਿਵੇਂ ਤੁਸੀਂ ਦੱਸਿਆ ਵੀ ਉਹਨੂੰ ਰਾਹ ਨਹੀਂ ਲੱਭਦਾ, ਇਹ ਵੀਰ ਜੀ ਦੱਸਦੇ ਨੇ ਕਿ ਆਪਣੇ ਆਪ ਜੁੜਨਾ ਚਾਹੀਦਾ। ਮੈਂ ਤੁਹਾਡੀ ਦੋਵਾਂ ਦੀਆਂ ਗੱਲਾਂ ਨਾਲ ਸਹਿਮਤ ਹਾਂ, ਪਰ ਬੱਚੇ ਨੂੰ ਘੱਟੋ ਘੱਟ ਦੱਸਿਆ ਜਾ ਸਕਦਾ ਵੀ ਜੇ ਤੂੰ ਮੋਬਾਈਲ ਯੂਜ਼ ਕਰਦਾ, ਤੂੰ ਐਂਡਰਾਇਡ ਮੋਬਾਈਲ ਯੂਜ਼ ਕਰਦਾ, ਠੀਕ, ਉਹਦੇ 'ਤੇ ਤੂੰ ਕਿਹੜੇ ਕਿਹੜੇ ਐਸੇ ਸੋਫਟਵੇਅਰ ਨੇ ਜਿਹੜੇ ਤੂੰ ਆਪਣੇ ਮੋਬਾਈਲ ਵਿੱਚ ਡਾਊਨਲੋਡ ਕਰ ਸਕਦਾ, ਜਿਨ੍ਹਾਂ ਤੋਂ ਤੂੰ ਗੁਰਮਤਿ ਸੇਧ ਲੈ ਸਕਦਾ, ਠੀਕ ਹੈ ਜੀ, ਉਹ ਤਾਂ ਘੱਟੋ ਘੱਟ ਦੱਸਿਆ ਜਾ ਸਕਦਾ ਆ। ਕਿਹੜੇ ਐਸੇ, ਹੁਣ ਇੱਕ ਬੱਚੇ ਸਾਨੂੰ ਕਈ ਵਾਰੀ ਪੁੱਛਦੇ ਨੇ, ਸਾਨੂੰ ਕੋਈ ਐਸੀ ਬੁੱਕ ਦੱਸੋ ਜੀ ਜਿਹਦੇ ਵਿੱਚ ਸਿੱਖੀ ਦੀ ਜਾਣਕਾਰੀ ਹੋਵੇ, ਸਾਨੂੰ ਕੋਈ ਐਸੇ ਇੰਟਰਨੈਟ ਦੇ ਉੱਪਰ ਸਾਈਟਸ ਦੱਸੋ ਜਿਹਦੇ ਵਿੱਚ ਗੁਰਮਤਿ ਦੀ ਜਾਣਕਾਰੀ ਹੋਵੇ। ਘੱਟੋ ਘੱਟ ਐਸੀਆਂ ਸਾਈਟਸ ਦੱਸੀਆਂ ਜਾ ਸਕਦੀਆਂ ਨੇ ਬੱਚੇ ਨੂੰ ਜਿੱਥੇ ਤੋਂ ਬੱਚਾ ਗਿਆਨ ਲੈ ਸਕੇ। ਕੋਈ ਐਸੀਆਂ ਫੇਸਬੁੱਕ ਦੇ ਉੱਪਰ IDs ਦੱਸੀਆਂ ਜਾ ਸਕਦੀਆਂ ਨੇ
ਜਿਹੜੇ ਸੱਜਣ ਸਵਾਲਾਂ ਦੇ ਜਵਾਬ ਦਿੰਦੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਬੱਚੇ ਨੂੰ ਰਾਹੇ ਪਾਉਣ ਦਾ ਸਾਡੇ ਕੋਲ ਇਹ ਢੰਗ ਹੋਣਾ ਚਾਹੀਦਾ। ਮੈਂ ਪਿੱਛੇ ਇੱਕ ਸਮਾਗਮ ਦੇ ਉੱਪਰ ਗਿਆ, ਉਹ ਸਮਾਗਮ ਦੇ ਉੱਪਰ ਮੈਂ ਹੈਰਾਨ ਸਾਂ। ਅੰਮ੍ਰਿਤਸਰ ਸਮਾਗਮ ਸੀ ਅਤੇ ਉਹ ਸਮਾਗਮ ਸੀ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜੀ। ਜਿਸ ਵੇਲੇ ਉਹਨਾਂ ਨੇ ਬੁਲਾਇਆ, ਮੈਂ ਸਟੇਜ ਦੇ ਉੱਪਰ ਬੈਠ ਗਿਆ। 15 ਮਿੰਟ ਉਹ ਕਿਸੇ ਚਲੋ ਸੰਸਥਾ ਦੇ ਇੱਕ ਮੁਖੀ ਦੇ ਬਾਰੇ ਬੜਾ ਪ੍ਰਚਾਰ ਕਰ ਰਹੇ ਸਨ, ਬੜਾ ਪ੍ਰਚਾਰ ਕਰ ਰਹੇ ਸਨ। ਆਖਿਰਕਾਰ ਮੈਨੂੰ ਪੁੱਛਣਾ ਪੈ ਗਿਆ, ਮੈਂ ਕਿਹਾ ਮੈਨੂੰ ਸਮਝ ਇਸ ਗੱਲ ਦੀ ਨਹੀਂ ਆਈ ਵੀ ਤੁਸੀਂ ਜਨਮ ਦਿਨ ਬਾਬਾ ਦੀਪ ਸਿੰਘ ਦਾ ਮਨਾ ਰਹੇ ਹੋ ਕਿ ਜਿਹਦਾ ਨਾਮ ਲੈ ਰਹੇ ਹੋ ਉਹਦਾ ਮਨਾ ਰਹੇ ਹੋ, ਇਹਦਾ ਕਾਰਨ ਕੀ ਹੈ? ਉਹਨਾਂ ਨੇ ਦੱਸਿਆ, ਕਹਿਣ ਲੱਗੇ ਭਾਈ ਸਾਹਿਬ ਜੀ, ਹੁਣ ਤੱਕ 3 ਲੱਖ ਬੰਦਿਆਂ ਨੂੰ ਇਹ ਗੁਰੂ ਨਾਲ ਜੋੜ ਚੁੱਕੇ ਨੇ, ਅੱਜ ਇਸ ਕਰਕੇ ਸਨਮਾਨ ਰੱਖਿਆ। ਅਸੀਂ ਈਗੋ ਮਨ 'ਚ ਰੱਖ ਕੇ ਬੈਠੇ ਹਾਂ ਵੀ ਅਸੀਂ ਜੋੜਿਆ ਆ ਗੁਰੂ ਦੇ ਨਾਲ। ਅਸਲ ਵਿੱਚ ਇਹਨਾਂ ਨੇ ਗੁਰੂ ਨਾਲ ਨਹੀਂ ਜੋੜਿਆ, ਇਹਨਾਂ ਨੇ ਕਿਸੇ ਨਾ ਕਿਸੇ ਤੌਰ ਤਰੀਕੇ ਨਾਲ ਆਪਣੇ ਨਾਲ ਹੀ ਜੋੜਿਆ। ਮੈਂ ਬੜਾ ਹੈਰਾਨ ਹੋ ਜਾਂਦਾ ਮੈਂ, ਇਹ ਈਗੋ ਆਪਣੇ ਅੰਦਰ ਹੈ। ਜਿਵੇਂ ਵੀਰ ਜੀ ਨੇ ਬੜੀ ਪਿਆਰੀ ਉਦਾਹਰਣ ਦਿੱਤੀ ਵੀ ਭਾਈ ਜੋਧ ਕੋਲੋਂ ਸੁਣਿਆ, ਭਾਈ ਜੋਧ ਨੇ ਉਹਨਾਂ ਨੂੰ ਰਾਹ ਪਾ ਕੇ ਆਪ ਪਿੱਛੇ ਹਟ ਗਏ। ਇਸੇ ਪ੍ਰਕਾਰ ਬੀਬੀ ਅਮਰੋ ਸਿੱਧੀ ਲੈ ਗਈ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ, ਆਪ ਪਿੱਛੇ ਖੜ ਗਏ। ਇਹ ਪਿੱਛੇ ਨਹੀਂ ਹਟਦੇ, ਇਹ ਆਪਣੇ ਨਾਲ ਨਾਲ ਸਾਨੂੰ ਚੱਕੀ ਫਿਰਦੇ ਨੇ ਅਜੇ ਤੱਕ ਵੀ। ਇਹ ਸਾਡੀ ਸੰਗਤ ਹੈ, ਧਿਆਨ ਦਿਆ ਜੇ, ਗੁਰੂ ਕੀ ਸੰਗਤ ਨਹੀਂ, ਇਹ ਚਿੱਟੀਆਂ ਚੁੰਨੀਆਂ ਵਾਲੀ ਸਾਡੀ ਸੰਗਤ ਹੈ ਜਾਂ ਪੀਲੀਆਂ ਚੁੰਨੀਆਂ ਵਾਲੀ ਸਾਡੀ ਸੰਗਤ ਹੈ। ਅਤੇ ਜੇ ਕਿਸੇ ਗੁਰਦੁਆਰੇ ਦੇ ਵਿੱਚ ਉਹ ਪੁੱਛਦੇ ਨੇ ਨਾ ਵੀ ਭਾਈ ਸਾਹਿਬ ਆਪਣਾ ਸਮਾਗਮ ਕਰਾਉਣਾ, ਸੰਗਤ ਕਿੰਨੀ ਕੁ ਆ ਜਾਏਗੀ? ਘੱਟੋ ਘੱਟ 5000 ਬੰਦਾ ਸਾਡੀ ਆਪਣੀ ਸੰਗਤ ਹੈ। ਇਹ ਗੁਰੂ ਕੀ ਸੰਗਤ ਨਹੀਂ, ਕਿਸੇ ਨਾ ਕਿਸੇ ਰੂਪ ਦੇ ਵਿੱਚ ਜੋੜ ਕੇ ਆਪਣਤ ਹੀ ਜਣਾਈ ਜਾ ਰਹੀ ਹੈ, ਬੜੀ ਵੱਡੀ ਰੁਕਾ। ਅਤੇ ਮੈਂ ਮੱਖੂ ਸਾਹਿਬ ਤੁਹਾਡੇ ਨਾਲ ਇੱਕ ਹੋਰ, ਹਰਪ੍ਰੀਤ ਜੀ, ਇਸ ਗੱਲ ਨਾਲ ਸਹਿਮਤ ਹਾਂ, ਤੁਹਾਡੇ ਨਾਲ ਸਾਂਝੀ ਵੀ ਇੱਕ ਵਿਚਾਰ ਕਰਨੀ ਚਾਹੁੰਦਾ। ਜਿੱਦਾਂ ਕਈ ਪ੍ਰਚਾਰਕ ਵੀਰ ਜੀ ਮੈਂ ਦੇਖੇ ਨੇ, ਬੜੀ ਟਣਕਾ ਕੇ ਸੱਚ ਦੀ ਗੱਲ ਕਰਦੇ ਨੇ। ਜਿੱਦਾਂ ਮੈਂ ਪਹਿਲਾਂ ਵੀ ਇਸ ਗੱਲ ਦੀ ਤੁਹਾਡੇ ਨਾਲ ਵਿਚਾਰ ਕੀਤੀ, ਮੈਂ ਕਿਸੇ ਇੱਕ ਸਾਡੀ ਕੌਮ ਦੇ ਕਿਸੇ ਵੀਰ ਪ੍ਰਚਾਰਕ ਸਾਹਿਬ ਦੇ ਨਾਲ ਮੈਂ ਗੱਲ ਕੀਤੀ ਅਤੇ ਉਹਨਾਂ ਨੇ ਮੈਨੂੰ ਇੱਕ ਅੱਗੋਂ ਗੱਲ ਕੀਤੀ। ਉਹ ਕਹਿੰਦੇ ਵੀ, ਮੈਂ ਕਿਹਾ ਵੀ ਤੁਸੀਂ ਵੀ ਇਸ ਤਰ੍ਹਾਂ ਗੱਲ ਕਿਉਂ ਨਹੀਂ ਕਰਦੇ ਜਿਸ ਤਰ੍ਹਾਂ ਫਲਾਨੇ ਪ੍ਰਚਾਰਕ ਕਰਦੇ ਆ, ਮੈਂ ਨਾਮ ਨਹੀਂ ਇੱਥੇ ਲੈਣਾ ਚਾਹੁੰਦਾ। ਮੈਂ ਕਿਹਾ ਉਹ ਬੜੀ ਸੱਚ ਦੀ ਗੱਲ ਕਰਦੇ ਨੇ ਅਤੇ ਤੁਹਾਡੇ ਮੂੰਹ ਤੋਂ ਮੈਂ ਜਦੋਂ ਵੀ ਦੇਖਿਆ, ਅਮੂਮਨ ਇਲਾਕੇ ਦੇ ਵਿੱਚ ਜਦੋਂ ਜਾਈਦਾ ਹੈ ਕਿਸੇ ਦੇ ਕਿਸੇ ਤਰ੍ਹਾਂ ਦਾ ਸਮਾਗਮ ਹੁੰਦਾ ਗੁਰਮਤ ਨਾਲ ਸੰਬੰਧਿਤ, ਦੁੱਖ ਸੁੱਖ ਦਾ ਦੁੱਖ ਦਾ, ਅਤੇ ਤੁਸੀਂ ਅਗਲੇ ਦੇ ਸੋਹਲੇ ਪੜ੍ਹਦੇ ਹੋ, ਤਾਂ ਉਹਨਾਂ ਨੇ ਮੈਨੂੰ ਅੱਗੋਂ ਇਹ ਗੱਲ ਕਹੀ ਕਿ ਦੇਖੋ ਜੀ, ਆਖਰ ਅਸੀਂ ਵੀ ਆਪਣੇ ਬੱਚੇ ਪਾਲਣੇ ਆ ਅਤੇ ਅਸੀਂ ਇਕੱਲਿਆਂ ਨੇ ਰਾਹਾਂ 'ਤੇ ਜਾਣਾ, ਕਦੀ ਕਿਤੇ ਪ੍ਰੋਗਰਾਮ 'ਤੇ ਜਾਣਾ, ਕਦੀ ਕਿਤੇ, ਵੀ ਸਾਨੂੰ ਕੀ ਲੋੜ ਹੈ ਅਸੀਂ ਸੱਚ ਬੋਲੀਏ ਅਤੇ ਸੱਚ ਬੋਲ ਕੇ ਉਲਟੀ ਅਗਲੇ ਪਰਿਵਾਰ ਨਾਲ ਦੁਸ਼ਮਣੀ ਪਾਈਏ। ਅੱਜ ਕੱਲ੍ਹ ਜਿਹੜੇ ਲੋਕ ਵੀ ਨੇ ਕਿਤੇ ਨਾ ਕਿਤੇ ਉਹ ਆਪਣੀ ਵਡਿਆਈ ਸੁਣਨਾ ਚਾਹੁੰਦੇ ਨੇ, ਉਹ ਚਾਹੁੰਦੇ ਸਾਡੇ ਘਰ ਕੋਈ ਵੀ ਪ੍ਰਚਾਰਕ ਆਵੇ, ਕੋਈ ਸਾਧੂ ਸੰਤ ਆਵੇ, ਕੋਈ ਉਹ ਸਾਡੇ ਪਰਿਵਾਰ ਬਾਰੇ ਚੰਗੇ ਲਫ਼ਜ਼ ਬੋਲੇ ਅਤੇ ਉਹਨਾਂ ਨੂੰ ਵਾਰ ਵਾਰ ਬੁਲਾਇਆ ਜਾਂਦਾ। ਜੇ ਤੁਸੀਂ ਉਹਨਾਂ ਦੇ ਘਰ 'ਚ ਜਾ ਕੇ ਇਹ ਕਹਿੰਦੇ ਵੀ ਨਹੀਂ, ਇਹ ਕੰਮ ਜਿਹੜਾ ਮਰਿਆਦਾ ਦੇ ਉਲਟ ਕੀਤਾ, ਅਤੇ ਕਿਤੇ ਨਾ ਕਿਤੇ ਅਗਲਾ ਉਹ ਤੁਹਾਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੰਦਾ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਡੀ ਸੰਗਤ ਨੂੰ, ਵੀ ਕਿਵੇਂ ਚੱਲਣਾ ਚਾਹੀਦਾ, ਸੱਚ ਨੂੰ ਸੁਣਨਾ ਚਾਹੀਦਾ, ਐਕਸੈਪਟ ਕਰਨਾ ਚਾਹੀਦਾ? ਤੁਸੀਂ ਬੜਾ ਪਿਆਰਾ ਸਵਾਲ ਕੀਤਾ ਵਡਿਆਈ ਦਾ, ਠੀਕ ਹੈ ਜੀ, ਵੀ ਇਹ ਵਡਿਆਈ ਕਿਉਂ ਹੁੰਦੀ ਹੈ? ਇੱਕ ਤੁਸੀਂ ਉਹਦੇ ਵਿੱਚ ਉਦਾਹਰਣ ਆਪਣੇ ਆਪ ਵੀ ਦਿੱਤੀ ਹੈ ਵੀ ਉਸ ਪ੍ਰਚਾਰਕ ਨੇ ਕਿਹਾ ਵੀ ਸਾਡੀ ਰੋਜ਼ੀ ਰੋਟੀ ਹੈ, ਜੇ ਅਸੀਂ ਇਹਨਾਂ ਲੋਕਾਂ ਦੇ ਊਣ ਤਾਈਆਂ ਇਹਨਾਂ ਦੇ ਮੂੰਹ ਦੇ ਉੱਪਰ ਦੱਸਾਂਗੇ ਤਾਂ ਸਾਡੀ ਰੋਜ਼ੀ ਰੋਟੀ ਨੂੰ ਵੀ ਇੱਕ ਝਟਕਾ ਲੱਗਦਾ ਆ ਜੀ। ਮੈਂ ਮੰਨਦਾ ਵਾਂ ਇਹ ਵੀ ਇੱਕ ਪ੍ਰਚਾਰਕ ਦੀ ਬੜੀ ਵੱਡੀ ਰੁਕਾਵਟ ਹੈ ਅੱਜ ਦੇ ਪ੍ਰਚਾਰਕ ਦੀ, ਇਹ ਵੀ ਬੜੀ ਵੱਡੀ ਇੱਕ ਕਮਜ਼ੋਰੀ ਹੈ, ਇਕੱਲੀ ਕਮਜ਼ੋਰੀ ਕਰੈਕਟਰ ਕਰਕੇ ਨਹੀਂ, ਇੱਕ ਰੋਟੀ ਵੀ ਬੜੀ ਵੱਡੀ ਕਮਜ਼ੋਰੀ ਹੈ। ਇੱਕ ਤਾਂ ਇਹ ਕਾਰਨ ਹੋ ਗਿਆ, ਦੂਜਾ ਕਾਰਨ ਪਤਾ ਕੀ ਹੈ ਵੀਰ ਜੀ, ਪ੍ਰਬੰਧਕ ਬੈਠੇ ਨੇ ਉਹ ਆਪਣੀ ਵਡਿਆਈ ਸੁਣਨਾ ਚਾਹੁੰਦੇ ਨੇ, ਜਿਹੜਾ ਕਥਾ ਵਾਚਕ ਰਾਗੀ ਢਾਡੀ ਪ੍ਰਚਾਰਕ ਹੈ ਉਹ ਆਪਣੀ ਵਡਿਆਈ ਸੁਣਨਾ ਚਾਹੁੰਦਾ। ਕਿਵੇਂ? ਮੈਂ ਜਿਵੇਂ ਇੱਕ ਕਿਸੇ ਸਟੇਜ ਦੇ ਉੱਪਰ ਜਾਂਦਾ ਵਾਂ, ਜਿਹੜਾ ਸਟੇਜ ਸਕੱਤਰ ਹੈ ਨਾ, ਉਹ ਘੱਟੋ ਘੱਟ 10 ਮਿੰਟ ਤੁਹਾਡੇ ਬਾਰੇ ਲਾ ਦਿੰਦਾ। ਕਿਉਂ? ਉਹ ਜੇ 10 ਮਿੰਟ ਲਾਉਂਦਾ ਤਾਂ ਉਹ ਆਸ ਕਰਦਾ ਵੀ ਜਦੋਂ ਹੁਣ ਕਥਾ ਵਾਚਕ ਸ਼ੁਰੂ ਹੋਵੇਗਾ ਤਾਂ 10 ਮਿੰਟ ਇਹ ਵੀ ਮੇਰੇ ਬਾਰੇ ਲਾਵੇਗਾ, ਇਹ ਵੀ ਮੇਰੇ ਬਾਰੇ ਲਾਵੇਗਾ। ਉਹਦੇ ਅੰਦਰ ਇਹ ਭੁੱਖ ਕੰਮ ਕਰਦੀ ਹੁੰਦੀ ਹੈ ਵੀ ਮੈਂ ਇਹਦੇ ਬਾਰੇ ਗੁੱਡਾ ਬੰਨਾਂ ਅਤੇ ਇਹ ਮੇਰਾ ਗੁੱਡਾ ਬੰਨੇ। ਉਹ ਵੀਰ ਜੀ ਕਈਆਂ ਥਾਵਾਂ ਦੇ ਉੱਪਰ ਤਾਂ ਬੰਦੇ ਆਪ ਦੇ ਫਿੱਟ ਕੀਤੇ ਹੁੰਦੇ ਵੀ ਜਦੋਂ ਮੈਂ ਕੋਈ ਬੜੀ ਗਜ਼ਬ ਦੀ ਗੱਲ ਕਰਾਂ ਨਾ ਤਾਂ ਤੂੰ ਜਕਾਰਾ ਛੱਡਦੀ ਸੰਗਤ ਦੇ ਵਿੱਚ। ਇੱਥੋਂ ਤੱਕ ਵੀ ਕੰਮ ਚੱਲਦੇ ਪਏ ਨੇ, ਇੰਨਾ ਵਪਾਰੀਕਰਨ ਹੋ ਗਿਆ ਆ। ਜਿੰਨੀ ਦੇਰ ਤੱਕ ਇਹ ਭੁੱਖ ਨਹੀਂ ਨਾ ਖਤਮ ਹੁੰਦੀ, ਉਹਨੇ ਸਵਾਰਥੀ ਸੋਚ ਨਹੀਂ ਖਤਮ ਹੁੰਦੀ, ਉਨੀ ਦੇਰ ਤੱਕ ਮੈਨੂੰ ਲੱਗਦਾ ਨਹੀਂ ਕਿ ਇਹ ਪ੍ਰਚਾਰ ਸਹੀ ਤੌਰ ਤਰੀਕੇ ਦੇ ਨਾਲ। ਅੱਜ ਜਿੰਨੇ ਸਾਡੇ ਪੰਜਾਬ ਦੇ ਵਿੱਚ ਡੇਰਾਵਾਦ ਹਾਵੀ ਹੋ ਰਿਹਾ, ਇੱਕ ਗੱਲ ਮੈਂ ਨਿੱਜੀ ਤੌਰ 'ਤੇ ਮਹਿਸੂਸ ਕੀਤੀ ਆ, ਮੈਂ ਕਿਉਂਕਿ ਇਹਦੇ ਰਾਹੀਂ ਅੱਜ ਲੱਖਾਂ ਕਰੋੜਾਂ ਸੰਗਤਾਂ ਨੇ ਇਹ ਗੱਲ ਨੂੰ ਸੁਣਨਾ ਵਾ, ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ, ਤੁਹਾਨੂੰ ਬੇਨਤੀ ਕਰਕੇ ਪੁੱਛਣਾ ਵੀ ਚਾਹੁੰਦਾ। ਅਸੀਂ ਪੰਜਾਬ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਿਸੇ ਵੀ ਸਾਧੂ ਸੰਤ ਦੇ ਡੇਰੇ 'ਤੇ ਚਲੇ ਜਾਈਏ, ਜਦੋਂ ਜਾ ਕੇ ਅਸੀਂ ਆਪਣੇ ਔਲਾਦ ਬਾਰੇ ਗੱਲ ਕਰਦੇ ਹਾਂ ਕਿ ਕਿਰਪਾ ਕਰੋ, ਸਾਡੀ ਅਰਦਾਸ ਕਰੋ, ਪਰਮੇਸ਼ਰ ਸਾਡੇ ਘਰ ਔਲਾਦ ਦੇਵੇ ਸਾਨੂੰ, ਬੱਚੇ ਦਾ ਦਾਨ ਦੇਵੇ,
ਅਤੇ ਹਰ ਗੁਰਦੁਆਰੇ ਦੇ ਵਿੱਚ ਕੋਈ ਭਾਈ ਸਾਹਿਬ ਗ੍ਰੰਥੀ ਸਿੰਘ ਕੋਈ ਅਰਦਾਸ ਕਰੇ, ਕੋਈ ਸਾਧੂ ਸੰਤ ਅਰਦਾਸ ਕਰੇ, ਉਹ ਗੁਰਦੁਆਰੇ ਤੋਂ ਸਾਨੂੰ ਬੱਚਿਆਂ ਦੇ ਵਿੱਚ ਮੁੰਡੇ ਦੀ ਦਾਤ ਕਿਉਂ ਦਿੱਤੀ ਜਾਂਦੀ ਹੈ? ਇੱਕ ਇਹ ਬਹੁਤ ਵੱਡਾ ਸਵਾਲ ਹੈ। ਮੇਰੇ ਖਿਆਲ ਸੰਗਤ ਨੂੰ ਵੀ ਇਹਦੇ ਬਾਰੇ ਅਵੇਅਰ ਹੋਣਾ ਚਾਹੀਦਾ ਵਾ ਵੀ ਜਿਹੜੀਆਂ ਦਾਤਾਂ ਨੇ ਉਹ ਪਰਮੇਸ਼ੁਰ ਨੇ ਦੇਣੀਆਂ ਨੇ, ਅਤੇ ਆਪਾਂ ਇਹਨਾਂ ਡੇਰੇਵਾਦ ਦੇ ਵਿੱਚ ਫਸ ਕੇ ਸਾਨੂੰ ਮੁੰਡਿਆਂ ਦੀਆਂ ਦਾਤਾਂ ਰਿਓੜੀਆਂ ਵਾਂਗੂ ਵੰਡੀ ਜਾਂਦੇ ਆ, ਅਤੇ ਸੰਗਤ ਨੂੰ ਵੀ ਇਹਦੇ ਤੋਂ ਸੰਕੋਚਣਾ ਚਾਹੀਦਾ। ਤੁਸੀਂ ਸੰਗਤ ਨੂੰ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਗੱਲ ਤੁਹਾਡੀ ਸੁਣ ਕੇ ਹਾਸਾ ਵੀ ਆ ਰਿਹਾ ਵੀ ਇਹ ਮੁੰਡੇ ਕਿਉਂ ਦਿੰਦੇ ਨੇ, ਇਹ ਕੁੜੀਆਂ ਕਿਉਂ ਨਹੀਂ ਦਿੰਦੇ? ਕਿਉਂਕਿ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਆ, ਖਾਸ ਕਰਕੇ ਇਸਤਰੀ ਦੇ ਅੰਦਰ ਇੱਕ ਪੁੱਤ ਦੀ ਭੁੱਖ ਹੁੰਦੀ ਹੈ। ਬੰਦਾ ਫਿਰ ਵੀ ਕਿਤੇ ਨਾ ਕਿਤੇ ਆ ਕੇ ਸਮਝ ਜਾਂਦਾ ਆ ਕਿ ਮੈਨੂੰ ਚਲੋ ਜੇ ਧੀ ਆ ਗਈ ਤਾਂ ਕੋਈ ਐਸੀ ਗੱਲ ਨਹੀਂ, ਪਰ ਜਨਾਨੀ ਦੇ ਅੰਦਰ ਇੱਕ ਕੁਦਰਤੀ ਭੁੱਖ ਹੁੰਦੀ ਹੈ ਕਿ ਮੈਂ ਪੁੱਤ ਵਾਲੀ ਖੋਵਾਂ, ਕਿਉਂਕਿ ਸਮਾਜ ਨੇ ਪ੍ਰਚਾਰ ਹੀ ਕੀਤਾ। ਹੁਣ ਦੇਖੋ ਅਸੀਸਾਂ ਦਿੰਦੇ ਹੁੰਦੇ ਸੀ, ਦੁੱਧ ਦੀ ਪੁੱਤੀ ਫਲੇ, ਠੀਕ ਹੈ ਜੀ, ਪਰਮਾਤਮਾ ਤੈਨੂੰ ਪੁੱਤ ਦੀ ਦਾਤ ਦੇਵੇ। ਉਹ ਇਹਨਾਂ ਲੋਕਾਂ ਨੂੰ ਪੁਜਾਰੀਵਾਦ ਨੂੰ ਪਤਾ ਲੱਗ ਗਿਆ ਵੀ ਪੁੱਤ ਇਹਨਾਂ ਦੀ ਇੱਕ ਅਹਿਮ ਲੋੜ ਆ ਇਹਨਾਂ ਦੀ। ਇਸ ਕਰਕੇ ਜਦੋਂ ਵੀ ਕੋਈ ਕਹਿੰਦਾ ਬਾਬਾ ਜੀ ਸਾਡੀ ਅਰਦਾਸ ਕਰੋ ਤਾਂ ਇਹ ਮੁੰਡੇ ਹੀ ਵੰਡਦੇ ਨੇ, ਮੈਂ ਤਾਂ ਪਿੱਛੇ ਜੇ ਇੱਕ ਗੱਲ ਤੋਂ ਬੜਾ ਹੈਰਾਨ ਹੋ ਗਿਆ ਸਾਂ, ਅਤੇ ਮੈਂ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਸੀ, ਮੈਂ ਕਿਹਾ ਜੀ ਪੰਜਾਬ ਦੇ ਵਿੱਚ ਦੱਸਿਆ ਜਾਂਦਾ ਵੀ ਕਿੰਨੇ ਮੁੰਡੇ ਅਤੇ ਕਿੰਨੀਆਂ ਕੁੜੀਆਂ, ਠੀਕ ਹੈ ਜੀ, ਮੁੰਡੇ ਵੱਧ ਨੇ ਕੁੜੀਆਂ ਘੱਟ ਨੇ। ਮੈਂ ਕਿਹਾ ਇਹਦੇ ਵਿੱਚ ਘੱਟੋ ਘੱਟ ਲੋਕ ਕਚਹਿਰੀ ਦੇ ਵਿੱਚ ਸਾਧਾ ਨੂੰ ਖੜੇ ਕੀਤਾ ਜਾਣਾ ਚਾਹੀਦਾ ਹੈ। ਵੀ ਜਾਂ ਤਾਂ ਤੁਸੀਂ ਮੰਨੋ ਵੀ ਸਾਡਾ ਆਖਿਆ ਝੂਠ ਹੁੰਦਾ ਵੀ ਸਾਡਾ ਆਖਿਆ ਭਾਈ ਨਹੀਂ ਪੁੱਗਦਾ ਸਾਨੂੰ ਬਰੀ ਕਰ ਦਿਓ, ਅਤੇ ਜਾਂ ਤੁਸੀਂ ਇਸ ਗੱਲ ਨੂੰ ਮੰਨੋ ਵੀ ਸਾਡਾ ਆਖਿਆ ਪੂਰਾ ਹੁੰਦਾ ਭਾਈ ਇਸ ਗੱਲ ਦੇ ਵਿੱਚ ਸਾਡਾ ਬੜਾ ਵੱਡਾ ਰੋਲ ਹੈ, ਜੇ ਪੰਜਾਬ ਦੇ ਵਿੱਚ ਕੁੜੀਆਂ ਘਟੀਆਂ ਤਾਂ ਸਾਨੂੰ ਸਜ਼ਾ ਦਿਓ। ਇਹਨਾਂ ਨੂੰ ਦੋ ਪਾਸੇ ਘੇਰਿਆ ਜਾਣਾ ਚਾਹੀਦਾ, ਪਰ ਘੇਰੇਗਾ ਕੌਣ? ਜਿਵੇਂ ਅੱਜ ਤੁਸੀਂ ਇਹ ਟਾਕ ਸ਼ੋਅ ਦਾ ਪ੍ਰਬੰਧ ਕਰਾਇਆ, ਇਹਦੇ ਵਿੱਚ ਤੁਸੀਂ ਸਾਨੂੰ ਤਿੰਨਾਂ ਨੂੰ ਬੁਲਾਇਆ, ਇਹਦਾ ਕਿਸੇ ਵੀ ਪ੍ਰਕਾਰ ਇਸ ਤਰ੍ਹਾਂ ਦੇ ਟਾਕ ਸ਼ੋਅ ਕਰਵਾ ਕੇ ਇਹਨਾਂ ਨੂੰ ਸਾਹਮਣੇ ਪਾਉਣਾ ਚਾਹੀਦਾ। ਘੱਟੋ ਘੱਟ ਉਹਦੇ ਵਿੱਚ ਸੰਗਤ ਵੀ ਹੋਵੇ। ਇਹਦੇ ਵਿੱਚ ਇੱਕ ਸਵਾਲ ਸਭ ਤੋਂ ਪਹਿਲਾਂ ਕੀਤਾ ਜਾਵੇ, ਬਾਬਾ ਜੀ ਤੁਸੀਂ ਮੁੰਡੇ ਵੰਡਦੇ ਹੋ, ਝੁਟਲਾ ਗੱਲ ਨੂੰ ਸਕਦੇ ਨਹੀਂ, ਜਾਂ ਤਾਂ ਇਹਨਾਂ ਨੂੰ ਇਹ ਮੰਨਣਾ ਪਏਗਾ ਹਾਂ ਅਸੀਂ ਮੁੰਡੇ ਦਿੰਦੇ ਹਾਂ। ਜੇ ਤੁਸੀਂ ਮੁੰਡੇ ਦਿੰਦੇ ਹੋ ਤਾਂ ਪੰਜਾਬ ਦਾ ਆਹ ਜਿਹੜਾ ਬੈਲੈਂਸ ਹੈ ਇਹ ਵਿਗੜ ਗਿਆ, ਇਹਦੇ ਵਿੱਚ ਤੁਹਾਡਾ ਅਹਿਮ ਰੋਲ ਹੈ, ਅਸੀਂ ਤੁਹਾਨੂੰ ਦੋਸ਼ੀ ਮੰਨਦੇ ਹਾਂ। ਜੇ ਕਹਿੰਦੇ ਨੇ ਵੀ ਸਾਡਾ ਆਖਿਆ ਕੁਛ ਨਹੀਂ ਹੁੰਦਾ, ਬਿਲਕੁਲ ਗਲਤ ਗੱਲ ਹੈ, ਸਾਡੀਆਂ ਅਰਦਾਸਾਂ ਦੀ ਕੋਈ ਤਾਕਤ ਨਹੀਂ, ਤਾਂ ਫਿਰ ਇਹਨਾਂ ਨੂੰ ਕਹੋ ਵੀ ਸੰਗਤ ਦੇ ਵਿੱਚ ਮੰਨੋ ਕਿ ਅਸੀਂ ਇਹ ਗਲਤ ਪ੍ਰਚਾਰ ਕਰਦੇ ਹਾਂ, ਸਾਡੇ ਫਲ ਦਿੱਤੇ ਮੁੰਡੇ ਨਹੀਂ ਹੁੰਦੇ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਬੇਨਤੀ ਕਰਨੀ ਚਾਹੁੰਦਾ ਵਾਂ, ਮੈਂ ਗੱਲ ਤੋਂ ਬੜਾ ਹੈਰਾਨ ਹਾਂ, ਦੇਖੋ ਕਿੱਡੀ ਹੈਰਾਨਗੀ ਦੀ ਗੱਲ ਹੈ। ਇੱਕ ਸੱਜਣ, ਉਹਦੇ ਦੋ ਬੇਟੇ ਅਤੇ ਇੱਕ ਬੇਟੀ, ਤਿੰਨ ਹੋ ਗਏ, ਦੋ ਬੇਟੇ ਅਤੇ ਇੱਕ ਬੇਟੀ, ਉਹ ਕਿਤੇ ਮੱਥਾ ਟੇਕਣ ਗਏ ਅਤੇ ਉਹਨਾਂ ਨੇ ਜਦੋਂ ਸਾਧ ਨੂੰ ਟੇਕਿਆ ਮੱਥਾ, ਅਤੇ ਸਾਧ ਨੇ ਉਹਨਾਂ ਦੀ ਝੋਲੀ ਦੇ ਵਿੱਚ ਦੋ ਸੇਬ ਪਾ ਦਿੱਤੇ। ਉਹ ਬੜੀ ਟੈਨਸ਼ਨ ਦੇ ਵਿੱਚ ਉਹਨੇ ਅੱਧੀ ਰਾਤ ਮੈਨੂੰ ਫੋਨ ਕੀਤਾ, ਮੈਂ ਕਿਹਾ ਹਾਂਜੀ ਹੁਕਮ ਕਰੋ। ਕਹਿੰਦੇ ਬਾਬਾ ਜੀ ਨੇ ਦੋ ਸੇਬ ਪਾ ਦਿੱਤੇ, ਦੋ ਸੇਬ ਥੋੜ੍ਹਾ ਅਤੇ ਬਾਬਾ ਜੀ ਨੇ ਮੈਨੂੰ ਜੌੜੇ ਦੇ ਦਿੱਤੇ ਨੇ। ਮੈਂ ਕਿਹਾ ਸੇਬ ਦਿੱਤੇ ਨੇ, ਕੱਟ ਕੇ ਖਾ ਲਾ, ਜੇ ਤੂੰ ਨਹੀਂ ਖਾਣੇ ਮੈਂ ਖਾ ਲੈਂਦਾ ਵਾਂ, ਜੇ ਤੇਤੋਂ ਨਹੀਂ ਖਾਧੇ ਜਾਂਦੇ ਫਰਿੱਜ ਦੇ ਵਿੱਚ ਰੱਖ ਲੈ, ਸਵੇਰੇ ਆ ਕੇ ਮੈਂ ਖਾ ਲਵਾਂਗਾ। ਕਹਿੰਦਾ ਨਹੀਂ ਨਹੀਂ ਮੇਰੀ ਘਰਵਾਲੀ ਕਹਿੰਦੀ ਵੀ ਬਾਬਾ ਜੀ ਨੇ ਫਲ ਪਾਇਆ ਤੁਹਾਡੀ ਝੋਲੀ ਦੇ ਵਿੱਚ ਅਤੇ ਦੋ ਪਾ ਦਿੱਤੇ ਨੇ। ਮੈਂ ਕਿਹਾ ਹੁਣ ਤੈਨੂੰ ਕਿਸ ਗੱਲ ਦਾ ਖਤਰਾ? ਕਹਿੰਦਾ ਮੈਨੂੰ ਖਤਰਾ ਇਸ ਗੱਲ ਦਾ ਮਾਰਦਾ ਪਿਆ ਵੀ ਮੇਰੇ ਕਰਕੇ ਤਾਂ ਹੁਣ ਜੌੜੇ ਨਾ ਹੋ ਜਾਣ। ਦੇਖੋ ਆਹ ਚੀਜ਼ਾਂ ਇੱਥੋਂ ਤੱਕ ਹੋ ਰਹੀਆਂ ਨੇ, ਅਤੇ ਇਹ ਸਾਧ ਫਲ ਪਾ ਕੇ ਮੁੰਡੇ ਦੀ ਗੱਲ ਕਰਕੇ ਇਸ ਤਰੀਕੇ ਲੋਕਾਂ ਨੂੰ ਉਲਝਾਈ ਤੁਰੇ ਜਾਂਦੇ ਨੇ, ਜਦਕਿ ਵੀਰ ਜੀ ਹੁੰਦਾ ਕੁਛ ਨਹੀਂ। ਚਲੋ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਹਾਸੇ ਵਾਲੀ ਗੱਲ ਦੱਸਦਿਆਂ। ਇੱਕ ਸਾਧ ਕਿਸੇ ਪਿੰਡ ਦੇ ਵਿੱਚ ਗਿਆ, ਉਹ ਪਹਿਲੇ ਘਰ ਦੇ ਵਿੱਚ ਗਿਆ, ਉਹ ਕਹਿੰਦੇ ਬਾਬਾ ਜੀ ਸਾਡੇ ਘਰ ਨਿਆਣਾ ਹੋਣ ਵਾਲਾ ਹੈ, ਕੀ ਹੋਵੇਗਾ? ਉੱਥੇ ਜਾ ਕੇ ਕਹਿੰਦਾ ਮੁੰਡਾ ਨਾ ਕੁੜੀ। ਠੀਕ ਹੈ ਜੀ, ਅਗਲੇ ਘਰ ਚਲੇ ਗਏ, ਅਗਲੇ ਘਰ ਜਾ ਕੇ ਪੁੱਛਦੇ ਨੇ ਬਾਬਾ ਜੀ ਕੀ ਹੋਵੇਗਾ? ਉਹ ਕਹਿੰਦੇ ਮੁੰਡਾ ਨਾ ਕੁੜੀ। ਠੀਕ ਹੈ ਜੀ, ਤੀਸਰੇ ਘਰ ਚਲੇ ਗਏ, ਬਾਬਾ ਜੀ ਕੀ ਹੋਵੇਗਾ? ਮੁੰਡਾ ਨਾ ਕੁੜੀ। ਹੁਣ ਦੇਖੋ ਵੀ ਤਿੰਨੇ ਚੀਜ਼ਾਂ ਹੈ ਇੱਕੋ ਹੀ ਹੈ, ਬਿਲਕੁਲ ਇੱਕੋ ਚੀਜ਼ ਹੈ। ਹੁਣ ਇੱਕੋ ਚੀਜ਼ ਦੇ ਵਿੱਚ ਉਹਨੇ ਕੀ ਕੀਤਾ ਵੀ ਉਹਨੇ ਇਹਨਾਂ ਤਿੰਨਾਂ ਨੂੰ ਸ਼ਬਦ ਇੱਕੋ ਵਰਤਿਆ, ਮੁੰਡਾ ਨਾ ਕੁੜੀ, ਮੁੰਡਾ ਨਾ ਕੁੜੀ, ਪਰ ਵਿਸ਼ਰਾਮ ਉਹਨੇ ਆਪਣੇ ਕੋਲ ਚੁਰਾ ਕੇ ਰੱਖੇ ਨੇ। ਹੁਣ ਜਦੋਂ ਪਹਿਲੇ ਘਰ ਦੇ ਵਿੱਚ ਗਿਆ, ਕਹਿੰਦੇ ਬਾਬਾ ਜੀ ਕੁੜੀ ਹੋਈ ਹੈ? ਕਹਿੰਦੇ ਮੈਂ ਤਾਂ ਕਿਹਾ ਸੀ ਮੁੰਡਾ ਨਾ ਕੁੜੀ, ਡਨ ਹੋ ਗਿਆ ਜੀ। ਇੱਥੋਂ ਵੀ ਆ ਗਿਆ 1100 ਦਾ ਜਾਂ 11000 ਦਾ ਲਿਫਾਫਾ ਆ ਗਿਆ। ਦੂਜੇ ਘਰ, ਬਾਬਾ ਜੀ ਮੁੰਡਾ ਹੋਇਆ, ਉਹ ਤਾਂ ਮੈਂ ਕਿਹਾ ਸੀ ਮੁੰਡਾ ਨਾ ਕੁੜੀ। ਇੱਧਰੋਂ ਵੀ ਮਸਲਾ ਹੱਲ ਹੋ ਗਿਆ, ਬਾਬਾ ਜੀ ਸਾਡੇ 'ਤੇ ਹੋਇਆ ਹੀ ਨਹੀਂ, ਉਹ ਤਾਂ ਮੈਂ ਕਿਹਾ ਹੀ ਸੀ ਮੁੰਡਾ ਨਾ ਕੁੜੀ। ਉੱਧਰੋਂ ਵੀ ਮਸਲਾ ਹੱਲ ਹੋ ਗਿਆ। ਇਹ ਬੜੇ ਤਰੀਕੇ ਨਾਲ ਮਸਲੇ ਹੱਲ ਕਰਦੇ ਨੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ, ਇਹ ਕੰਮ ਤੁਹਾਡੇ ਮੇਰੇ ਵਰਗੇ ਬੰਦੇ ਦਾ ਨਹੀਂ ਹੈ। ਸਾਧ ਅੱਗੇ ਬਣਦੇ ਸੀ, ਗੁਰਬਾਣੀ ਕਿੰਨੀ ਪੜ੍ਹਦਾ ਹੈ, ਸੇਵਾ ਸਿਮਰਨ ਕਿੰਨਾ ਕਰਦਾ ਹੈ। ਹੁਣ ਦੇਖਣਾ ਪਏਗਾ ਸਾਧ ਉਹ ਬੰਦਾ ਬਣੇਗਾ ਜਿਹਦੀ ਰਾਜਨੀਤਿਕ ਲੋਕਾਂ ਨਾਲ ਬਣਦੀ ਹੈ, ਜਿਹੜਾ ਰੱਜ ਕੇ ਚੂਨਾ ਲਾ ਸਕਦਾ, ਇੱਕ ਨੰਬਰ ਦਾ ਸਾਧ। ਤੁਸੀਂ ਵੀਰ ਪ੍ਰਕਾਸ਼ ਸਿੰਘ ਜੀ ਬਹੁਤ ਵਧੀਆ ਗੱਲ ਕੀਤੀ ਹੈ, ਨਾਲ ਤੁਸੀਂ ਖਾਲਸਾ ਸ਼ਬਦ ਦੀ ਵਰਤੋਂ ਕੀਤੀ ਹੈ ਕਿ ਸਾਨੂੰ ਗੁਰੂ ਨੇ ਖਾਲਸਾ ਸਾਜਿਆ।
ਜਾਤਾਂ ਪਾਤਾਂ ਤੋਂ ਰਹਿਤ ਖਾਲਸੇ ਦੀ ਸਿਰਜਣਾ ਕੀਤੀ ਗਈ ਹੈ। ਪਰ ਆਮ ਦੇਖਣ ਨੂੰ ਹੈ ਕਿ ਅੱਜ ਸਾਡੇ ਸਮਾਜ ਦੇ ਵਿੱਚ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਵਿੱਚ ਗੁਰਦੁਆਰੇ ਜਿਹੜੇ ਨੇ ਉਹ ਜਾਤਾਂ ਦੇ ਆਧਾਰ 'ਤੇ ਵੀ ਕਿਤੇ ਨਾ ਕਿਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਬਣਨੇ ਸ਼ੁਰੂ ਹੋ ਗਏ। ਇਹ ਰਵਿਦਾਸ ਭਾਈਚਾਰੇ ਦਾ ਗੁਰਦੁਆਰਾ, ਇਹ ਰਾਮਗੜੀਆਂ ਦਾ ਗੁਰਦੁਆਰਾ, ਇਹ ਜਿਮੀਦਾਰ ਭਾਈਚਾਰੇ ਦਾ ਗੁਰਦੁਆਰਾ। ਮੈਂ ਵੀਰ ਹਰਪ੍ਰੀਤ ਸਿੰਘ ਜੀ ਹੋਰਾਂ ਨੂੰ ਪੁੱਛਦਾ ਵੀ ਇਹਦਾ ਕੀ ਕਾਰਨ ਹੈ ਅਤੇ ਸੰਗਤਾਂ ਨੂੰ ਇਹਦੇ ਤੋਂ ਕੀ ਕਿਵੇਂ ਪਰੇ ਹਟਣਾ ਚਾਹੀਦਾ? ਵੀਰ ਜੀ, ਤੁਸੀਂ ਪਰੇ ਹਟਣ ਦੀ ਗੱਲ ਕਰਦੇ ਹੋ, ਮੈਂ ਤਾਂ ਇੱਕ ਚੀਜ਼ ਦੇਖੀ ਹੈ ਵੀ ਬੰਦਾ ਮਰ ਜਾਂਦਾ ਜਾਤ ਫਿਰ ਵੀ ਨਹੀਂ ਮਰਦੀ। ਕਈ ਵਾਰੀ ਮੈਂ ਇੱਥੋਂ ਤੱਕ ਵੀ ਦੇਖਿਆ, ਆਪਾਂ ਤਾਂ ਕਹਿੰਦੇ ਗੁਰਦੁਆਰਿਆਂ ਦੀ ਗੱਲ, ਗੁਰਦੁਆਰਿਆਂ ਦੀ ਗੱਲ ਛੱਡੋ, ਕਈਆਂ ਥਾਵਾਂ 'ਤੇ ਮੈਂ ਦੇਖਿਆ ਹੈ ਵੀ ਬੰਦਾ ਮਰ ਜਾਂਦਾ ਜਾਤ ਉਹਦੀ ਤਾਂ ਵੀ ਨਹੀਂ ਮਰਦੀ। ਹੁਣ ਤੁਸੀਂ ਕਹੋਗੇ ਵੀ ਭਾਈ ਸਾਹਿਬ ਕਿਹੜੀ ਗੱਲ ਕਰਦੇ ਨੇ। ਇੱਕ ਵਾਰ ਦੀ ਗੱਲ ਹੈ, ਇੱਕ ਪਿੰਡ ਦੇ ਵਿੱਚ ਦੋ ਸ਼ਮਸ਼ਾਨ ਘਾਟ ਸਨ, ਆਪਣੇ ਲੁਧਿਆਣੇ ਦੇ ਲਾਗੇ ਦੀ ਗੱਲ ਹੈ ਜੀ। ਜੱਟ ਬਰਾਦਰੀ ਦੇ ਵਿੱਚੋਂ ਕੋਈ ਅਕਾਲ ਚਲਾਣਾ ਕਰ ਗਿਆ, ਠੀਕ ਹੈ ਜੀ। ਉਹਦਾ ਸ਼ਮਸ਼ਾਨ ਘਾਟ ਦੇ ਵਿੱਚ ਲੈ ਕੇ ਗਏ ਅਤੇ ਮੈਂ ਪੁੱਛ ਲਿਆ, ਮੈਂ ਕਿਹਾ ਵੀ ਇੱਕ ਉਹ ਸ਼ਮਸ਼ਾਨ ਘਾਟ ਨੇੜੇ ਹੈ, ਆਪਾਂ ਉੱਥੇ ਕਿਉਂ ਨਹੀਂ ਲੈ ਕੇ ਗਏ? ਕਿਉਂਕਿ ਮੈਂ ਵੀ ਉੱਥੇ ਗਿਆ, ਮੈਨੂੰ ਪਰਿਵਾਰ ਨੇ ਸੱਦਿਆ ਅਤੇ ਉਹ ਸੱਜਣ ਮੈਨੂੰ ਸੁਣਦੇ ਸਨ। ਵੈਸੇ ਸੁਣਦੇ ਕਾਹਦਾ ਸਨ, ਜੇ ਸੁਣਦੇ ਹੁੰਦੇ ਤਾਂ ਫਿਰ ਕੋ ਅਸਰ ਹੋਇਆ ਹੁੰਦਾ, ਇਹਦਾ ਮਤਲਬ ਕੰਨ ਰਾਸੀ ਬਣਿਆ ਸੀ। ਮੈਂ ਪੁੱਛਿਆ, ਮੈਂ ਕਿਹਾ ਉਹ ਸ਼ਮਸ਼ਾਨ ਘਾਟ ਨੇੜੇ ਹੈ, ਉਹ ਸ਼ਮਸ਼ਾਨ ਘਾਟ ਦੇ ਵਿੱਚ ਕਿਉਂ ਨਹੀਂ ਲੈ ਕੇ ਗਏ, ਆਪਾਂ ਇਹ ਸ਼ਮਸ਼ਾਨ ਘਾਟ ਦੇ ਵਿੱਚ ਕਿਉਂ ਲੈ ਕੇ ਆਏ ਹਾਂ? ਕਹਿੰਦੇ ਇਹ ਜੱਟਾਂ ਦਾ ਅਤੇ ਉਹ ਪਛੜੀਆਂ ਜਾਤੀਆਂ ਦਾ, ਇਹਦਾ ਮਤਲਬ ਬੰਦਾ ਮਰ ਗਿਆ ਅਜੇ ਜਾਤ ਨਹੀਂ ਮਰੀ। ਉਹ ਕਮਾਲ ਦੀ ਗੱਲ ਹੈ, ਬੰਦਾ ਫੂਕਣਾ, ਲੱਕੜਾਂ ਪਾ ਕੇ ਕਿਤੇ ਵੀ ਫੂਕ ਦਿਓ, ਠੀਕ ਹੈ ਜੀ। ਜੇ ਹੁਣ ਗੱਡੀ ਦੇ ਵਿੱਚ ਬਲਾਸਟ ਹੋ ਜਾਵੇ ਜਾਂ ਗੱਡੀ ਨੂੰ ਅੱਗ ਲੱਗ ਜਾਵੇ, ਫਿਰ ਵੀ ਤਾਂ ਫੂਕੇ ਜਾਂਦੇ, ਉਹ ਕਿਹੜੇ ਸ਼ਮਸ਼ਾਨ ਘਾਟ 'ਚ ਫੂਕੇ ਜਾਂਦੇ ਨੇ? ਹੁਣ ਦੇਖੋ, ਵਿਗਿਆਨ ਨੇ ਇਹਨਾਂ ਚੀਜ਼ਾਂ ਨੂੰ ਕੱਟ ਦਿੱਤਾ। ਜਿਵੇਂ ਹੁਣ ਪਿੰਡਾਂ ਦੇ ਵਿੱਚ ਵੀ ਔਰ ਸ਼ਹਿਰਾਂ ਦੇ ਵਿੱਚ ਵੀ ਇੱਕ ਭੱਠੀ ਆ ਗਈ ਸਿਸਟਮ, ਜੋ ਬਿਜਲੀ ਦੇ ਨਾਲ ਬੰਦੇ ਦਾ ਸੰਸਕਾਰ ਕੀਤਾ ਜਾਂਦਾ। ਹੁਣ ਉਹਦੇ ਵਿੱਚ ਤਾਂ ਨਹੀਂ ਪੁੱਛਿਆ ਜਾਂਦਾ ਵੀ ਇਹ ਜੱਟਾਂ ਦਾ ਮਰਿਆ, ਇਹ ਰਵਿਦਾਸੀਆਂ ਦਾ ਮਰਿਆ, ਇਹ ਮਜ਼੍ਹਬੀ ਸਿੰਘਾਂ ਦਾ ਮਰਿਆ, ਇਹ ਰਾਮਗੜੀਆਂ ਦਾ ਮਰਿਆ। ਇਉਂ ਕਹਿ ਲਓ ਵੀਰ ਜੀ, ਮੇਰੀ ਸੋਚ ਕਹਿੰਦੀ ਹੈ ਵੀ ਜਾਤ ਪਾਤ ਨੂੰ ਧਰਮ ਨਹੀਂ ਖਤਮ ਕਰ ਸਕਿਆ। ਇਹ ਗੱਲ ਕਈਆਂ ਨੂੰ ਨਹੀਂ ਅੱਛੀ ਲੱਗੇਗੀ, ਮੇਰੀ ਸੋਚ ਕਹਿੰਦੀ ਵੀ ਜਾਤ ਪਾਤ ਨੂੰ ਧਰਮ ਖਤਮ ਹੀ ਨਹੀਂ ਕਰ ਸਕਿਆ। ਧਰਮ ਨੇ ਬੜਾ ਯਤਨ ਕੀਤਾ, ਬੜਾ ਜ਼ੋਰ ਲਾਇਆ, ਪਰ ਜਾਤ ਪਾਤ ਨਹੀਂ ਖਤਮ ਹੋਈ। ਜੇ ਜਾਤ ਪਾਤ ਨੂੰ ਖਤਮ ਕੀਤਾ ਤਾਂ ਜਾਤ ਪਾਤ ਨੂੰ ਸਾਇੰਸ ਨੇ ਖਤਮ ਕੀਤਾ। ਹੁਣ ਕਹੋਗੇ ਕਿਵੇਂ? ਹੁਣ ਇੱਕ ਬੰਦਾ ਜਹਾਜ਼ ਦੇ ਵਿੱਚ ਚੜ੍ਹਦਾ, ਉੱਥੇ ਤਾਂ ਲਿਖਿਆ ਨਹੀਂ ਹੋਇਆ ਵੀ SC OBC ਸਵਾਲ ਹੀ ਨਹੀਂ ਪੈਦਾ ਹੁੰਦਾ, ਠੀਕ ਹੈ ਜੀ। ਹੁਣ ਇਹ ਚੀਜ਼ਾਂ ਨੂੰ ਦੇਖੋ, ਉਹਦੇ ਵਿੱਚ ਖਤਮ ਕਰ ਦਿੱਤਾ ਗਿਆ। ਫਸਟ ਕਲਾਸ ਹੈ, ਸੈਕਿੰਡ ਕਲਾਸ ਹੈ, ਤੁਸੀਂ ਪੇ ਕਰੋ, ਤੁਸੀਂ ਆ ਜਾਓਗੇ, ਉੱਥੇ ਜਾਤੀ ਹੈ, ਬਿਲਕੁਲ ਜਾਤੀ ਰਹੀ ਹੈ। ਤੁਸੀਂ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਹੋ, ਤੁਸੀਂ ਰਿਜ਼ਰਵੇਸ਼ਨ ਕਰਵਾਉਂਦੇ ਹੋ, ਉਹਦੇ ਵਿੱਚ SC OBC ਦੇ ਆਧਾਰ ਦੇ ਉੱਪਰ ਤੁਹਾਡੀ ਰਿਜ਼ਰਵੇਸ਼ਨ ਨਹੀਂ ਹੁੰਦੀ। ਹੁਣ ਇਹਦੇ ਵਿੱਚ ਇਹਦਾ ਮਤਲਬ ਵੀ ਧਰਮ ਇਹਨਾਂ ਚੀਜ਼ਾਂ ਨੂੰ ਖਤਮ ਕਰਨ ਦਾ ਦਾਅਵਾ ਕਰਦਾ ਸੀ, ਪਰ ਧਰਮ ਇੱਥੇ ਆ ਕੇ ਫੇਲ ਹੋ ਗਿਆ, ਇਹਨਾਂ ਚੀਜ਼ਾਂ ਨੂੰ ਸਾਇੰਸ ਨੇ ਖਤਮ ਕੀਤਾ। ਮੈਂ ਇੱਕ ਹੋਰ ਉਦਾਹਰਨ ਦਿੰਦਾ ਵਾਂ, ਇੱਕ ਕੋਲਗੇਟ ਹੈ, ਮੰਨ ਲਓ ਆਪਾਂ ਬਹੁਤੀ ਦੂਰ ਦੀਆਂ ਵਿਚਾਰਾਂ ਨਾ ਕਰੀਏ, ਇੱਕ ਕੋਲਗੇਟ ਹੈ, ਜੇ ਕੋਲਗੇਟ ਦੇ ਉੱਪਰ ਲਿਖਿਆ ਹੋਵੇ ਓਨਲੀ SC ਜੀ, ਕੰਮ ਚੱਲ ਸਕਦਾ? ਕਦੀ ਨਹੀਂ ਚੱਲੇਗਾ ਜੀ। ਓਨਲੀ OBC ਨਹੀਂ ਕੰਮ ਚੱਲੇਗਾ। ਉਹ ਜੇ ਇੱਕ ਕੋਲਗੇਟ ਹੈ ਤਾਂ ਉਹ ਸਾਰਿਆਂ ਦੇ ਲਈ ਹੈ, ਉਹਦੇ ਵਿੱਚ ਕਿਤੇ ਕੋਈ ਛੋਟੀ ਜਾਤੀ, ਵੱਡੀ ਜਾਤੀ, ਹਿੰਦੂ ਦਾ, ਸਿੱਖ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਹੁਣ ਤੁਸੀਂ ਮੰਨ ਲਓ ਮੋਬਾਈਲ ਤੁਹਾਡੇ ਹੱਥ ਵਿੱਚ, ਤੁਸੀਂ ਯੂਜ਼ ਕਰਦੇ ਹੋ ਮੋਬਾਈਲ ਨੂੰ, ਮੋਬਾਈਲ ਬਿਨਾਂ ਆਪਣਾ ਨਹੀਂ ਸਰਦਾ, ਇੰਟਰਨੈਟ ਬਿਨਾਂ ਹੁਣ ਆਪਣਾ ਨਹੀਂ ਸਰਦਾ, ਫੇਸਬੁੱਕ ਬਿਨਾਂ ਆਪਣਾ ਲੋਕਾਂ ਦਾ ਨਹੀਂ ਸਰਦਾ। ਹੁਣ ਇਹ ਚੀਜ਼ ਦੀ ਸ਼ੁਰੂਆਤ ਕਿਸੇ ਨੇ ਕੀਤੀ ਹੈ? ਕਦੀ ਆਪਾਂ ਉਸ ਬੰਦੇ ਦਾ ਧਰਮ ਪੁੱਛਿਆ? ਕਦੀ ਨਹੀਂ ਪੁੱਛਿਆ, ਉਹ ਕਿਸੇ ਧਰਮ ਦਾ ਬੰਦਾ ਹੋਵੇ। ਮੈਂ ਇੱਕ ਚੀਜ਼ ਦੇਖੀ ਹੈ, ਵਿਗਿਆਨ ਦੇ ਵਿੱਚ ਜੋ ਪੇਸ਼ ਕੀਤਾ ਜਾਂਦਾ ਹੈ ਨਾ, ਉਹ ਕਿਸੇ ਇੱਕ ਧਰਮ ਦਾ ਨਾਂ ਰਹਿ ਕੇ ਪੂਰੀ ਮਨੁੱਖਤਾ 'ਤੇ ਲਾਗੂ ਹੋ ਜਾਂਦਾ ਹੈ ਜੀ। ਕਿਸੇ ਨੇ ਮੋਬਾਈਲ ਦੀ ਕਾਰਡ ਕੱਢੀ ਹੈ, ਕਿਸੇ ਨੇ ਗੱਡੀ ਦੀ ਕਾਰਡ ਕੱਢੀ ਹੈ, ਕਿਸੇ ਨੇ ਘੜੀ ਦੀ ਕਾਰਡ ਕੱਢੀ ਹੈ, ਕਿਸੇ ਨੇ ਫੇਸਬੁੱਕ ਦੀ ਕਾਰਡ ਕੱਢੀ ਹੈ, ਕਿਸੇ ਵੀ ਪ੍ਰਕਾਰ ਹੈ, ਉਹ ਜਾਤਾਂ ਦੇ ਆਧਾਰ ਦੇ ਉੱਪਰ ਨਹੀਂ ਹੁੰਦਾ। ਇਉਂ ਕਹਿ ਲਓ ਵੀ ਧਰਮ ਜਾਤ ਨੂੰ ਖਤਮ ਕਰਨ ਦੀ ਗੱਲ ਕਰਦਾ ਹੈ, ਪਰ ਧਰਮ ਦੇ ਨਾਮ ਦੇ ਉੱਪਰ ਜਾਤੀਵਾਦ ਆ ਗਿਆ। ਗੁਰਦੁਆਰਿਆਂ ਦੇ ਬਾਹਰ ਇਹ ਰਾਮਗੜੀਆਂ ਦਾ ਗੁਰਦੁਆਰਾ ਹੈ, ਇਹ ਭਾਟ ਸਿੱਖਾਂ ਦਾ ਗੁਰਦੁਆਰਾ ਹੈ, ਇਹ ਰਵਿਦਾਸੀਆਂ ਦਾ ਗੁਰਦੁਆਰਾ ਹੈ, ਇਹ ਜੱਟਾਂ ਦਾ ਗੁਰਦੁਆਰਾ ਹੈ। ਪਰ ਵਿਗਿਆਨ ਜੋ ਕਰਦਾ ਉਹ ਸਾਰਿਆਂ ਲਈ ਕਰਦਾ, ਨਾ ਉਹ ਜੱਟਾਂ ਲਈ ਕਰਦਾ, ਨਾ ਉਹ ਰਵਿਦਾਸੀਆਂ ਲਈ ਕਰਦਾ। ਇਹਦਾ ਮਤਲਬ ਜਿਸ ਚੀਜ਼ ਦਾ ਢੰਡੋਰਾ ਧਰਮ ਪਿੱਟਦਾ ਆ ਰਿਹਾ, ਧਰਮ ਦੇ ਖੱਤ ਖੜ੍ਹੇ ਹੋ ਗਏ ਅਤੇ ਵਿਗਿਆਨ ਨੇ। ਮੈਂ ਤੁਹਾਡੇ ਤਿੰਨਾਂ ਸਤਿਕਾਰਯੋਗ, ਤੁਸੀਂ ਪੰਥ ਦੇ ਮਹਾਨ ਵਿਦਵਾਨ ਹੋ, ਸਾਰੀ ਸੰਗਤ, ਸਾਰੀ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਵੱਸਦਾ ਉਹ ਤੁਹਾਨੂੰ ਸੁਣਨਾ ਪਸੰਦ ਕਰਦਾ, ਸੁਣਨਾ ਚਾਹੁੰਦਾ ਹੈ। ਹਰੇਕ ਗੁਰੂ ਨਾਨਕ ਨਾਮ ਲੇਵਾ ਸਿੱਖ ਦੀ ਤਮੰਨਾ ਵਾਂ, ਦਿੱਲੀ ਤਮੰਨਾ ਵਾਂ ਵੀ ਤੁਹਾਨੂੰ ਸਾਹਮਣੇ ਬੈਠ ਕੇ ਸੁਣਿਆ ਜਾਵੇ। ਮੈਂ ਸਮਝਦਾ ਬੜਾ ਭਾਗਾਂ ਵਾਲਾ ਵਾਂ ਮੈਂ ਕਿ ਮੈਨੂੰ ਅੱਜ ਤੁਹਾਡੇ ਨਾਲ ਇਹ ਵਿਚਾਰ ਚਰਚਾ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਸੋ ਜਾਂਦਾ ਜਾਂਦਾ ਮੈਂ ਆਖਰ ਦੇ ਵਿੱਚ ਇੱਕ ਜੋ ਪ੍ਰਚਾਰਕ ਸ਼੍ਰੇਣੀ ਦੇ ਬਾਰੇ ਗੱਲ ਹੈ ਨਾ, ਮੇਰੇ ਮਨ ਦੇ ਵਿੱਚ ਆ, ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਚਾਹੁੰਦਾ। ਪਹਿਲੀ ਗੱਲ ਤਾਂ ਇਹ ਕਿ ਸਾਡੇ ਜਿਹੜੇ ਪ੍ਰਚਾਰਕ ਨੇ ਬਾਕੀ ਧਰਮਾਂ ਦੇ ਪ੍ਰਚਾਰਕਾਂ ਨਾਲੋਂ ਕਿਤੇ ਨਾ ਕਿਤੇ ਪਛੜੇ ਹੋਏ ਨਜ਼ਰ ਆਉਂਦੇ ਨੇ। ਅਤੇ ਦੂਜੀ ਇੱਕ ਵੱਡੀ ਗੱਲ ਜਿਹੜੀ ਮੈਂ ਮਹਿਸੂਸ ਕੀਤੀ ਹੈ ਕਿ ਅੱਜ ਸਾਡੇ ਗੁਰਦੁਆਰੇ, ਭਾਵੇਂ ਹਰ ਗਲੀ ਮੁਹੱਲੇ ਦੇ ਵਿੱਚ ਅਸੀਂ
हरेक बरादरी ने अपना गुरद्वारा बना लिया, जिथे साढ़े पांच सिख इकट्ठे हुए असी अपनी चढ़ती कला के लिए अपना नाम चमकाने के लिए उत्थे गुरद्वारा बना लिया। महल्ले दे विच एक गुरद्वारा ऑलरेडी है, उत्थे मेरी वैल्यू नहीं पई, मैनू प्रधानगी तो लाता, मैं बाहर आया, मैं चार बंदे नाल इकट्ठे कीते, मैं वक्खरा गुरद्वारा बना लिया। पर कदी ये नहीं देखिया जाता साडियां संस्थावां वालों, चाहे मैं नाम लैके कहना चाहवांगा, चाहे श्रोमणी गुरद्वारा प्रबंधक कमेटी भी है, उहदे विच भी जिहड़े सिख प्रचार कर रहे ने, बतौर प्रचारक सेवा निभा रहे ने, बतौर सेवादार सेवा निभा रहे ने, उहनां दीआं तनखाहां जिहड़ियां ने उह इन्नियां ने जिन्ना आम सधारण एक परिवार का दुध का खर्चा आउंदा है उन्ना उहनूं तनखाह दित्ती जांदी है। प्रचारकां दे परिवार वल ਉਹ ਕਿਵੇਂ ਆਪਣੇ ਜੀਵਨ ਨੂੰ ਨਿਰਵਾਹ ਕਰੇ, ਉਹਦਾ ਖਰਚਾ ਕਿਵੇਂ ਚੱਲਣਾ ਵਾ, ਉਹਨੇ ਕਿਵੇਂ ਆਪਣੇ ਪਰਿਵਾਰ ਨੂੰ ਚਲਾਉਣਾ ਵਾ, ਸਮਾਜ ਦੇ ਵਿੱਚ ਵਿਚਰਨਾ ਵਾ, ਉਹਦੇ ਬੱਚਿਆਂ ਦੀ ਪੜ੍ਹਾਈ ਦੇ ਬਾਰੇ, ਉਹਨਾਂ ਦੇ ਹੋਰ ਜਿੰਨੇ ਸਮਾਜਿਕ ਖਰਚੇ ਨੇ, ਉਹਨਾਂ ਬਾਰੇ ਜਮ੍ਹਾਂ ਹੀ ਧਿਆਨ ਨਹੀਂ ਦਿੱਤਾ ਜਾਂਦਾ। ਤੁਸੀਂ ਪ੍ਰਚਾਰਕ ਸ਼੍ਰੇਣੀ ਦੇ ਅੱਜ ਮੈਂ ਸਮਝਦਾ ਮੁਖੀ ਬੈਠੇ ਹੋ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਅੱਜ ਸੰਤ ਸਮਾਜ ਦੇ ਵਿੱਚ ਵੀ ਮੈਂ ਕਈ ਗੁਰਦੁਆਰਾ ਸਾਹਿਬਾਨ ਦੇ ਵਿੱਚ ਗਿਆ, ਸੰਤਾਂ ਦੇ ਵਿੱਚ ਨੂੰ ਵੀ ਦੇਖਿਆ ਕਿ ਬਹੁਤ ਵੱਡੇ ਵੱਡੇ ਇਨਕਮ ਦੇ ਸਾਧਨ ਹੁੰਦਿਆਂ ਹੋਇਆਂ ਵੀ ਜਿਹੜੇ ਪ੍ਰਚਾਰਕ ਨੇ ਉਹਨਾਂ ਨੂੰ ਬਹੁਤ ਘੱਟ ਥਾਂ 'ਤੇ ਰੱਖਿਆ ਜਾਂਦਾ। ਅਸੀਂ ਵਿਆਹ ਕਰਦੇ ਹਾਂ, ਲੱਖਾਂ ਰੁਪਈਏ ਅਸੀਂ DJ 'ਤੇ ਲਾ ਦਿੰਦੇ ਹਾਂ, ਅਸੀਂ ਵਿਆਹ ਕਰਦੇ ਹਾਂ, ਲੱਖਾਂ ਦਾ ਟੈਂਟ ਲਾਉਂਦੇ ਹਾਂ, ਲੱਖਾਂ ਰੁਪਈਆ ਅਸੀਂ ਭੋਜਨ 'ਤੇ ਖਰਚ ਕਰਦੇ ਹਾਂ, ਪਰ ਜਦੋਂ ਕਿਤੇ ਕਿਸੇ ਪ੍ਰਚਾਰਕ ਨੂੰ ਪੈਸੇ ਦੇਣ ਦੀ ਵਾਰੀ ਆਉਂਦੇ ਆ ਤਾਂ ਮੈਂ ਸਮਝਦਾ 1100-2100 ਰੁਪਈਆ ਦੇਣ ਲੱਗਿਆ ਅਸੀਂ 100 ਵਾਰੀ, ਸਾਡਾ ਸਮਾਜ, ਸਾਡੀ ਇਹ ਮਾਨਸਿਕਤਾ ਬਣੀ ਹੋਈ ਆ ਵੀ ਅਸੀਂ ਉਹਨਾਂ ਨਾਲ ਬਹਿਸ ਕਰਦੇ ਹਾਂ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਿਵੇਂ ਤੁਸੀਂ ਦੱਸਿਆ ਨਾ ਵੀ ਆਪਣੇ ਪ੍ਰਚਾਰਕ ਬਾਕੀਆਂ ਤੋਂ ਥੋੜ੍ਹੇ ਪਛੜੇ ਹੋਏ ਨੇ, ਇਹਦਾ ਕੀ ਕਾਰਨ ਹੈ? ਮੇਰੇ ਨਾਲ ਇੱਕ ਦਿਨ ਇੱਕ ਸੱਜਣ ਮੈਨੂੰ ਸੁਣਦੇ ਨੇ, ਈਸਾਈ ਧਰਮ ਦੇ ਪ੍ਰਚਾਰਕ ਨੇ, ਉਹ ਮੇਰੇ ਕੋਲ ਆ ਗਏ, ਮੇਰੇ ਨਾਲ ਬੈਠ ਕੇ ਉਹਨਾਂ ਨੇ ਕੁਛ ਗੱਲਾਂ ਦੀ ਸਾਂਝ ਪਾਈ ਜੀ। ਮੈਨੂੰ ਉਹ ਪੁੱਛਦੇ ਨੇ, ਕਹਿਣ ਲੱਗੇ ਭਾਈ ਸਾਹਿਬ ਜੀ ਕਿ ਤੁਹਾਡਾ ਇਨਕਮ ਦਾ ਸਾਧਨ, ਹੁਣ ਦੇਖੋ ਮੈਂ ਇੱਕ ਬੇਨਤੀ ਫਿਰ ਕਰਦੇ ਹਾਂ, ਆਪਣੇ ਘਰ ਦੇ ਵਿੱਚ ਭਾਵੇਂ ਕਿੰਨੀਆਂ ਲਾਹਨਤਾਂ ਪਾ ਲਈਏ, ਬਾਹਰ ਕਈ ਵਾਰੀ ਨਾ ਪੜਦਾ ਕੱਜਣਾ ਪੈਂਦਾ ਆ। ਮੈਂ ਉਹਨਾਂ ਨੂੰ ਕਿਹਾ ਵੀ ਇਨਕਮ ਦਾ ਸਾਧਨ ਬੜੀ ਗੁਰੂ ਦੀ ਕਿਰਪਾ ਹੈ, ਸ਼ਬਦ ਵਰਤਿਆ। ਕਹਿੰਦੇ ਨੇ ਕੀ ਗੁਰੂ ਦੀ ਕਿਰਪਾ? ਮੈਂ ਕਿਹਾ ਸਾਨੂੰ ਤਨਖਾਹ ਮਿਲਦੀ, ਅਸੀਂ ਪ੍ਰੋਗਰਾਮ ਕਰਦੇ ਹਾਂ। ਉਹ ਸੱਜਣ ਅੱਗੋਂ ਮੈਨੂੰ ਕੀ ਕਹਿ ਰਿਹਾ, ਸਵੇਰ ਦਾ ਵਕਤ ਹੈ। ਮੈਨੂੰ ਕਹਿੰਦਾ ਭਾਈ ਸਾਹਿਬ ਗੁੱਸਾ ਨਹੀਂ ਕਰੋਗੇ, ਮੈਂ ਤੁਹਾਨੂੰ ਇੱਕ ਗੱਲ ਪੁੱਛਾਂ, ਤੁਸੀਂ ਕਥਾ ਕਰਦੇ ਹੋ, ਤੁਸੀਂ ਕਥਾ ਕਰਦੇ ਹੋ ਅਤੇ ਤੁਸੀਂ ਆਪਣੇ ਘਰ ਦੇ ਵਿੱਚ ਮਾਇਆ ਲੈ ਕੇ ਆਉਂਦੇ ਹੋ, ਰੱਬ ਨਾ ਕਰੇ ਜੇ ਤੁਹਾਡਾ ਗਲਾ ਬਹਿ ਜੇ। ਪਹਿਲਾਂ ਤਾਂ ਮੇਰਾ ਦਿਲ ਕੀਤਾ ਵੀ ਆਖਾਂ ਵੀ ਮੇਰਾ ਤਾਂ ਗਲਾ ਬਹਿ ਜੇ ਅਤੇ ਤੇਰਾ ਬੇੜਾ ਬਹਿ ਜੇ, ਵੀ ਤੂੰ ਸਵੇਰੇ ਸਵੇਰੇ ਆ ਕੇ ਸ਼ਬਦ ਵਰਤਦਾ ਪਿਆ ਵੀ ਤੁਹਾਡਾ ਗਲਾ ਬਹਿ ਜੇ। ਮੈਂ ਬੜਾ ਹੈਰਾਨ ਹੋਇਆ, ਪਰ ਸਮਝ ਮੈਨੂੰ ਲੱਗ ਪਈ ਵੀ ਇਹ ਹੈ ਕੋਈ ਪ੍ਰਚਾਰਕ ਹੈ। ਮੈਂ ਕਿਹਾ ਵੀ ਮੇਰੇ ਵੀਰ ਸਵੇਰੇ ਸਵੇਰੇ ਆ ਕੇ ਇੱਡੇ ਤੁਸੀਂ ਮੇਰੇ ਸ਼ੁਭ ਚਿੰਤਕ ਆਏ ਹੋ ਮੇਰਾ ਗਲਾ ਵਾਹੁਣ ਦੇ ਲਈ, ਖੁੱਲ੍ਹ ਕੇ ਗੱਲ ਕਰੋ ਵੀ ਤੁਸੀਂ ਪੁੱਛਣਾ ਕੀ ਚਾਹੁੰਦੇ ਹੋ। ਕਹਿੰਦਾ ਨਹੀਂ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵਾਂ ਜੇ ਰੱਬ ਨਾ ਕਰੇ ਤੇਰਾ ਗਲਾ ਬਹਿ ਜੇ ਫਿਰ ਤੂੰ ਕੀ ਕਰੇਗਾ। ਮੈਂ ਕੋਈ ਬੇਨਤੀ ਕੀਤੀ, ਮੈਂ ਕਿਹਾ ਟੀਟ ਮੈਂ ਵੀ ਬੜਾ ਵਾਂ, ਹਟਾਂਗਾ ਨਹੀਂ। ਉਸ ਤੋਂ ਬਾਅਦ ਮੈਂ ਨਾ ਜੋ ਮੇਰੇ ਅੰਦਰ ਦੇ ਜਜ਼ਬਾਤ ਨੇ, ਕੋਈ ਗਾ ਕੇ ਪੇਸ਼ ਕਰਦਾ, ਕੋਈ ਬੋਲ ਕੇ ਪੇਸ਼ ਕਰਦਾ, ਕੋਈ ਲਿਖ ਕੇ ਪੇਸ਼ ਕਰਦਾ, ਮੈਂ ਉਸ ਤੋਂ ਬਾਅਦ ਲਿਖਤਾਂ ਲਿਖਣੀਆਂ ਸ਼ੁਰੂ ਕਰ ਦਿਆਂਗਾ, ਮੈਂ ਕਿਤਾਬਾਂ ਬਣਾਵਾਂਗਾ, ਮੈਂ ਦਿਆਂਗਾ। ਕਹਿੰਦਾ ਰੱਬ ਨਾ ਕਰੇ ਜੇ ਐਕਸੀਡੈਂਟ ਹੋ ਜਾਵੇ ਤੇਰੇ ਹੱਥ ਟੁੱਟ ਜਾਣ ਤੇ। ਆਹ ਦੇਖੋ ਜੀ, ਸਵੇਰੇ ਸਵੇਰੇ ਜੀ। ਮੈਂ ਕਿਹਾ ਕੋਈ ਐਸੀ ਗੱਲ ਨਹੀਂ, ਮੈਂ ਕਿਹਾ ਤੁਸੀਂ ਇਹ ਦੱਸੋ ਵੀ ਤੁਹਾਡੇ ਅੰਦਰ ਵਿਚਾਰਧਾਰਾ ਚੱਲਦੀ ਕੀ ਪਈ ਹੈ? ਕਹਿੰਦਾ ਮੈਂ ਇਹ ਕਹਿਣਾ ਚਾਹੁੰਦਾ ਵਾਂ, ਤੁਸੀਂ ਹੁਣ ਬੋਲਦੇ ਹੋ, ਕਥਾ ਕਰਦੇ ਹੋ, ਪਰਿਵਾਰ ਦਾ ਤੁਹਾਡੇ ਦਾ ਗੁਜ਼ਾਰਾ ਚੱਲਦਾ, ਤੁਸੀਂ ਕਹਿੰਦੇ ਵੀ ਜੇ ਗਲਾ ਬਹਿ ਜਾਏਗਾ ਮੈਂ ਲਿਖਣਾ ਸ਼ੁਰੂ ਕਰ ਦਿਆਂਗਾ, ਜੇ ਹੱਥ ਟੁੱਟ ਜਾਣਗੇ ਫਿਰ ਕੀ ਕਰੇਗਾ? ਆਖਿਰਕਾਰ ਜੀ ਮੈਨੂੰ ਇਹ ਗੱਲ ਕਹਿਣੀ ਪਈ, ਮੈਂ ਕਿਹਾ ਜੀ ਫਿਰ ਰੱਬ ਆਸਰੇ, ਇਹ ਸ਼ਬਦ ਮੈਨੂੰ ਆਖਣਾ ਪਿਆ ਵੀ ਜਿਹਨੇ ਪੈਦਾ ਕੀਤਾ ਹੈ ਨਾ ਫਿਰ ਆਪੇ ਚਲਾਏਗਾ। ਉਹਨੇ ਅਗਲੀ ਗੱਲ ਕੀ ਕਹੀ, ਕਹਿੰਦਾ ਵੀਰ ਜੀ ਸਾਡੇ ਵਿੱਚ ਕੀ ਹੁੰਦਾ, ਅਸੀਂ ਜਦੋਂ ਪ੍ਰਚਾਰਕ ਬਣਦੇ ਹਾਂ ਨਾ, ਅਸੀਂ ਜਦੋਂ ਪ੍ਰਚਾਰਕ ਬਣਦੇ ਹਾਂ, ਕਹਿੰਦੇ ਜਿਹੜੇ ਸਕੂਲ ਦੇ ਵਿੱਚ ਤੁਸੀਂ ਲੱਖ ਲੱਖ ਦੋ ਦੋ ਲੱਖ ਰੁਪਈਆ ਡੋਨੇਸ਼ਨ ਦੇ ਕੇ ਆਪਣੇ ਬੱਚੇ ਦੀ ਐਡਮਿਸ਼ਨ ਕਰਵਾਉਂਦੇ ਹੋ ਨਾ, ਉੱਥੇ ਸਾਡੇ ਬੱਚੇ ਫ੍ਰੀ ਪੜ੍ਹਦੇ ਨੇ ਜੀ। ਬਿਲਕੁਲ, ਇਹ ਧਿਆਨ ਦਿਆ ਜੀ ਵੀਰ ਜੀ। ਜਿਹੜੇ ਹਸਪਤਾਲਾਂ ਦੇ ਵਿੱਚ ਤੁਸੀਂ ਲੱਖਾਂ ਰੁਪਈਆ ਲਾਉਂਦੇ ਹੋ ਨਾ, ਉਹਨਾਂ ਹਸਪਤਾਲਾਂ ਦੇ ਵਿੱਚ ਸਾਡੇ ਫ੍ਰੀ ਇਲਾਜ ਹੁੰਦੇ ਨੇ ਜੀ। ਨੰਬਰ 3 ਦੇ ਉੱਪਰ ਉਹਨੇ ਜਿਹੜੀ ਗੱਲ ਕਹੀ, ਕਹਿੰਦਾ ਜਦੋਂ ਤੁਹਾਡੇ ਬੱਚੇ ਪੜ੍ਹ ਜਾਂਦੇ ਨੇ ਨਾ, ਤਾਂ ਤੁਹਾਨੂੰ ਫਿਊਚਰ ਦੀ ਬੜੀ ਵੱਡੀ, ਪਹਿਲੀ ਗੱਲ ਵੀਰ ਜੀ ਗ੍ਰੰਥੀ ਦੇ ਬੱਚੇ ਪੜ੍ਹਦੇ ਕਿੱਥੇ ਨੇ? ਗ੍ਰੰਥੀ ਦੇ ਬੱਚੇ ਕਿੱਥੇ ਪੜ੍ਹਨਗੇ? ਗੁਰਦੁਆਰਿਆਂ ਦਾ ਮਾਹੌਲ ਕੁਝ ਇਹੋ ਜਿਹਾ ਦਿੱਤਾ ਜਾਂਦਾ, ਗ੍ਰੰਥੀ ਦੇ ਬੱਚੇ ਪੜ੍ਹਦੇ ਨੇ, ਇੱਡੀ ਛੋਟੀ ਤਨਖਾਹ ਹੈ ਜਿਹਦੇ ਨਾਲ ਉਹ ਆਪਣੇ ਪਰਿਵਾਰ ਦੇ ਸ਼ੌਂਕ ਹੀ ਨਹੀਂ ਪੂਰੇ ਕਰ ਸਕਦਾ, ਬੱਚਿਆਂ ਦੀ ਫੀਸ ਕਿੱਥੋਂ ਉਤਾਰੇਗਾ? ਇਹ ਜਿਹੜਾ ਸਵਾਲ ਤੁਸੀਂ ਕੀਤਾ, ਸਵਾਲ ਦੀ ਤੁਹਾਡੇ ਅੰਦਰ ਦਾ ਦਰਦ ਹੈ ਜੀ। ਆਖਿਰਕਾਰ ਜਦੋਂ ਮੈਂ ਸ਼ਬਦ ਵਰਤ ਦਿੱਤਾ, ਮੈਂ ਕਿਹਾ ਜੀ ਰੱਬ ਆਸਰੇ। ਉਹ ਕਹਿੰਦਾ ਜਿੰਨਾ ਸਕੂਲ ਦੇ ਵਿੱਚ ਤੁਸੀਂ ਡੋਨੇਸ਼ਨ ਦਿੰਦੇ ਹੋ ਸਾਡੇ ਬੱਚੇ ਫ੍ਰੀ ਪੜ੍ਹਦੇ ਨੇ। ਕਹਿੰਦਾ ਜੇ ਤੁਹਾਡੇ ਬੱਚੇ ਪੜ੍ਹ ਜਾਂਦੇ ਨੇ ਤਾਂ ਤੁਹਾਨੂੰ ਚਿੰਤਾ ਹੁੰਦੀ ਵੀ ਇਹਨਾਂ ਨੂੰ ਹੁਣ ਗਾਹ ਨੌਕਰੀਆਂ ਕਿੱਥੇ ਲਵਾਉਣੀਆਂ ਨੇ, ਇਹਨਾਂ ਦੇ ਫਿਊਚਰ ਦਾ ਕੀ ਪ੍ਰਬੰਧ ਕਰਨਾ? ਕਹਿੰਦਾ ਸਾਡੇ ਬੱਚੇ ਸਾਡੇ ਆਪਣੇ ਸਕੂਲ ਦੇ ਵਿੱਚ ਟੀਚਰ ਲੱਗ ਜਾਂਦੇ ਨੇ, ਯੋਗਤਾ ਦੇ ਮੁਤਾਬਕ ਕੋਈ ਸਾਡੇ ਆਪਣੇ ਹਸਪਤਾਲ ਦੇ ਵਿੱਚ ਡਾਕਟਰ ਬਣ ਜਾਂਦਾ, ਕੋਈ ਪ੍ਰੋਫੈਸਰ ਲੱਗ ਜਾਂਦਾ,
ਕਹਿੰਦੇ ਸਾਨੂੰ ਬੱਚਿਆਂ ਦੇ ਫਿਊਚਰ ਦੀ ਕੋਈ ਚਿੰਤਾ ਨਹੀਂ ਕਰਨੀ ਪੈਂਦੀ। ਮੈਂ ਕਿਹਾ ਸਾਨੂੰ ਤਾਂ ਲਾਲੇ ਪਏ ਹੁੰਦੇ ਨੇ, ਸਿੱਧੀ ਗੱਲ ਹੈ ਜੀ, ਸੱਚਾਈ ਹੈ ਇਹ। ਸਾਨੂੰ ਬੱਚਿਆਂ ਦੀ ਫੀਸ ਕਿਵੇਂ ਹੈ, ਬਿਜਲੀ ਦਾ ਬਿੱਲ ਕਿਵੇਂ ਹੈ, ਘਰ ਦੇ ਦੁੱਧ ਦਾ ਖਰਚਾ ਹੈ ਜੀ, ਇਹ ਸਾਰੇ ਖਰਚੇ ਹੁੰਦੇ ਨੇ। ਅਤੇ ਵੀਰ ਜੀ ਗੁੱਸਾ ਨਾ ਕਰੇ, ਅਤੇ ਫਿਰ ਪ੍ਰਬੰਧਕ ਕਹਿੰਦੇ ਗੋਲਕਾਂ ਟੁੱਟਦੀਆਂ ਨੇ। ਗੋਲਕਾਂ ਕਿਉਂ ਟੁੱਟਣਗੀਆਂ ਜੀ, ਇਹ ਗੋਲਕਾਂ ਭੱਜਣਗੀਆਂ, ਇਹ ਗੋਲਕਾਂ ਟੁੱਟਣਗੀਆਂ। ਜਦੋਂ ਕਿਸੇ ਦੀ ਲੋੜ ਨਹੀਂ ਪੂਰੀ ਹੋਵੇਗੀ ਉਹ ਗੋਲਕ ਵੱਲ ਜਾਵੇਗਾ। ਤੁਸੀਂ ਇੰਨੀਆਂ ਸਹੂਲਤਾਂ ਦੇ ਦਿਓ, ਇੰਨੀ ਸਹੂਲਤ ਦੇ ਦਿਓ ਵੀ ਇੱਕ ਪੜ੍ਹਿਆ ਲਿਖਿਆ ਬੱਚਾ ਵੀ ਇੱਧਰ ਆਉਣਾ ਚਾਹੇ। ਹੁਣ ਤੁਸੀਂ ਇੱਕ ਚੀਜ਼ ਜਿਵੇਂ ਤੁਸੀਂ ਤਨਖਾਹ ਦੀ ਗੱਲ ਕੀਤੀ ਵੀ ਇੰਨੀ ਥੋੜ੍ਹੀ ਤਨਖਾਹ ਹੈ ਜਿਹਦੇ ਵਿੱਚੋਂ ਇੱਕ ਸਧਾਰਨ ਘਰ ਦਾ ਦੁੱਧ ਆਉਂਦਾ, ਹੁਣ ਕੀ ਆਸ ਰੱਖੋਗੇ ਵੀ ਕੋਈ MA ਕਰਕੇ ਤੁਹਾਡੇ ਕੋਲ ਆਵੇਗਾ 3000 ਦੇ ਪਿੱਛੇ? ਕਦੀ ਨਹੀਂ ਆਵੇਗਾ। ਕੋਈ PhD ਕਰਕੇ ਇੱਧਰ ਆ ਜਾਵੇਗਾ? ਕਦੀ ਨਹੀਂ ਆਵੇਗਾ। ਤੁਹਾਡਾ ਕੀ ਇਰਾਦਾ ਵੀ ਕੋਈ ਰਿਲੀਜ਼ਨ MA ਕਰਕੇ ਗੁਰਦੁਆਰੇ ਦੇ ਵਿੱਚ ਆ ਕੇ ਗ੍ਰੰਥੀ ਬਣ ਜਾਏਗਾ? 3000 ਤਨਖਾਹ ਦੇ ਵਿੱਚੋਂ ਕਦੀ ਵੀ ਨਹੀਂ ਤੁਹਾਡੇ ਕੋਲ ਆਵੇਗਾ। ਫਿਰ ਕੌਣ ਆਵੇਗਾ ਉਹ ਮੈਂ ਤੁਹਾਨੂੰ ਦੱਸ ਦਵਾਂ। ਜਿਹੜਾ ਤਾਂ ਬੱਚਾ ਹੈ ਥੋੜ੍ਹਾ ਪੜ੍ਹਿਆ ਲਿਖਿਆ, ਉਹ 10ਵੀਂ ਕਰਕੇ ਚਲਾ ਗਿਆ ਕਾਲਜ। ਜਿਹੜਾ ਥੋੜ੍ਹਾ ਜਿਹਾ ਹਾਰਡ ਵਰਕਰ ਹੈ, ਥੋੜ੍ਹੀ ਮਿਹਨਤ ਕਰ ਸਕਦਾ, ਉਹਨੇ ਪਾਸਪੋਰਟ ਅਤੇ ਵੀਜ਼ਾ ਲਵਾਇਆ, ਉਹ ਚੜ੍ਹ ਗਿਆ ਪ੍ਰਦੇਸ਼, ਅਤੇ ਜਿਹੜੀ ਰਹਿੰਦ ਖੂੰਹਦ ਹੈ ਨਾ ਉਹ ਆ ਗਈ ਗੁਰਦੁਆਰਿਆਂ 'ਚ। ਸਿੱਧੀ ਗੱਲ ਹੈ ਜੀ, ਜਿਹੜੀ ਰਹਿੰਦ ਖੂੰਹਦ ਹੈ ਨਾ ਉਹ ਆ ਗਈ ਗੁਰਦੁਆਰਿਆਂ ਵਿੱਚ। ਜਿਹੜਾ ਸਮਾਰਟ ਵਰਕਰ ਹੈ ਉਹ ਕਾਲਜ ਵਿੱਚ ਚਲਾ ਗਿਆ, ਜਿਹੜਾ ਹਾਰਡ ਵਰਕਰ ਹੈ ਉਹ ਵਿਦੇਸ਼ ਵਿੱਚ ਵੀਜ਼ਾ ਲਵਾ ਕੇ ਚਲਾ ਗਿਆ, ਅਤੇ ਜਿਹੜੀ ਰਹਿੰਦ ਖੂੰਹਦ ਹੈ ਉਹ ਆ ਗਈ ਫਿਰ ਗੁਰਦੁਆਰਾ। ਹਰਪ੍ਰੀਤ ਸਿੰਘ ਜੀ, ਇਹਦਾ ਜ਼ਿੰਮੇਵਾਰ ਕਿਹਨੂੰ ਸਮਝਦੇ ਹੋ? ਇਹਦੇ ਜ਼ਿੰਮੇਵਾਰ ਵੀਰ ਜੀ ਕਈ ਕਾਰਨ ਨੇ। ਇਹਦੇ ਜ਼ਿੰਮੇਵਾਰ ਕਾਰਨ ਇੱਕ ਮੇਨ ਆ ਜਾਂਦਾ ਸਾਡੇ ਗੁਰਦੁਆਰਿਆਂ ਦਾ ਢਾਂਚਾ। ਜਦੋਂ ਸਾਨੂੰ ਪਤਾ ਹੋਵੇਗਾ ਵੀ ਇੱਥੇ ਅਸੀਂ ਰਹਿੰਦ ਖੂੰਹਦ ਨਹੀਂ ਰੱਖਣੀ, ਇੱਥੋਂ ਇੱਕ ਨਵੀਂ ਵਿਚਾਰ ਚੱਲਣੀ ਹੈ, ਇੱਥੋਂ ਇੱਕ ਨਵੀਂ ਕ੍ਰਾਂਤੀ ਨੂੰ ਜਨਮ ਦੇਣਾ, ਸਾਡੇ ਕੋਲ ਭਾਈ ਉਹ ਬੰਦਾ ਆਵੇ ਜਿਹੜਾ ਪੜ੍ਹਿਆ ਲਿਖਿਆ ਹੋਵੇਗਾ। ਰਹਿੰਦ ਖੂੰਹਦ ਕਦੀ ਗੁਰਦੁਆਰੇ ਵੜੇਗੀ ਨਹੀਂ, ਛਾਨਣਾ ਲਾ ਦਿਓ ਛਾਨਣਾ। ਜਦੋਂ ਪੜ੍ਹਿਆ ਲਿਖੇ ਬੰਦੇ ਨੂੰ ਪਤਾ ਹੋਵੇਗਾ ਮੈਨੂੰ ਚੰਗੀ ਤਨਖਾਹ ਦੇਣਗੇ, ਮੈਨੂੰ ਚੰਗੀ ਰਿਹਾਇਸ਼ ਦੇਣਗੇ, ਮੈਨੂੰ ਚੰਗੀ ਗੱਡੀ ਮਿਲੇਗੀ, ਕਿਉਂ ਨਾ ਬੱਚਾ ਇੱਧਰ ਆਵੇਗਾ? ਬੱਚਾ ਆਪਣੇ ਭੱਜਿਆ ਹੋਇਆ ਆਵੇਗਾ। ਹੁਣ ਪੜ੍ਹਿਆ ਲਿਖਿਆ ਤਾਂ ਨਹੀਂ ਆਉਣਾ ਚਾਹੁੰਦਾ ਕਿਉਂਕਿ ਉਹਨੂੰ ਪਤਾ ਵੀ 3000 ਤਨਖਾਹ 'ਚ ਗੁਜ਼ਾਰਾ ਨਹੀਂ ਹੋਣਾ, ਅਤੇ ਜਿਹੜੀ ਰਹਿੰਦ ਖੂੰਹਦ ਉਹਨੂੰ ਪਤਾ ਵੀ ਹੁਣ ਸਾਨੂੰ ਝੱਲਣਾ ਹੀ ਗੁਰਦੁਆਰਿਆਂ ਵਿੱਚ, ਸਾਡਾ ਕੰਮ ਇਹਨੇ 'ਚ ਬਣਨਾ, ਚਾਪਲੂਸੀ ਕਰੀ ਜਾਵਾਂਗੇ ਪ੍ਰਬੰਧਕਾਂ ਦੇ ਅੱਗੇ ਪਿੱਛੇ, ਕਦੀ ਚਾਹ ਲਿਆ ਤੀ, ਕਦੀ ਉਹਦੀ ਗੱਡੀ ਸਾਫ ਕਰ ਦਿੱਤੀ, ਕਦੀ ਤੁਹਾਡਾ ਐਕਟਿਵਾ ਉੱਧਰ ਲੱਗਾ ਜੀ ਅਸੀਂ ਇੱਧਰ ਲਾ ਦਿੰਦੇ ਹਾਂ ਜੀ, ਬਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਆਪਾਂ ਇਸ ਸਟੂਡੀਓ ਦੇ ਵਿੱਚ ਇਕੱਤਰ ਹੋਏ ਹਾਂ, ਸਮਾਂ ਨਾ ਜਾਇਆ ਕੀਤਾ ਜਾਵੇ, ਸਭ ਤੋਂ ਪਹਿਲਾਂ ਮੈਂ ਇਹ ਦੱਸ ਦੇਣਾ ਚਾਹੁੰਦਾ ਵਾਂ ਵੀ ਕੁਛ ਭੱਖ ਦੇ ਮਸਲਿਆਂ ਦੇ ਜਵਾਬਾਂ ਦੇ ਲਈ ਅੱਜ ਜੋ ਵੀਰਾਂ ਨੇ ਉਦਮ ਕੀਤਾ ਹੈ, ਜੋ ਉਪਰਾਲਾ ਕੀਤਾ, ਸਭ ਤੋਂ ਪਹਿਲਾਂ ਮੈਂ ਇਹਦੀ ਸ਼ਲਾਘਾ ਕਰਦਾ ਵਾਂ। ਔਰ ਇਹਨਾਂ ਦਾ ਪਹਿਲਾ ਸਵਾਲ ਸਾਨੂੰ ਇਹ ਹੈ ਵੀ ਗੁਰਮਤਿ ਪ੍ਰਚਾਰ ਵਿੱਚ ਊਣਤਾਈਆਂ ਕਿਹੜੀਆਂ ਨੇ? ਸਭ ਤੋਂ ਪਹਿਲਾਂ ਇੱਕ ਚੀਜ਼ ਬੜੀ ਧਿਆਨ ਦੇਣ ਵਾਲੀ ਹੈ, ਪ੍ਰਚਾਰ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਬਣਦੇ ਨੇ ਪ੍ਰਬੰਧਕ। ਉਹ ਕਿਵੇਂ ਰੁਕਾਵਟ ਬਣਦੇ ਨੇ ਪ੍ਰਬੰਧਕ? ਊਣਤਾਈਆਂ ਕਿੱਥੇ ਕਿੱਥੇ ਆ ਰਹੀਆਂ ਨੇ, ਇਹਨਾਂ ਨੂੰ ਵਿਚਾਰਨ ਦੀ ਲੋੜ ਹੈ, ਰੁਕਾਵਟਾਂ ਦੀ, ਊਣਤਾਈਆਂ ਦੀ ਇਹ ਵੇਖਣ ਦੀ ਲੋੜ ਹੈ। ਸਭ ਤੋਂ ਵੱਡੀ ਊਣਤਾਈ ਹੈ ਪ੍ਰਬੰਧਕਾਂ ਦੇ ਅੰਦਰ, ਉਹ ਕਿਹੜੀ ਊਣਤਾਈ ਹੈ? ਉਹ ਊਣਤਾਈ ਇਹ ਹੈ ਵੀ ਜਿਸ ਵੇਲੇ ਕਿਸੇ ਪ੍ਰਚਾਰਕ ਨੂੰ ਆਪਣੇ ਕੋਲ ਬੁਲਾਇਆ ਜਾਂਦਾ ਹੈ, ਉਹਦੀ ਇੰਟਰਵਿਊ ਲਈ ਜਾਂਦੀ ਹੈ, ਉਹਦੇ ਵਿੱਚ ਕੋਈ ਸਵਾਲ ਪੁੱਛੇ ਜਾਂਦੇ ਨੇ ਕਿ ਤੁਸੀਂ ਨਿਤਨੇਮ ਕਰਦੇ ਹੋ, ਗੁਰਮਤਿ ਸਿਧਾਂਤਾਂ ਤੋਂ ਜਾਣੂ ਹੋ, ਰਹਿਤ ਮਰਿਆਦਾ ਪੜ੍ਹੀ ਹੈ, ਅੰਮ੍ਰਿਤ ਵੇਲੇ ਉੱਠਦੇ ਹੋ, ਬਾਣੀ ਪੜ੍ਹਦੇ ਹੋ, ਕਿ ਇਹ ਜਿਹੜੀਆਂ ਚੀਜ਼ਾਂ ਇੱਕ ਪ੍ਰਚਾਰਕ 'ਤੇ ਲਾਗੂ ਕੀਤੀਆਂ ਜਾਂਦੀਆਂ ਨੇ, ਇੱਕ ਪ੍ਰਬੰਧਕ 'ਤੇ ਕਿਉਂ ਨਹੀਂ? ਬਿਲਕੁਲ, ਜਿੰਨੀ ਦੇਰ ਤੱਕ ਇੱਕ ਪ੍ਰਬੰਧਕ 'ਤੇ ਇਹ ਚੀਜ਼ਾਂ ਲਾਗੂ ਨਹੀਂ ਹੁੰਦੀਆਂ, ਉਨੀ ਦੇਰ ਤੱਕ ਪ੍ਰਚਾਰ ਦੇ ਵਿੱਚ ਊਣਤਾਈਆਂ ਰਹਿਣਗੀਆਂ। ਸਭ ਤੋਂ ਵੱਡੀ ਊਣਤਾਈ ਹੈ ਪ੍ਰਬੰਧਕਾਂ ਦੇ ਅੰਦਰ, ਗੁਰਮਤਿ ਮਰਿਆਦਾ ਦੀ, ਰਹਿਤ ਮਰਿਆਦਾ ਦੀ ਸੋਝੀ ਨਹੀਂ ਉਹਨਾਂ ਨੂੰ, ਗੁਰਬਾਣੀ ਦਾ ਕੋਈ ਗਿਆਨ ਨਹੀਂ ਹੈ। ਹੁਣ ਕਈ ਵਾਰ ਤੁਸੀਂ ਇੱਕ ਚੀਜ਼ ਦੇਖੋਗੇ, ਮੈਂ ਬੜੇ ਹੈਰਾਨਗੀ ਦੇ ਨਾਲ ਇਹ ਗੱਲ ਕਹਿਣ ਲੱਗਾ ਵਾਂ, ਕਈ ਵਾਰੀ ਕਿਸੇ ਕਥਾਵਾਚਕ ਨੂੰ ਜਾਂ ਗ੍ਰੰਥੀ ਸਿੰਘ ਨੂੰ ਜਾਂ ਰਾਗੀ ਸਿੰਘ ਨੂੰ ਸਿਰਫ ਇਸ ਲਈ ਕੱਢ ਦਿੱਤਾ ਜਾਂਦਾ, ਇਹਨੇ ਸਾਨੂੰ ਫਤਿਹ ਨਹੀਂ ਪਲਾਈ, ਇਹਨੇ ਸਾਨੂੰ ਫਤਿਹ ਨਹੀਂ ਪਲਾਈ, ਹਨੇਰ ਸਾਈਂ ਦਾ ਇੱਕ ਮੁੱਦਾ ਹੈ, ਇਹਨੇ ਸਾਨੂੰ ਫਤਿਹ ਨਹੀਂ ਬੁਲਾਈ। ਮੈਂ ਇੱਕ ਗੱਲ ਤੋਂ ਬੜਾ ਹੈਰਾਨ ਹੁੰਦਾ ਵਾਂ ਵੀ ਜੇ ਉਹਨੇ ਨਹੀਂ ਫਤਿਹ ਬੁਲਾਈ ਤਾਂ ਤੁਸੀਂ ਫਤਿਹ ਬੁਲਾ ਦਿਓ, ਕੀ ਗੱਲ ਤੁਸੀਂ ਸਿੱਖ ਨੇ, ਤੁਸੀਂ ਫਤਿਹ ਬੁਲਾ ਦਿਓ? ਇਹ ਮਰਿਆਦਾ ਜਿਹੜੀ ਹੈ ਇਹ ਇਕੱਲੀ ਗ੍ਰੰਥੀ 'ਤੇ ਲਾਗੂ ਹੁੰਦੀ ਹੈ? ਇਹ ਜਿਹੜੀ ਮਰਿਆਦਾ ਹੈ ਇਕੱਲੀ ਕਥਾਵਾਚਕ 'ਤੇ ਲਾਗੂ ਹੁੰਦੀ ਹੈ? ਇਹ ਸਾਰਿਆਂ 'ਤੇ ਲਾਗੂ ਹੁੰਦੀ ਹੈ। ਇਸ ਕਰਕੇ ਜੇ ਤੁਸੀਂ ਆਪਣੇ ਆਪ ਨੂੰ ਪ੍ਰਬੰਧਕ ਅਖਵਾਉਂਦੇ ਹੋ, ਸਿੱਖ ਅਖਵਾਉਂਦੇ ਹੋ, ਤਾਂ ਤੁਸੀਂ ਗਾਂਹ ਹੋ ਕੇ ਫਤਿਹ ਬੁਲਾ ਦਿਓ, ਇਹ ਤਾਂ ਢੰਗ ਹੋਇਆ। ਸਭ ਤੋਂ ਵੱਡੀ ਊਣਤਾਈ ਇਹ ਕਿ ਉਹਨਾਂ ਦੇ ਅੰਦਰ ਇਹ ਈਗੋ ਹੈ ਵੀ ਅਸੀਂ ਫਤਿਹ ਕਿਉਂ ਬੁਲਾਈਏ, ਕਥਾਵਾਚਕ ਅੱਗੇ ਹੋ ਕੇ ਸਾਨੂੰ ਫਤਿਹ ਬੁਲਾਵੇ, ਅਸੀਂ ਕਿਉਂ ਫਤਿਹ ਬੁਲਾਈਏ, ਇਹ ਰਾਗੀ ਸਿੰਘ ਸਾਨੂੰ ਫਤਿਹ ਬੁਲਾਉਣ। ਇਹ ਜਿੰਨੀ ਦੇਰ ਤੱਕ ਇਹ ਈਗੋ ਅੰਦਰੋਂ ਖਤਮ ਨਹੀਂ ਹੁੰਦੀ, ਉਨੀ ਦੇਰ ਤੱਕ ਇਹ ਊਣਤਾਈਆਂ ਰਹਿਣਗੀਆਂ। ਸਭ ਤੋਂ ਵੱਡੀ ਊਣਤਾਈ ਪ੍ਰਬੰਧਕਾਂ ਦੇ ਅੰਦਰ ਹੈ ਕਿ ਉਹ ਕਥਾਵਾਚਕ ਨੂੰ, ਰਾਗੀ ਨੂੰ, ਢਾਡੀ ਨੂੰ, ਪ੍ਰਚਾਰਕ ਨੂੰ ਆਪਣਾ ਮੁਲਾਜ਼ਮ ਸਮਝਦੇ ਨੇ। ਪ੍ਰਬੰਧਕਾਂ ਦੇ ਵਿੱਚ ਕਿਹੜੀ ਕਿਹੜੀ ਊਣਤਾਈ ਹੈ ਜਿਹੜੀ ਇੱਕ ਪ੍ਰਚਾਰਕ ਦੇ ਮਾਰਗ ਦੇ ਵਿੱਚ ਰੁਕਾਵਟ ਬਣਦੀ ਹੈ?
ਉਹ ਸਭ ਤੋਂ ਵੱਡੀ ਉਣਤਾ ਹੀ ਇਹ ਹੈ ਵੀ ਜਿਹੜੇ ਪ੍ਰਬੰਧਕ ਨੇ ਜਿੰਨੀ ਦੇਰ ਤੱਕ ਉਹਨਾਂ ਦਾ ਗੁਰਮਤ ਗਿਆਨ ਅਧੂਰਾ ਆ ਉਹਦਾ ਪ੍ਰਚਾਰਕ ਦੀ ਵਿਚਾਰਧਾਰਾ ਨਾਲ ਕਦੀ ਤਾਲਮੇਲ ਨਹੀਂ ਬੈਠੇਗਾ। ਜਿਵੇਂ ਤੁਸੀਂ ਇੱਕ ਸਵਾਲ ਦਾ ਜਵਾਬ ਦਿੱਤਾ ਵੀ ਜੇ ਪ੍ਰਬੰਧਕ ਕਿਸੇ ਡੇਰੇ ਨਾਲ ਜੁੜਿਆ ਉਹ ਕਥਾਵਾਚਕ ਨੂੰ ਕਵੇਗਾ ਕਿ ਸਾਡੇ ਡੇਰੇ ਵਿੱਚ ਇਹ ਮਰਿਆਦਾ ਚੱਲਦੀ ਹੈ, ਕੁਦਰਤੀ ਕਹੇਗਾ, ਅਤੇ ਕਥਾਵਾਚਕ ਜਿਹੜਾ ਆ ਉਹ ਜੇ ਰਹਿਤ ਮਰਿਆਦਾ ਦੀ ਦੁਖਾਈ ਦੇਵੇਗਾ ਤਾਂ ਕੱਢ ਦਿੱਤਾ ਜਾਵੇਗਾ। ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ, ਇਹ ਗੱਲ ਆਪਾਂ ਨੂੰ ਨਾਲ ਲੈ ਕੇ ਚੱਲਣੀ ਪਏਗੀ। ਹੁਣ ਜੇ ਕਥਾਵਾਚਕ ਜਾਂ ਰਾਗੀ ਜਾਂ ਗ੍ਰੰਥੀ ਸਿੰਘ ਉਸ ਗੱਲ 'ਤੇ ਸਮਝੌਤਾ ਕਰਦਾ ਹੈ ਅਤੇ ਸਮਝੌਤਾ ਉਹ ਨਹੀਂ ਕਰਦਾ, ਉਹਦੀਆਂ ਮਜਬੂਰੀਆਂ ਵੀ ਸਮਝੌਤਾ ਕਰਵਾ ਰਹੀਆਂ ਨੇ, ਉਹਨੂੰ ਇਸ ਚੀਜ਼ ਦਾ ਪਤਾ ਕਿ ਮੈਨੂੰ ਕਮਰਾ ਦਿੰਦੇ ਨੇ, ਮੇਰਾ ਲੰਗਰ ਪ੍ਰਸ਼ਾਦਾ ਇੱਥੋਂ ਚੱਲਦਾ ਆ, ਮੈਨੂੰ ਤਨਖਾਹ ਮਿਲਦੀ ਹੈ। ਇਸ ਕਰਕੇ ਵੀ ਕਈ ਵਾਰੀ ਆਪਣੀ ਉਹ ਚਾਹੁੰਦਾ ਹੋਇਆ ਵੀ ਆਪਣੀ ਉਸ ਵਿਚਾਰਧਾਰਾ ਨੂੰ ਦਬਾ ਜਾਂਦਾ ਆ, ਕਿਉਂਕਿ ਕਈਆਂ ਥਾਵਾਂ 'ਤੇ ਮੈਂ ਦੇਖਿਆ ਪ੍ਰਬੰਧਕ ਪ੍ਰਚਾਰਕ ਨੂੰ ਜਾਂ ਗ੍ਰੰਥੀ ਸਿੰਘ ਨੂੰ ਇਹ ਦਾਬਾ ਲਾਉਂਦੇ ਨੇ, ਕਈ ਵਾਰੀ ਕਹਿ ਦਿੰਦੇ ਨੇ ਕੀ ਕਹਿੰਦੇ ਨੇ, ਉਹਦੇ ਵਿੱਚ ਇਹ ਗੱਲ ਆਮ ਕਰਕੇ ਕਹੀ ਜਾਂਦੀ, ਅਸੀਂ ਤੁਹਾਨੂੰ ਮਕਾਨ ਦਿੰਦੇ ਹਾਂ, ਅਸੀਂ ਤੁਹਾਨੂੰ ਰਿਹਾਇਸ਼ ਦਿੰਦੇ ਹਾਂ, ਜਿਵੇਂ ਇਹਨਾਂ ਨੇ ਕਿਤੇ ਆਪਣੇ ਘਰ ਦੇ ਵਿੱਚ ਰਿਹਾਇਸ਼ ਦਿੱਤੀ ਹੁੰਦੀ, ਇੰਜ ਉਲਾਂਭਾ ਦਿੰਦੇ ਨੇ, ਅਸੀਂ ਤੁਹਾਨੂੰ ਲੰਗਰ ਪ੍ਰਸ਼ਾਦਾ ਦਿੰਦੇ ਹਾਂ ਜਿਵੇਂ ਇਹਨਾਂ ਦੇ ਘਰੋਂ ਪੱਕ ਕੇ ਟਿਫਨ ਬਣ ਕੇ ਆਉਂਦਾ ਹੋਵੇ। ਪੱਕੀ ਗੱਲ ਹੈ ਜੀ, ਬਿਲਕੁਲ ਇਹ ਇਸ ਤਰੀਕੇ ਦੇ ਨਾਲ ਕਈ ਵਾਰੀ ਦਾਬਾ ਲਾਉਂਦੇ ਨੇ ਉਹ, ਫਿਰ ਜਦੋਂ ਕਹਿ ਦਿੰਦੇ ਨੇ ਕਿ ਸਾਡੇ ਬਾਬੇ ਦੀ ਮਰਿਆਦਾ ਆ ਉਹ ਸਮਾਗਮ ਕਰਨਗੇ, ਉਹਨਾਂ ਦੀ ਮਰਿਆਦਾ ਦੇ ਮੁਤਾਬਕ ਹੋਵੇਗਾ, ਅਰਦਾਸ ਉਹ ਕਰਨਗੇ, ਭੋਗ ਉਹਨਾਂ ਦੇ ਮੁਤਾਬਕ ਲੱਗੇਗਾ, ਅਤੇ ਪ੍ਰਚਾਰਕ ਕਈ ਵਾਰੀ ਆਪਣੀ ਉਸ ਅੰਦਰ ਦੀ ਆਵਾਜ਼ ਨੂੰ ਦਬਾ ਜਾਂਦਾ। ਬੜਾ ਵੱਡਾ ਕਾਰਨ ਇਹ ਵੀ ਹੈ। ਫਿਰ ਉਹ ਇਹ ਵੀ ਸੋਚਦਾ ਵੀ ਮੇਰੇ ਬੱਚੇ ਪੜ੍ਹਦੇ ਨੇ, ਜੇ ਇਹਨਾਂ ਕੱਢ ਦਿੱਤਾ ਤਾਂ ਮੈਂ ਆਪਣੇ ਬੱਚੇ ਲੈ ਕੇ ਕਿੱਥੇ ਜਾਵਾਂਗਾ, ਮੇਰੇ ਬੱਚਿਆਂ ਦੀ ਪੜ੍ਹਾਈ ਦਾ ਕੀ ਬਣੇਗਾ। ਇਹਦੇ ਵਿੱਚ ਵੀਰ ਜੀ ਕਈ ਕਾਰਨ ਬਣ ਜਾਂਦੇ ਨੇ ਮਜਬੂਰੀਆਂ, ਅਤੇ ਪ੍ਰਬੰਧਕ ਜਿਹੜੇ ਨੇ ਇਸ ਮਜਬੂਰੀ ਦਾ ਰੱਜ। ਔਰ ਦੂਸਰੇ ਨੰਬਰ 'ਤੇ ਵੀਰ ਜੀ ਪ੍ਰਬੰਧਕਾਂ ਦੇ ਜੋ ਸਵਾਲ ਸਾਡੇ ਤੱਕ ਆਉਂਦੇ ਨੇ, ਕਿਉਂਕਿ ਮੈਂ ਰੋਜ਼ ਸਮਾਗਮਾਂ 'ਤੇ ਨਿਕਲਦਾ ਵਾਂ, ਪ੍ਰਚਾਰ 'ਤੇ ਨਿਕਲਦਾ ਵਾਂ, ਪਿੰਡਾਂ ਦੇ ਗ੍ਰੰਥੀਆਂ ਦੇ ਸਵਾਲ ਨੇ, ਸਭ ਤੋਂ ਪਹਿਲਾਂ ਵੀਰ ਜੀ ਇਹ ਸਵਾਲ ਆਉਂਦਾ, ਤੁਸੀਂ ਇੱਕ ਚੀਜ਼ ਨੋਟ ਕਰੋ, ਜੇ ਗ੍ਰੰਥੀ ਸਿੰਘ ਦੀ ਘਰਵਾਲੀ ਨੇ ਲਿਪਸਟਿਕ ਲਾ ਲਈ ਇਸ਼ੂ ਬਣ ਗਿਆ, ਜੇ ਗ੍ਰੰਥੀ ਸਿੰਘ ਦੀ ਬੱਚੀ ਨੇ ਕੁੜੀ ਨੇ ਨਵੇਂ ਨਵੇਂ ਸੂਟ ਪਾ ਲਏ ਮੁੱਦਾ ਬਣ ਗਿਆ, ਇਹਨਾਂ ਦੀਆਂ ਆਪਣੀਆਂ ਕੁੜੀਆਂ ਭਾਵੇਂ ਅੱਧ ਨੰਗੀਆਂ ਤੁਰੀਆਂ ਫਿਰਨ, ਸਿੱਧੀ ਸਪਸ਼ਟ ਗੱਲ ਹੈ, ਕਈਆਂ ਨੂੰ ਥੋੜ੍ਹੀ ਜਿਹੀ ਓਪਰੀ ਜ਼ਰੂਰ ਲੱਗੇਗੀ, ਇਹਨਾਂ ਦੀਆਂ ਆਪਣੀਆਂ ਕੁੜੀਆਂ ਭਾਵੇਂ ਅੱਧ ਨੰਗੀਆਂ ਤੁਰੀਆਂ ਫਿਰਨ, ਠੀਕ ਹੈ ਜੀ। ਤੁਸੀਂ ਆਮ ਕਰਕੇ ਦੇਖੋਗੇ ਗੁਰਦੁਆਰਿਆਂ ਦੇ ਵਿੱਚ ਕਈ ਬੱਚੀਆਂ ਮੱਥਾ ਟੇਕਦੀਆਂ ਨੇ, ਮੱਥਾ ਟੇਕਣ ਦੇ ਦੌਰਾਨ ਇੱਕ ਹੱਥ ਪਿੱਛੇ ਟੀ ਸ਼ਰਟ 'ਤੇ ਰੱਖਿਆ ਹੁੰਦਾ ਵੀ ਸਾਡਾ ਨੰਗੇਜ਼ ਕਿਸੇ ਨੂੰ ਦਿਸੇ ਨਾ, ਇਹਨਾਂ ਦੀਆਂ ਬੱਚੀਆਂ ਅੱਧ ਨੰਗੀਆਂ ਤੁਰੀਆਂ ਫਿਰਨ, ਕੋਈ ਪੁੱਛੇ ਨਾ, ਅਤੇ ਸਾਡੀਆਂ ਬੱਚੀਆਂ ਨੇ ਜੇ ਨਵੇਂ ਸੂਟ ਵੀ ਪਾ ਲਏ ਨੇ ਤਾਂ ਉਹ ਵੀ ਇੱਕ ਮੁੱਦਾ ਬਣ ਜਾਂਦਾ। ਹੱਕ ਕੀ ਹੈ ਪੁੱਛਣ ਦਾ, ਹੱਕ ਕੀ ਹੈ ਇਹਨਾਂ ਗੱਲਾਂ ਨੂੰ ਪੁੱਛਣ ਦਾ, ਕੀ ਤੁਸੀਂ ਧਰਮ ਇੱਕ ਗ੍ਰੰਥੀ ਵਿੱਚ ਹੀ ਵੇਖਣਾ ਚਾਹੁੰਦੇ ਹੋ, ਕੀ ਤੁਸੀਂ ਧਰਮ ਇੱਕ ਪ੍ਰਚਾਰਕ ਵਿੱਚ ਵੇਖਣਾ ਚਾਹੁੰਦੇ ਹੋ, ਤੁਸੀਂ ਆਪਣੇ ਬੱਚਿਆਂ ਵਿੱਚ ਧਰਮ ਨਹੀਂ ਵੇਖਣਾ ਚਾਹੁੰਦੇ, ਕੀ ਤੁਸੀਂ ਆਪਣੇ ਆਪ ਦੇ ਵਿੱਚ ਧਰਮ ਨਹੀਂ ਵੇਖਣਾ ਚਾਹੁੰਦੇ। ਸਭ ਤੋਂ ਵੱਡੀ ਇਹ ਰੁਕਾਵਟ ਹੈ ਵੀਰ ਜੀ ਕਿ ਅਸੀਂ ਗ੍ਰੰਥੀ ਦੇ ਹਰ ਕੰਮ ਦੇ ਉੱਪਰ, ਗ੍ਰੰਥੀ ਦੀ ਪਰਸਨਲ ਲਾਈਫ ਦੇ ਉੱਪਰ ਵੀ ਕਿੰਤੂ ਕਰਦੇ ਰਹਿੰਦੇ ਹਾਂ। ਤੁਸੀਂ ਐਡੀ ਵੱਡੀ ਜ਼ਿੰਮੇਵਾਰ ਪੋਸਟ ਦੇ ਉੱਪਰ ਬੈਠੇ ਹੋ, ਆਪਣੇ ਆਪ ਨੂੰ ਤੁਸੀਂ ਇੱਕ ਪ੍ਰਬੰਧਕ ਅਖਵਾ ਰਹੇ ਹੋ, ਤੁਸੀਂ ਦੁਨੀਆਂ ਨੂੰ ਸੇਧ ਦੇ ਰਹੇ ਹੋ, ਅਤੇ ਤੁਹਾਡੀ ਜ਼ੁਬਾਨ ਤੋਂ ਐਡਾ ਛੋਟਾ ਜਿਹਾ ਸ਼ਬਦ ਨਿਕਲੇ, ਇਸ ਤੋਂ ਪਤਾ ਲੱਗਦਾ ਵੀ ਤੁਹਾਡੀ ਸੋਚ ਕਿੱਥੇ ਕਿਤੇ ਖਲੋਤੀ ਹੋਈ ਹੈ। ਬਿਲਕੁਲ ਠੀਕ ਹੈ। ਨੰਬਰ ਇੱਕ। ਨੰਬਰ ਦੋ, ਰਿਹਾਇਸ਼ ਦਾ ਤਾਨਾ ਅਤੇ ਰੋਟੀ ਦਾ ਤਾਨਾ ਇੰਜ ਦਿੰਦੇ ਨੇ ਜਿਵੇਂ ਕਿਤੇ ਇਹਨਾਂ ਨੇ ਘਰੋਂ ਲਿਆ ਕੇ ਦਿੱਤਾ ਹੋਵੇ। ਗੁਰੂ ਕੀ ਗੋਲਕ ਦੇ ਵਿੱਚੋਂ ਆ ਰਿਹਾ ਆ, ਅਸੀਂ ਜਿਹੜਾ ਬੰਦਾ, ਇੱਕ ਚੀਜ਼ ਪ੍ਰਕਾਸ਼ ਜੀ ਬਹੁਤ ਵਧੀਆ ਤੁਸੀਂ ਗੱਲ ਕਹੀ ਹੈ, ਜਿਹੜਾ ਬੰਦਾ ਸਮਰਪਿਤ ਹੀ ਇਸ ਚੀਜ਼ ਨੂੰ ਹੈ ਉਹਨੇ ਖਾਣਾ ਵੀ ਇੱਥੋਂ ਹੈ, ਜਿਹੜਾ ਬੰਦਾ ਸਮਰਪਿਤ ਹੀ ਇਸ ਚੀਜ਼ ਨੂੰ ਹੈ ਉਹਨੇ ਖਾਣਾ ਵੀ ਇੱਥੋਂ ਹੈ। ਜੇ ਕਥਾਵਾਚਕ ਰਾਗੀ ਸਿੰਘ ਆਪਣੀ ਡਿਊਟੀ ਨੇਕ ਨੀਤੀ ਨਾਲ ਨਿਭਾ ਰਿਹਾ, ਉਹਨੂੰ ਤਨਖਾਹ ਦਿੱਤੀ ਜਾ ਰਹੀ ਹੈ, ਤਾਂ ਤਨਖਾਹ ਗੁਰੂ ਕੀ ਗੋਲਕ ਵਿੱਚੋਂ ਦਿੱਤੀ ਜਾ ਰਹੀ ਹੈ, ਪ੍ਰਬੰਧਕ ਆਪਣੇ ਪਰਸਨਲ ਅਕਾਊਂਟ ਦੇ ਵਿੱਚੋਂ ਨਹੀਂ ਦੇ ਰਿਹਾ, ਫਿਰ ਉਹਨੂੰ ਤਾਨਾ ਦੇਣ ਦਾ ਕੀ ਹੱਕ ਕੀ ਹੈ, ਉਹਨੂੰ ਤਾਨਾ ਦੇਣ ਦਾ ਕੋਈ ਹੱਕ ਨਹੀਂ ਹੈ। ਇਸ ਕਰਕੇ ਇਹਨਾਂ ਗੱਲਾਂ ਨੂੰ ਬੜਾ ਵਿਚਾਰਨਾ ਜ਼ਰੂਰੀ ਹੈ। ਸਭ ਤੋਂ ਪਹਿਲੀ ਗੱਲ ਜਿਹੜੀ ਮੈਂ ਤੁਹਾਨੂੰ ਕਹੀ ਸੀ ਬਈ ਪ੍ਰਬੰਧਕ ਜਿੰਨੀ ਦੇਰ ਤੱਕ ਉਹ ਸੋਚ ਦੇ ਮਾਲਕ ਨਹੀਂ ਬਣ ਜਾਂਦੇ, ਉਨੀ ਦੇਰ ਤੱਕ ਇੱਕ ਪ੍ਰਚਾਰਕ ਦੇ ਨਾਲ ਤਾਲਮੇਲ ਕਦੀ। ਅੱਜ ਦਾ ਜਿਹੜਾ ਪ੍ਰਚਾਰ ਹੈ ਨਾ ਉਹ 400 ਸਾਲ ਪੁਰਾਣਾ ਹੈ, ਇਤਰਾਜ਼ ਨਾ ਕੋਈ ਕਰੇ, ਗੱਲ ਸੱਚਾਈ ਹੈ। ਜਿਵੇਂ ਇੱਕ ਮੋਬਾਈਲ ਹੈ, ਉਸ ਮੋਬਾਈਲ ਦਾ ਨਿਊ ਵਰਜ਼ਨ ਆ ਗਿਆ ਅਤੇ ਆਪਾਂ ਉਸੇ ਵੇਲੇ ਅਪਡੇਟ ਕਰ ਲੈਂਦੇ ਹਾਂ, ਕਰਦੇ ਹਾਂ ਜੀ, ਇਹ 'ਚ ਕੋਈ ਸ਼ੱਕ ਨਹੀਂ, ਆਪਾਂ ਮੋਬਾਈਲ ਅਪਡੇਟ ਕਰ ਲੈਂਦੇ ਹਾਂ ਵੀ ਨਿਊ ਵਰਜ਼ਨ ਆ ਗਿਆ, ਜਾਂ ਕੋਈ ਸੱਜਣ ਮਿੱਤਰ ਆਪਾਂ ਨੂੰ ਕਹਿ ਦਿੰਦਾ ਵੀ ਫੁੱਲ ਵਰਜ਼ਨ ਆ ਗਿਆ, ਆਪਾਂ ਉਸੇ ਵੇਲੇ ਕਹਿ ਦਿੰਦੇ ਹਾਂ ਵੀ ਇਹ ਜਿਹੜਾ ਹੈ ਨਾ ਮੈਂ ਅਪਡੇਟ ਕਰਾ ਲਵਾਂ। ਕੀ ਤੁਸੀਂ ਇਸ ਚੀਜ਼ ਨਾਲ ਸਹਿਮਤ ਹੋ ਵੀ ਪ੍ਰਚਾਰ 500 ਸਾਲ ਪੁਰਾਣਾ ਹੀ ਹੋਣਾ ਚਾਹੀਦਾ, ਇਹ ਅਪਡੇਟ ਨਹੀਂ ਹੋਣਾ ਚਾਹੀਦਾ? ਅੱਜ ਦਾ ਜਿਹੜਾ ਪ੍ਰਚਾਰ ਹੈ ਨਾ, ਤੁਸੀਂ ਇੱਕ ਚੀਜ਼ ਸਮਝੋ, ਹਰ ਇੱਕ ਦੀ ਮਾਨਸਿਕਤਾ ਵੱਖੋ ਵੱਖਰੀ ਹੈ, ਬੱਚੇ ਦੀ ਮਾਨਸਿਕਤਾ ਵੱਖਰੀ ਹੈ, ਜਵਾਨ ਦੀ ਮਾਨਸਿਕਤਾ ਵੱਖਰੀ ਹੈ, ਇੱਕ ਬਜ਼ੁਰਗ ਦੀ ਮਾਨਸਿਕਤਾ ਵੱਖਰੀ ਹੈ, ਇੱਥੋਂ ਤੱਕ ਮੈਂ ਕਹਿ ਦਿਆਂ ਵੀ ਇੱਕ ਇਸਤਰੀ ਦੀ ਮਾਨਸਿਕਤਾ ਵੱਖਰੀ ਹੈ ਅਤੇ ਇੱਕ ਪੁਰਸ਼ ਦੀ ਮਾਨਸਿਕਤਾ ਵੱਖਰੀ ਹੈ। ਹੁਣ ਜਦੋਂ ਸਾਰਿਆਂ ਦੀ ਮਾਨਸਿਕਤਾ ਵੱਖੋ ਵੱਖਰੀ ਹੈ
तो तुसी इको लैक्चर सारिया ते किवें थोप सकते हो। अज तुहानू ये चीज़ का ख्याल रखना पएगा भी साडा जिहड़ा प्रचार का टंग है वह अपडेट होना चाहिए। एक बजुर्ग बंदा भाई मोहन सिंह जी, एक बजुर्ग बंदा गुरुद्वारे विच दो घंटे भी बैठ सकता, तीन घंटे भी बैठ सकता, क्योंकि उन्हें पता घर जाके भी मैं मंजी ते बहना, उन्हें पता है भी घर जाके भी मैं मंजी तोड़नी है, मंजी ते बहना है, चलो झट घड़ी इत्थे बह जावां, कन्ना विच कथा कीर्तन पवेगा। होर जे आपां कहीए भी वह विद्वान बन के हुण कौम की अगवाई करेगा तो ऐसा कुछ दिसदा नहीं। लोड़ है जे बच्चियां नूं जोड़न दी, पर एक बच्चा एक घंटा तो कि 10 मिनट भी गुरुद्वारे नहीं बह रहा। आपां एक पासे कहने भी अपनी पनीरी नूं सांभ लवो, पर बच्चा नहीं बह रहा। बच्चा क्यों नहीं बह रहा? क्योंकि बच्चे की पढ़ाई का लैवल आ हो गया तो साढ़े प्रचार का लैवल आया। जे जिवें तुसीं गल कीती है अप टू डेट की, पर जे कोई इतराज़ ना करे तो मैनूं इंज लगता भी अपना जिहड़ा अज का प्रचार है ये आउट टू डेट हो रहा। हकीकत यह है आउट टू डेट हो रहा। हुण तुसीं कहोगे भी ये किवें हो रहा? एक चीज़ का मैनूं चलो जवाब चाहिए है, जे नर्सरी की क्लास है ना तो उहदे विच 10वीं का बच्चा नहीं बह सकता, उन्हां दी मानसिकता वो है, उन्होंने उस प्रकार का लैसन दिता जाता है। जे 10वीं की क्लास है उहदे विच बीए का बच्चा तो नहीं बैठेगा, ना नर्सरी का आ सकता ना बीए का आ सकता। उहदे विच जिहड़ी क्लास है उस दी क्लास के स्टूडेंट ही बैठणगे, वह कुछ पढ़ाया जाएगा। हुण मैं एक गल तो बड़ा हैरान हुंदा वां, साढ़े जे कोई नवा आया संगत दे विच उहदे लई भी उही है, जे कोई 50 साल पुराना आ रहा है उहदे लई भी उह है। असीं नवीं टैक्नोलॉजी वरतदे कित्थे आ? जिवें तुसीं हुण तकनीक की गल की, मीडिया एक ऐसी चीज़ है जिहड़े तुहाडे सौण वाले कमरे तक प्रवेश करदा, इहनूं यूज़ करना चाहिए। इहनूं किस तरीके यूज़ करना चाहिए? धार्मिक फिल्मां विखाओ, अपना जो तुहाडी कथा है जां जो तुहाडा बच्चियां दा लैक्चर है जो तुसीं संगत दे विच नहीं साझा कर सकते, क्योंकि संगत दे विच बच्चा बुढ़ा जवान सारे बैठे ने, संगत दे विच नहीं कर सकते, उत्थे तुसीं स्पैशल बच्चियां दा वह वक्खरा एक सबजैक्ट बना के फेसबुक ते दे सकते हो, तुहाडा फ्रेंड सर्कल उहनूं शेयर करेगा, कोई ना कोई बच्चा जरूर देखेगा। इस मीडिया का जो रोल है वह बड़ा अहम है, पर इन वध तो वध यूज़ किया जाए। एक चीज़ मैं तुहानूं दसनी चाहुंदा वां, कुछ सीरीयल बने ने जिवें गणेश ते बने है, शिवजी ते बने है, हनुमान ते बने है। एक चीज़ मैं किसी धर्म का खंडन नहीं करता, ना मैं किसी ते किंतु करता, मैं एक चीज़ देखी है कि छोटा जिहा बच्चा है ना, छोटा जिहा बच्चा तो जो बाज़ार के विचों निकलता है तो उन्हें गणेश जी की कोई फोटो दिसे या गणेश की कोई मूर्ति दिसे तो बच्चा उस वेले नाल दी नाल कह दिंदा गणेशिया। उन्हें देखिया उहदे जिहन दे विच उह चीज़ वस गई है, बच्चा उस वेले बोलदा, उन्हें समझ पै गई भी ये गणेश है। जिथे वह देखता है वह जी कोई मूर्ति नाल दी नाल कह दिंदा हनुमान है। हुण एक चीज़ का जवाब दिया जे एडे छोटे जे बच्चे नूं किवें लग गया पता? क्योंकि उन्होंने धार्मिक फिल्मां बनाईआं ने, उन्हें धार्मिक सीरीयल बनाए ने। साडे लोकी वीर जी जे कोई धार्मिक सीरीयल बनाउण दी गल करे ना, धार्मिक फिल्म बनाउण दी गल करे ना, तो उन्हूं मारन तक चले जांदे ने। साडी मानसिकता इत्थे असीं मीडिया नूं वरत नहीं रहे। एक चीज़ का मैनूं जवाब दिओ तुसीं, एक बच्चे नूं पढ़ाउणा नहीं पिया, एक बच्चे नूं समझाउणा नहीं पिया, उहनूं तस्वीर देख के पता लग जांदा वी इह गणेश है। एक बच्चे नूं पढ़ाउणा नहीं पिया, एक बच्चे नूं समझाउणा नहीं पिया, उहनूं तस्वीर वेख के पता लग बई इह हनुमान है। एक बच्चे नूं लिखाउणा पढ़ाउणा बिल्कुल भी नहीं पिया, उहनूं तस्वीर वेख के पता लगदा वी इह शिवजी है। वो क्यों लगा पता? क्योंकि मीडिया ने उहदे कमरे तक अपनी पहुँच की, बच्चे ने सीरीयल देखे, उन्होंने बच्चे दे टेस्ट दे मुताबिक। एक होर चीज़ बड़ी इत्थे ध्यान देने वाली है, उन्होंने जिहड़ा सीरीयल तैयार किया ना वह बच्चे दे टेस्ट दे मुताबिक, बच्चे की मानसिकता दे मुताबिक तैयार किया, तो उन्हों दुनिया के सामने जग जाहिर कर दिता। हज़ारा लखा बच्चिया करोड़ों बच्चों उस देखे, उन्होंने पता लग गया। ये असी क्यों इस चीज़ को अपना नहीं सकते? एक नंबर। नंबर दो, जे साडे सिख भरावां नूं मेरे ते कोई इतराज़ होवे कि हाँ हाँ ये साडे गुरुआं दे रोल की गल करदा, चलो तुसीं गुरुआं दे कोई ऐसी ना बनाओ, गुरुआं दी सिख्या ते बना सकते हो, तुसीं गुरुआं ते ना बनाओ, ठीक है जी, गुरुआं ते ना बनाओ, तुसीं किरत ते बना दिओ, तुसीं भाई तारू सिंह ते बनाओ, भाई मनी सिंह जी ते बनाओ, जती दास मती दास इन्हां सारिआं दे उपर बनाओ, भाई दयाला जी दे उपर बनाओ। मैं कहिंदा हज़ारां लखां सिख जिहड़े कतल होए ने, शहीद होए ने, तुसीं इन्हां ते बना सकते हो ना। ऐसा जरिया अपनाओ भी बच्चे नूं उस तो बाद तस्वीर देख के पता लग जाए, भावें तस्वीरां सच नहीं है पर सच नूं थोड़ा जिहा किते। राजनीति हुण जे पुछो तो इन्नी कु हावी हो गई है, मैं एक गल तो बड़ा हैरान हाँ, कई थावां ते समागम हुंदे ने, जिस वेले समागम हुंदा है ना तो वह उन्होंने पहला समागम करवाया संगत इकट्ठी हो गई, दूजा समागम करवाया संगत इकट्ठी हो गई, तीजा समागम करवाया संगत इकट्ठी हो गई, चौथी वार दे उपरों टिकट की मंग करन लग पैंदे ने।
ਇਹਦਾ ਮਤਲਬ ਤੁਸੀਂ ਜਿਹੜੇ ਸਮਾਗਮ ਕਰਵਾਏ ਨੇ ਉਹਨਾਂ ਦੇ ਪਿੱਛੇ ਪ੍ਰਯੋਜਨ ਵੀ ਤੁਹਾਡਾ ਰਾਜਨੀਤੀ ਸੀ, ਪ੍ਰਯੋਜਨ ਵੀ ਤੁਹਾਡਾ ਸਿਆਸਤ ਸੀ ਕਿ ਤੁਸੀਂ ਪਹਿਲਾਂ ਸਮਾਗਮ ਕਰਵਾਇਆ, ਦੂਜਾ ਕਰਵਾਇਆ, ਸੰਗਤ ਜੁੜੀ ਹੈ, ਤੁਸੀਂ ਹੁਣ ਉੱਥੇ ਅਫਸਰਾਂ ਨੂੰ ਜਾਂ ਵੱਡੇ ਵੱਡੇ ਨੇਤਾਵਾਂ ਨੂੰ ਸਨਮਾਨ ਕਰਕੇ ਸਿਰਫ ਇਹ ਸਿੱਧ ਕਰਨਾ ਚਾਹ ਰਹੇ ਹੋ, ਉਹਨਾਂ ਦੇ ਬੁੱਢੇ ਤੁਸੀਂ ਕਥਾ ਵਾਚਕਾਂ ਕੋਲੋਂ ਬਣਵਾ ਰਹੇ ਹੋ, ਫਿਰ ਉਹਨਾਂ ਕੋਲੋਂ ਤੁਸੀਂ ਸਰੂਪੇ ਪਵਾ ਰਹੇ ਹੋ, ਸਿਰਫ ਇਸ ਕਰਕੇ ਕਰਵਾ ਰਹੇ ਹੋ ਵੀ ਇਹਦਾ ਕੋਲੋਂ ਕੱਲ੍ਹ ਅਸੀਂ ਟਿਕਟ ਮੰਗਾਂਗੇ, ਅਸੀਂ ਕੌਂਸਲਰ ਬਣਾਂਗੇ, ਅਸੀਂ ਆਹ ਬਣਾਂਗੇ, ਅਸੀਂ ਉਹ ਬਣਾਂਗੇ, ਅਸੀਂ ਕੰਮ ਲਵਾਂਗੇ। ਸੱਚਾਈ ਦੱਸਾਂ, ਇਹ ਜਿਹੜੇ ਧਾਰਮਿਕ ਸਮਾਗਮ ਨੇ ਇਹਨਾਂ ਦੇ ਮਗਰ ਵੀ ਇੱਕ ਸਿਆਸਤ ਕੰਮ ਕਰਦੀ ਪਈ। ਇੱਕ ਦਿਨ ਇੱਕ ਇਸ਼ਤਿਹਾਰ ਮੈਂ ਪੜ੍ਹਿਆ, ਉਸ ਇਸ਼ਤਿਹਾਰ ਦੇ ਪਹਿਲੇ ਪੇਜ ਦੇ ਉੱਪਰ ਤਾਂ ਲਿਖਿਆ ਹੋਇਆ ਸੀ ਵੀ ਕਿਹੜਾ ਗੁਰਪੁਰਬ ਹੈ ਅਤੇ ਕਿਹੜੇ ਗੁਰੂ ਘਰ ਦੇ ਵਿੱਚ ਹੈ। ਉਹਦੇ ਵਿਚਕਾਰਲੇ ਪਾਸੇ ਲਿਖਿਆ ਹੋਇਆ ਸੀ ਜਦੋਂ ਖੋਲ੍ਹਣ ਤੋਂ ਬਾਅਦ ਵੀ ਕਿਹੜੇ ਕਿਹੜੇ ਜਥੇ ਆ ਰਹੇ ਨੇ ਅਤੇ ਕਿਹੜਾ ਕਿਹੜਾ ਟਾਈਮ ਹੈ। ਜਦੋਂ ਉਹਦਾ ਲਾਸਟ ਪੇਜ ਦੇਖਿਆ ਤਾਂ ਬੜੇ ਮੋਟੇ ਮੋਟੇ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਸੀ, ਬੜੇ ਮੋਟੇ ਅੱਖਰਾਂ ਦੇ ਵਿੱਚ, ਇੱਥੇ ਬਦਾਮਾਂ ਵਾਲੇ ਦੁੱਧ ਦੀ ਸੇਵਾ ਫਲਾਣੇ ਪਰਿਵਾਰ ਵੱਲੋਂ ਕੀਤੀ ਜਾਵੇਗੀ, ਇਹ ਦੇਸੀ ਘਿਓ ਦੀਆਂ ਜਲੇਬੀਆਂ ਜਿਹੜੀਆਂ ਫਲਾਣੇ ਪਰਿਵਾਰ ਵੱਲੋਂ ਕੀਤੀ ਜਾਵੇਗੀ। ਅਤੇ ਮੈਂ ਪੁੱਛ ਲਿਆ ਜਿਸ ਗੁਰੂ ਘਰ ਦੇ ਵਿੱਚ ਸਮਾਗਮ ਹੋ ਰਿਹਾ ਸੀ ਉਹਨਾਂ ਪ੍ਰਬੰਧਕਾਂ ਨੂੰ ਮੈਂ ਪੁੱਛ ਲਿਆ, ਮੈਂ ਕਿਹਾ ਭਾਈ ਸਾਹਿਬ ਕਾਰਨ ਕੀ ਹੈ? ਕਹਿੰਦੇ ਭਾਈ ਸਾਹਿਬ ਸੰਗਤ ਇਕੱਠੀ ਕਰਨ ਦਾ ਇੱਕ ਜ਼ਰੀਆ। ਤੁਹਾਡਾ ਸਵਾਲ ਬਿਲਕੁਲ ਠੀਕ ਹੈ। ਅੱਜ ਇਹਨਾਂ ਨੂੰ ਸਿਰਫ ਇੰਨਾ ਵੀ ਸੰਗਤ ਇਕੱਠੀ ਹੋਵੇਗੀ ਅਤੇ ਸਾਡੀ ਗੋਲਕ ਦੇ ਵਿੱਚ ਮਾਇਆ ਇਕੱਠੀ ਹੋਵੇਗੀ। ਸੰਗਤ ਵੀ ਇਕੱਠੀ ਹੋਣ ਦੇ ਨਾਲ ਐਸਾ ਨਹੀਂ ਹੈ ਕਿ ਇਹਨਾਂ ਦੇ ਅੰਦਰ ਬੜੀ ਆਸਥਾ ਵੀ ਲੰਗਰ ਛੱਕ ਕੇ ਜਾਵੇਗੀ, ਨਹੀਂ, ਸੰਗਤ ਇਕੱਠੀ ਹੋਵੇਗੀ ਅਤੇ ਸਾਡੇ ਕੋਲ ਮਾਇਆ ਇਕੱਠੀ ਹੋਵੇਗੀ। ਬਸ ਆਹ ਕਾਰਨ ਹੈ, ਮੇਨ ਮਕਸਦ ਸਾਡਾ ਜਿਹੜਾ ਹੈ ਨਾ ਉਹ ਪ੍ਰਯੋਜਨ ਸਾਡਾ ਉਹ ਨਹੀਂ ਰਹਿ ਗਿਆ, ਜਾਂ ਸਿਆਸਤ ਵਿੱਚ ਆਉਣਾ ਰਹਿ ਗਿਆ ਜਾਂ ਮਾਇਆ ਇਕੱਠੀ ਕਰਨੀ ਰਹਿ ਗਈ ਹੈ। ਜਦੋਂ ਸਾਡਾ ਵੀਰ ਜੀ ਪ੍ਰਯੋਜਨ ਹੀ ਸਹੀ ਨਾ ਹੋਵੇ ਉਦੋਂ ਕਦੀ ਧਰਮ। ਹੁਣ ਹਨੂੰਮਾਨ ਪੁਰਾਤਨ ਦੇ ਵਿੱਚ ਆਉਂਦਾ, ਅੱਜ ਦੇ ਨਵੇਂ ਬੱਚਿਆਂ ਦੇ ਵਿੱਚ ਨਹੀਂ ਆਉਂਦੇ, ਠੀਕ ਹੈ ਜੀ। ਗਣੇਸ਼ ਜੀ ਪੁਰਾਣਿਆਂ ਦੇ ਵਿੱਚ ਆਉਂਦੇ ਨੇ, ਅਜੋਕੇ 'ਚ ਨਹੀਂ ਆਉਂਦੇ, ਪਰ ਉਹਦੀ ਜਿਹੜੀ ਪੇਸ਼ਕਾਰੀ ਹੈ ਉਹ ਬੱਚੇ ਦੀ ਮਾਨਸਿਕਤਾ ਦੇ ਮੁਤਾਬਕ ਅੱਜ ਪੇਸ਼ ਕੀਤਾ ਜਾ ਰਿਹਾ। ਮੇਰੇ ਕਹਿਣ ਤੋਂ ਇਹ ਭਾਵ ਹੈ ਇਤਿਹਾਸ ਪੁਰਾਣਾ ਆ, ਉਹ ਆਪਾਂ ਬਦਲ ਨਹੀਂ ਸਕਦੇ, ਗੁਰਬਾਣੀ ਬਦਲ ਨਹੀਂ ਸਕਦੇ, ਪਰ ਇਹਦੀ ਪੇਸ਼ਕਾਰੀ ਤਾਂ ਬਦਲੀ ਜਾ ਸਕਦੀ ਹੈ, ਇਹਦੀ ਪ੍ਰੈਜੈਂਟੇਸ਼ਨ ਤਾਂ ਬਦਲੀ ਜਾ ਸਕਦੀ ਹੈ, ਇਗਜ਼ਾਮਪਲਸ ਤਾਂ ਬਦਲੀਆਂ ਜਾ ਸਕਦੀਆਂ ਨੇ, ਉਦਾਹਰਨਾਂ ਬਦਲੀਆਂ ਜਾ ਸਕਦੀਆਂ ਨੇ। ਵੀਰ ਜੀ ਮੈਂ ਇੱਕ ਗੱਲ ਜਾਣਦਾ ਵਾਂ, ਜਦੋਂ ਤੁਸੀਂ ਬੱਚੇ ਨਾਲ ਗੱਲ ਕਰਦੇ ਹੋ, ਹੁਣ ਇੱਕ ਮਾਂ ਕਈ ਵਾਰੀ ਛੋਟਾ ਜਿਹਾ ਬੱਚਾ ਉਹਨੂੰ ਕਹਿੰਦੀ ਪੁੱਤ ਲੋਤੀ ਖਾ ਲਾ, ਹੁਣ ਮੈਂ ਮਾਂ ਨੂੰ ਕਹਾਂ ਤੂੰ ਰੋਟੀ ਖਾ ਲਾ, ਲੋਤੀ ਖਾ ਲਾ ਕਿਉਂ ਕਹਿ ਰਹੀ ਹੈ ਮਾਣੀ? ਉਹ ਬੱਚੇ ਦੀ ਮਾਨਸਿਕਤਾ ਨੂੰ ਸਮਝਦੀ ਹੈ ਮਾਂ। ਇਸੇ ਪ੍ਰਕਾਰ ਸਾਨੂੰ ਵੀ ਅੱਜ ਦੇ ਨੌਜਵਾਨਾਂ ਦੀ ਬੱਚਿਆਂ ਦੀ ਮਾਨਸਿਕਤਾ ਨੂੰ ਸਮਝ ਕੇ ਪ੍ਰਚਾਰ ਦਾ ਢੰਗ ਨਵੀਨ ਰੱਖਣਾ ਪਵੇਗਾ। ਔਰ ਨੰਬਰ 2, ਅੱਜ ਦਾ ਪ੍ਰਚਾਰਕ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਦਵੈਸ਼ ਨਿੰਦਿਆ, ਗੁੱਸਾ ਨਾ ਕਰਿਆ ਜੇ, ਤੁਸੀਂ ਵੀ ਪ੍ਰਚਾਰਕ ਹੋ, ਮੈਂ ਵੀ ਇੱਕ ਪ੍ਰਚਾਰਕ ਹਾਂ। ਪੋਲਿਊਸ਼ਨ 'ਤੇ ਕੌਣ ਬੋਲੇਗਾ? ਪਾਣੀ 'ਤੇ ਕੌਣ ਬੋਲੇਗਾ? ਬਨਸਪਤੀ 'ਤੇ ਕੌਣ ਬੋਲੇਗਾ? ਅੱਜ ਜਿਹੜੀ ਸਮਾਂ ਮੰਗ ਕਰਦਾ, ਸਮੇਂ ਦੀ ਮੇਨ ਲੋੜ ਹੈ, ਉਸ ਵਿਸ਼ੇ ਦੇ ਉੱਪਰ ਵੀ ਬੋਲਣਾ ਚਾਹੀਦਾ ਨਾ। ਅੱਜ ਸਾਡੇ ਪ੍ਰਚਾਰ ਦਾ ਢੰਗ ਜੇ ਨਵੀਨ ਨਾ ਹੋਇਆ, ਤਾਂ ਭਾਈ ਪ੍ਰਕਾਸ਼ ਸਿੰਘ ਜੀ ਜਿਹੜੀ ਗੱਲ ਤੁਸੀਂ ਕਹੀ ਵੀ ਪੱਛੜ ਗਏ ਹਾਂ, ਮੈਨੂੰ ਲੱਗਦਾ ਵੀ ਇਸ ਤੋਂ ਵੱਧ ਵੀ ਆਪਾਂ